ਉਹਨੇ ਨਾ ਮੈਨੂੰ ਇੰਜ ਤਾਂ ਨੂੰ ਸੁੱਟ ਕੇ ਕੈਚ ਕਰਦਾ ਹੁੰਦਾ ਸੀ ਤੇ ਮੇਰਾ ਰਸਤੇ ਚ ਸੂਸੂ ਹੋ ਜਾਂਦਾ ਡੇਲੀ। ਉਹ ਐਂ ਕਹਿੰਦੇ ਪਿੱਛੇ ਖਲੋਤਾ ਹੈ ਖਲੋਤਾ ਮਾਸਟਰ ਸਾਹਿਬ, ਕਹਿੰਦਾ ਉਸਤਾਦ ਜੀ ਅਗਰ ਤੁਹਾਡੀ ਜਾਇਜ਼ ਹੋਵੇ ਇੱਥੋਂ ਪੱਖਾ ਤੇਜ਼ ਕਰ ਲਓ। ਇਹਨੇ ਘਰ ਵੀ ਸਾਹ ਜੀ ਇੰਨੀ ਪਤਲੀ ਦਾਲ ਪਕਾਉਂਦੇ ਆ, ਉਹ ਪੰਪਾਂ 'ਤੇ ਨਹੀਂ ਹੁੰਦਾ ਉਹ ਕੱਢਣ ਵਾਲਾ ਤੇਲ, ਉਹ ਹਾਂਡੀਆਂ ਇਲਾਕਿਆਂ ਦਾ ਬਾਹਰ। السلام علیکم ناظرین، ٹی ٹائم میں خوش آمدید۔ سب سے پہلے آپ سے معذرت، ٹھہر جاؤ یار، ایک گھر دے وچ نہیں ہوندا ایک شدائی ٹائپ جا شرارتی جا پٹھے سیدھے کام، او تسی مینوں او سمجھیا کرو۔ اوہی سمجھیندے او یار، او جڑا اودنا پشو نہیں کیتا، او جی جو توں بنیا سی او شیخ چلی والا، ہاں جی، او جو تسی او بغیرتی کیتی نا ساریاں نے، کیڑی گلاں تسی بہت الٹ کیتیاں۔ ਸਾਡਾ ਨਾਮ ਨਾ ਲਾਓ। ਆਹ ਸਹੀ ਆ, ਸਾਡੇ ਪਾ ਦਿਓ ਮੈਨੂੰ। ਇੰਨੀ ਮੇਰੀ ਤੋਏ ਤੋਏ ਹੋਈ ਹੈ ਨਾ ਇਹਨਾਂ ਦੀ ਵਜ੍ਹਾ ਤੋਂ। ਨਹੀਂ 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 ਮੈਨੂੰ ਲੱਗ ਗਈ, ਹਾਂ ਲੈ ਕੇ ਮੈਂ ਇੱਕ ਵੀ ਗੱਲ ਨਹੀਂ ਗਲਤ ਕੀਤੀ, ਗਲਤ ਹੁੰਦੇ ਹੁੰਦੇ ਰਹਿ ਗਈ ਮੈਂ। ਹਾਂ ਦੇਖ, ਬੱਚਿਆਂ ਨੇ ਤਾਂ ਨਹੀਂ ਨਾ ਸੁਣੇ ਸੀ ਲਤੀਫੇ ਵੱਡਿਆਂ ਨੂੰ। ਹਾਂਜੀ ਇਹ ਗੱਲ ਤੁਹਾਡੀ ਪੁਆਇੰਟ, ਜਿਹਨੇ ਸੁਣੇ ਉਹਦਾ ਕਸੂਰ ਆ। ਹਾਂ ਉਹਨੇ ਕਿਉਂ ਸੁਣੇ? ਅੱਛਾ ਆਪ ਸੁਣੇ ਆ ਤੇ ਆਪ ਸ਼ਰੀਫ ਆ ਤੇ ਮੈਂ ਚੰਗਾ ਨਹੀਂ ਕਰਨ ਦਿਆ। ਵਾਹ ਵਾਹ, ਮਤਲਬ ਬੁਰਾ ਲਿਆ। ਆਪ ਸਾਰੇ ਸੁਣੇ ਆ ਤੇ ਜਿਹਨੇ ਨਹੀਂ ਸੁਣੇ ਉਹਨੂੰ ਕੀ? ਉਹਦੇ ਲਈ ਤਾਂ ਸਾਦਾ ਅਸਲ 'ਚ ਹੋਇਆ ਪਤਾ ਕੀ ਆ, ਕਿ ਮਿਸਾਲ ਆ ਕੋਈ ਆਪਣੇ ਬੱਚੇ ਨਾਲ ਬੈਠਾ ਨਾ ਤੇ ਹੁਣ ਉਹ ਜਦੋਂ ਗੱਲ ਆਈ ਨਾ ਤੇ ਉਹਨੂੰ ਮੈਂ ਜੋ ਸੁਣੀ ਆ ਤੇ ਮੈਨੂੰ ਇੰਝ ਲੱਗਣਾ ਵੀ ਇਹਨੇ ਵੀ ਸੁਣੀ ਆ, ਪਰ ਉਹਨੇ ਨਹੀਂ ਸੁਣੀ ਹੁੰਦੀ। ਸਹੀ ਗੱਲ ਹੈ ਨਾ, ਲੇਕਿਨ ਫਿਰ ਵੀ ਗਲਤ ਗੱਲ ਆ ਯਾਰ, ਨਹੀਂ ਹਟ ਸਕਦਾ ਯਾਰ। ਗੱਲ ਹੋਈ ਹੁਣ ਤਿੰਨ ਚਾਰ ਨਹੀਂ ਸਾਰੇ ਇੱਕ ਮਿੰਟ ਥੱਲੇ ਕੀ ਹੋਇਆ ਕੀ ਉਹ ਕੀਤੀਆਂ ਤੇ ਉਹ ਜਿਹੜੀਆਂ ਤਿੰਨ ਚਾਰ ਨਹੀਂ ਸੀ, ਕਿੰਨੀਆਂ ਹੀ ਸੀ ਵਿੱਚ ਕਈ ਮੇਰੇ ਵਰਗੇ ਸ਼ਰਾਰਤੀ ਵੀ, ਉਹ ਕਹਿੰਦੇ ਵੀ ਓਕੇ ਉਹ ਤਾਂ ਠੀਕ ਆ ਉਸਤਾਦ ਜੀ, ਦੇਖੋ ਵਿੱਚ ਨੈਸ਼ ਵੀ ਨੇ ਕਈ। ਇੱਕ ਤੁਸੀਂ ਮੁਹਤਾਤ ਮੁਹਤਾਤ ਕਾਤੋਂ ਵੀ ਤੁਸੀਂ ਇੱਕ ਗੱਲ ਸ਼ੁਰੂ ਕਰ ਲਈ ਤੇ ਉਹਦਾ ਐਂਡ ਨਹੀਂ ਕੀਤਾ ਅਗਲਿਆਂ ਦੇ ਸਮੇਂ, ਗੱਲ ਪਰਦਾ ਨਾ ਪਾ, ਜਿਹੜੀ ਗੱਲ ਮੰਨ ਲਈ ਮੰਨ ਲਈ, ਸਾਡੀ ਏਦਾਂ ਹੀ ਜ਼ਿੰਦਗੀ ਲੰਘ ਜਾਣੀ ਆ, ਗਲਤੀਆਂ ਕਰ ਮਾਫੀਆਂ ਮੰਗ। ਬਾਕੀ ਤਾਜੀ ਬਹੁਤ ਘੱਟ ਬੰਦਿਆਂ ਨੂੰ ਪਤਾ ਵਾ ਤੇ ਮੈਨੂੰ ਵੀ ਇਹ ਕਹਿੰਦੇ ਤੈਨੂੰ ਘੱਟ ਪਤਾ ਆ ਤੇ ਮੈਨੂੰ ਉਹ ਗੱਲਾਂ ਦਾ ਪਤਾ, ਹਿਸਾਬ ਲਾ ਲਓ। ਅੱਛਾ ਤੁਸੀਂ ਇਹ ਦੇਖਿਆ ਇਹ ਗੱਲ ਘੱਟ ਵਾ, ਮੈਂ ਬੱਚਿਆਂ ਦਾ ਕਿਹਾ ਤੂੰ ਨੱਤੀਆਂ ਦਾ ਹੋ ਗਿਆ। ਤਾਜੀ ਨੱਤੀਆਂ ਦਾ ਬੱਚਾ ਹੀ ਹੁੰਦਾ ਹੈ। ਆਹੋ ਇਹਨੂੰ ਲੋਕੀ ਕਹਿੰਦੇ 29 ਦੇ ਆ, ਆ ਇਹਨੇ ਕੀਤੀ ਹੁਣ ਉਨੱਤੀ ਸਾਲ। ਇਹ ਵਿੱਚ ਇੱਕ ਬੰਦੇ ਨੇ ਕਿਹਾ ਸਾਰਾ ਜਾਨੀ ਦਾ ਕਸੂਰ ਆ, ਉਹ ਗਲਤ ਕਰਦਾ ਵਾ, ਆ ਦੇਖ ਲਓ ਪਹਿਲੀ ਇਹਨੇ ਕੀਤੀ ਬੋਣੀ। ਸਹੀ ਗੱਲ ਇਹ 'ਚ ਕਿਹੜੀ ਗੱਲ, 29 ਸਾਲ ਦੇ ਆ, 29 ਦੇ ਆ, ਆ ਇਹ ਅਗਲੇ ਬੇਵਕੂਫ ਨਹੀਂ ਆ। ਪਹਿਲੇ ਕਾਹਤੋਂ ਕੱਟ ਦੇਣਾ, ਹਾਂ ਚਲੋ ਮੁੰਡਾ ਜ਼ਿਕਰ ਉੱਤੋਂ ਉੱਤੋਂ ਜਿਹੜੇ ਚਲੋ ਬਾਕੀ ਦੇ ਜਿਹੜੇ ਸਾਡੇ ਜਿਹੜੇ ਫੈਸਲਾਬਾਦ ਦੇ ਲਾਹੌਰ ਦੇ ਜਿਹੜੇ ਪੰਜਾਬੀ ਪਿਓਰ ਉਹਨਾਂ ਨੇ ਤੇ ਸਾਰਾ ਕੁਛ ਹੀ ਸੁਣਿਆ, ਕਈ ਕਈ ਵਾਰੀ ਸੁਣਿਆ। ਆਹੋ ਬਲਕਿ ਉਹਨਾਂ ਦੇ ਕਈ ਸੀਨ ਚੋਣਾ ਕਿ ਲੈ ਵੀ ਆਹ ਵੀ ਕਹਿ ਦੇਵੇ ਨਾ ਕਿਤੇ। ਹੁਣ ਜੀ ਪੰਜਾਬੀ ਬੋਲੀ ਇੱਦਾਂ ਦੀ ਹੈ ਯਾਰ, ਉਹ ਦੋ ਬਣ ਜਾਂਦੇ ਆ, ਮਤਲਬ ਕੋਈ ਐਸਾ ਮਸਲਾ ਨਹੀਂ। ਕਿਸੇ ਦਾ ਸ਼ਗਿਰਦ ਹੋ ਗਿਆ ਤਾਂ ਜੀ ਇਹ ਹੈ, ਇਹਦੇ ਨਾਲ ਮਸ਼ੀਨਾਂ ਨਹੀਂ ਬੰਦ ਹੁੰਦੀਆਂ, ਲੂਮ ਖਰਾਬ ਨਹੀਂ ਹੁੰਦੀ। ਅੱਛਾ ਪੜ੍ਹਿਆ ਹੈ? ਹਾਂਜੀ ਪੜ੍ਹ ਕੇ ਪਾਇਆ, ਪੜ੍ਹਿਆ ਨਹੀਂ, ਘਰਦਿਆਂ ਨੇ ਨਿਸ਼ਾਨੀ ਲਾਈ ਹੈ ਸਿੱਧਾ ਰਸ, ਇਹ ਤਾਂ ਜੀ ਗਵਾਚ ਜਾਂਦਾ ਵਾ, ਔਰੇਂਜ ਧਾਗੇ ਤੋਂ ਉਹ ਛੱਡ ਕੇ ਆਉਂਦੇ। ਟੈਂਗ ਵਾਲਿਆਂ ਦੇ ਡੱਬੇ 'ਚ ਨਿਕਲਿਆ ਸਾਜ ਜੀ, ਟੈਂਗ ਲਿਆ ਸੀਗਾ ਮੈਂ। ਅੱਛਾ ਅੱਛਾ, ਉਹਦੇ ਵਿੱਚੋਂ ਨਿਕਲਿਆ ਹੈ। ਨਾਲੇ ਉਸਤਾਦ ਜੀ ਇਹਨੂੰ ਪੁੱਛੋ ਵੀ ਜਦੋਂ ਤੋਂ ਮੱਕੂ ਉਹਨੇ ਤੁਰਿਆ ਸੀ ਉੱਥੇ ਬਰਫ਼ਬਾਰੀ ਹੋਣ ਦੀ, ਥੱਲੋਂ ਕਿੰਨੀਆਂ ਸ਼ਰਟਾਂ ਪਾਈਆਂ? ਅਤੇ ਯਾਰ ਥੱਲਿਓਂ ਸ਼ਰਟਾਂ ਪਾਉਂਦੇ ਹੀ ਆ ਲੋਕ, ਯਾਰ ਕਿਉਂ ਨਹੀਂ ਪਾਈ ਕਿਉਂ ਆ?
ਉਸਤਾਦ ਜੀ ਠੰਡ ਲੱਗਣ ਦੇ ਸੀ ਮੱਕੋ ਨੇ ਨਿਕਲਿਆ ਮੈਂ ਯਕੀਨ ਕਰੋ ਇਹਨੇ ਠੰਡੀ ਹਵਾ ਪੈਣ ਦੇ ਠੰਡ ਤੇ ਹੈ ਹੀ ਨਹੀਂ ਉਸਤਾਦ ਜੀ ਇਹ ਭਲਾ ਕਾਹਤੋਂ ਪਾ ਗਿਆ ਆ ਆ ਕਮੀਜ਼ ਦੇ ਵਿੱਚੋਂ ਪਿੰਡਾ ਨਜ਼ਰ ਆਉਂਦਾ ਤੇ ਇਹਦੇ ਲੱਗੇ ਟਾਂਕੇ ਇਹਨੇ ਗਿਆ ਉਹ ਲੁਕੋਏ ਯਾਰ ਤੁਸੀਂ ਕਿਉਂ ਜ਼ਿਆਦਾ ਸੌਂਦੇ ਤੈਨੂੰ ਲਾ ਕੇ ਦੇ ਜੂੰਗਾ ਤੂੰ ਟੈਨਸ਼ਨ ਨਾ ਲੈ ਤੂੰ ਮੈਨੂੰ ਪਤਾ ਬ੍ਰੇਕ ਪਾਉਣੀ ਹੈ ਆਹ ਸ਼ਰਟ ਦੇ ਲਓ ਸਾਜ ਜੀ ਤੂੰ ਮੈਨੂੰ ਲਾ ਕੇ ਨਾ ਦੇਈ ਤੂੰ ਮੀਟਰ ਤੇ ਟੰਗ ਜੀ ਬਸ ਹਾਂਜੀ ਅੱਜ ਕੱਲ੍ਹ ਮਿੱਠਾ ਵੀ ਨਹੀਂ ਫੜਿਆ ਯਾਰ ਡੇਲੀ ਘਰੀ ਵੀ ਹੋਰ ਸ਼ਰਟ ਵੀ ਹੋਰ ਬੂਟ ਚੈੱਕ ਕਰੋ ਸਾਜ ਜੀ ਥੱਲੇ ਸਾਜ ਜੀ ਸ਼ਰਟ ਤੇ ਮਾੜੀ ਨਹੀਂ ਪਾਈ ਮਿੱਠੇ ਨੇ ਰਾਤ ਨੂੰ ਜਦੋਂ ਸੌਂਦਾ ਨਾ ਸਾਰੀ ਰੱਸੀ ਲਪੇਟ ਕੇ ਸੌਂ ਕੇ ਉਹਨੇ ਨਹੀਂ ਠੀਕ ਹੈ ਸੌਂ ਕੇ ਤੇ ਲੋੜ ਪੈ ਜਾਂਦੀ ਮੰਜੀਆਂ ਮੰਜੀਆਂ ਲਾਉਣੀਆਂ ਪੈਂਦਾ ਉੱਥੇ ਆਹ ਬਾਣ ਯਾਰ ਘਰੋਂ ਸਾਹ ਜੀ ਆਉਣ ਲੱਗਾ ਵਾ ਤੇ ਵੱਡਾ ਭਰਾ ਕਹਿੰਦਾ ਬਾਈ ਮਿੱਠੇ ਆ ਸ਼ਰਟ ਲਾ ਕੇ ਜੇ ਮੰਜੀ ਬੁਣਨੀ ਆ ਯਾਰ ਇਹ ਵੀ ਮੰਗਣ ਆਇਆ ਕੋਈ ਸ਼ਰਟ ਹੈ ਕਹਿੰਦਾ ਸ਼ਰਟ ਦੇ ਨੂੰ ਫਾਂਸੀ ਲੈਣੀ ਹੈ ਤੇ ਸ਼ਾਮ ਨੂੰ ਜਦੋਂ ਲਾਂਦਾ ਰੱਸੀਆਂ ਛੱਪੀਆਂ ਹੁੰਦੀਆਂ ਜਦੋਂ ਮੰਜਾ ਛੱਪ ਜਦੋਂ ਮੰਜੇ ਤੋਂ ਉੱਠਣਾ ਤੇ ਬੋਡੀ ਤੇ ਛੱਪੀਆਂ ਹੁੰਦੀਆਂ ਇਹ ਸ਼ਰਟ ਪਾ ਕੇ ਸਾਹ ਜੀ ਬਲੇ ਡਿਗੇਟੀਆਂ ਕਰਦਾ ਸੀ ਇਹ ਹਾਂਜੀ ਉਹ ਜਿਹੜਾ ਤੀਰ ਜਿਹਾ ਨਹੀਂ ਬਣਿਆ ਆਹ ਕੋਠੀਆਂ ਤੇ ਘੁਮਾ ਕੇ ਸੁੱਟ ਕੇ ਲਿਆ ਆਹੋ ਆਹੋ ਉਹ ਜਦੋਂ ਫਸ ਜਾਂਦਾ ਸੀ ਹਾਂਜੀ ਇਹਨੇ ਇੱਕ ਜਗ੍ਹਾ ਤੇ ਸਿੱਟੀਆਂ ਰੱਸੀਆਂ ਬਾਬਾ ਜੀ ਇਹਨੇ ਇੰਜ ਕਰਕੇ ਕੁੰਡੀ ਪਾਈ ਆ ਕੁੰਡੀ ਪਾ ਕੇ ਜਦੋਂ ਫੁੱਲ ਟੈਟ ਹੋ ਗਈ ਤੇ ਜਾ ਰਿਹਾ ਤੇ ਰਸ ਅੱਧ 'ਚ ਜਦੋਂ ਆਇਆ ਨਾ ਤੇ ਉੱਧਰੋਂ ਇੱਕ ਭਾਈ ਮੁੱਚਾ ਵਾਲਾ ਉਹਨੇ ਕੁੰਡੀ ਫੜੀ ਉਹਨੇ ਆਪਾਂ ਗੱਲ ਆਪਣੇ ਛੋਟੇ ਭਰਾ ਪਿੱਛਾ ਕਾਰਟੂਨ ਜਦੋਂ ਕੋ ਮੈਂ ਸ਼ਰਟ ਲਈ ਆ ਨਾ ਉਹਨੂੰ ਮੈਂ ਕਿਹਾ ਖੁੱਲੀ ਕਹਿੰਦਾ ਯਾਰ ਰੱਸੀ ਟੈਟ ਕਰ ਲਈ ਆਹੋ ਸਹੀ ਗੱਲ ਆ ਡੇਲੀ ਕਬਾੜੀ ਕੋਲ ਚਲੇ ਜਾਂਦਾ ਲੋਹੇ ਦਾ ਰੇਟ ਪਤਾ ਕਰਨ ਉਹ ਲੋਹੇ ਦੇ ਬਣੇ ਕਹਿੰਦਾ ਨਹੀਂ ਨਹੀਂ ਇਹ ਤਾਂ ਇਹਨੂੰ ਪਰਸੋਂ ਇੱਕ ਬੰਦੇ ਨੇ ਗੱਡੀ 'ਚ ਰੋਕ ਲਿਆ ਗੱਡੀ 'ਤੇ ਖੜਾ ਸੀ ਉਹ ਉਹਨੇ ਕਿਹਾ ਭਾਅ ਜੀ ਇੱਕ ਬੰਦਾ ਰੱਸੀ ਦੇਣਾ ਮੈਂ ਟੋਚਣ ਲਾ ਕੇ ਗੱਡੀ 'ਚ ਵਰਕਸ਼ਾਪ ਲੈ ਕੇ ਜਾਣਾ ਭਾਅ ਜੀ ਇਹਨੇ ਇੱਕ ਦਿਨ ਸੁੱਟੀ ਕੁੰਡੀ ਆ ਕੱਢ ਕੇ ਇਹਨੇ ਆਪਣੇ ਵੱਲੋਂ ਕਿਤੇ ਸੁੱਟੀ ਨੁੱਕਰ 'ਚ ਫਸੇ ਤਾਂ ਜੀ ਉਹ ਡਾਲੇ ਦੇ ਨਾਲ ਫਸ ਗਈ ਪੁਲਿਸ ਵਾਲਿਆਂ ਦੇ ਤਾਂ ਜੀ ਇਹ ਚੜਾਵੇ ਉਹ ਚੱਟਣ ਨਾਲ ਉਹਨਾਂ ਨੇ ਖਿੱਚ ਲਿਆ ਸਪੀਡ ਨਾਲ ਕਦੋਂ ਫੜਨ ਗਿਆ ਉਹ ਰੱਸੀ ਦਾ ਸਿਰਾ ਕਿਤੇ ਫਸ ਗਿਆ ਇਹ ਅੱਗੇ ਨੂੰ ਜਾਈ ਜਿਵੇਂ ਸ਼ਰਟ ਸਾਦੀ ਹੋਈ ਐਂਡ ਤੇ ਜਾ ਕੇ ਸ਼ਰਟ ਕੱਲੀ ਚਿੱਟੀ ਰਹਿ ਗਈ ਮੁੜ ਕੇ ਉੱਥੇ ਹੀ ਵਾਪਸ ਆਇਆ ਤੁਸੀਂ ਯਕੀਨ ਮੰਨੋ ਮੈਂ ਸ਼ਰਟ ਲਾ ਕੇ ਇੰਜ ਕਰਕੇ ਸੁੱਟੀ ਆ ਮੇਰੀ ਬੇਗਮ ਵਿੱਚ ਫਸ ਕੇ ਡਿੱਗਣ ਲੱਗੀ ਸੀ ਕਹਿੰਦੀ ਰੱਸੀ ਫਸ ਗਈ ਮੇਰੇ ਇਹ ਲੋਦਾ ਤਾਂ ਨਹੀਂ ਗਾ ਸ਼ਰਟ ਇਹ ਪਿੰਨਾ ਬਣਾਉਂਦਾ ਸ਼ਰਟ ਅੱਛਾ ਇੱਥੋਂ ਹੀ ਇੰਜ ਕਰਕੇ ਪਿੰਨਾ ਕਰਨ ਲੱਗ ਜਾਂਦਾ ਤੇ ਨਵੀਂ ਪਾ ਲੈਂਦਾ ਨਹੀਂ ਸਰ ਜੀ ਇੰਜ ਨਹੀਂ ਬਦਲਦਾ ਇੰਜ ਬਾਹਰ ਤੇ ਲਪੇਟ ਲੈਂਦਾ ਸ਼ਰਟ ਦੂਸਰੀ ਪਾ ਲੈਂਦਾ ਤੇ ਬਾਹਰ ਉੱਥੇ ਹੀ ਸ਼ਰਟ ਨਾਲ ਰੱਸਾ ਟੱਪਦਾ ਜੀ ਐਂ ਗੱਲ ਰੱਸਾ ਕੱਢ ਕੇ ਵਿੱਚ ਨਹੀਂ ਤੂੰ ਥੱਲੋਂ ਚਲੋ ਠੀਕ ਆ ਹੋ ਗਿਆ ਮੈਂ ਤੂੰ ਥੱਲੋਂ ਸ਼ਰਟ ਕਿਉਂ ਪਾਈ ਮੈਨੂੰ ਦੱਸਦੇ ਹੈ ਯਾਰ ਉਹਨੇ ਬੜੀ ਦੂਰੋਂ ਆਉਣਾ ਹੁੰਦਾ ਰਾਤ ਨੂੰ ਸਰਦੀ ਹੋ ਜਾਂਦੀ ਹੈ ਲੇਕਿਨ ਮੈਨੂੰ ਪ੍ਰੋਬਲਮ ਹੈ ਕਿ ਤੂੰ ਐਡੀਡਾਸ ਲਿਖਿਆ ਇਹਦਾ ਇਹ ਕਿ ਬੁਰਾ ਲੱਗ ਰਿਹਾ ਕਮੀਜ਼ ਦੇ ਉੱਤੋਂ ਥੱਲਿਓ ਉਹਨੇ ਕਿਹੜਾ ਸਤਾ ਜੀ ਸਕਰਦੂ ਤੋਂ ਆਉਣਾ ਬਰਫਬਾਰੀ ਬਹੁਤ ਹੋਣੀ ਸਕਰਦੂ ਬਰਫਬਾਰੀ ਨੂੰ ਗਲੇਸ਼ੀਅਰ ਵਾਲੀ ਸਾਈਡ ਤੋਂ ਗਲੇਸ਼ੀਅਰ ਵਾਲੀ ਸਾਈਡ ਤੋਂ ਬਹੁਤ ਠੰਡ ਪਈ ਸਿੱਧਾ ਕਹਿ ਜ਼ਖਮ ਲਗਾਉਣ ਡਿਆ ਤੇ ਫੈਰ ਲੱਗਣ ਡਿਆ ਕਿਤੇ ਬੁਲਟ ਪ੍ਰੂਫ ਜੈਕਟ ਪਾਈ ਜ਼ਖਮ ਵਾਲੀ ਗੱਲ ਨਹੀਂ ਆ ਤੂੰ ਕਿਉਂ ਸੜਨ ਆ ਵਾ ਸ਼ਰਟ ਬੜੀ ਹੈਵੀ ਸ਼ਰਟ ਆ ਸਾਜ ਮੈਂ ਤਾਂ ਨਹੀਂ ਥੱਲੇ ਤਾਂ ਉੱਤੋਂ ਦੀ ਪੌਂਦਾ ਬੰਦੇ ਮੰਗ ਲੈਂਦੇ ਆ ਅੱਛਾ ਯਕੀਨ ਕਰੋ ਅੱਛਾ ਸ਼ਰਟ ਥੱਲੋਂ ਨਹੀਂ ਪ੍ਰਿੰਟ ਹੋਇਆ ਇੱਕ ਬੰਦੇ ਨੇ ਬੱਲਾ ਮਾਰ ਰਿਹਾ ਸੀ ਉਹਦਾ ਸਟicker ਇੱਥੇ ਲੱਗ ਗਿਆ ਅੱਛਾ ਐਡੀਡਾਸ ਇਹਦੀ ਇਹਦੀ ਮਾਠੀ ਸ਼ਰਟ ਆ ਯਕੀਨ ਮੰਨੋ ਇਹਦੀ ਬੇਗਮ ਨੇ ਧੋ ਕੇ ਬਨੇਰ ਤੇ ਸੁੱਕਣੇ ਪਾਈ ਆ ਬਿੱਲੀ ਜਾਂ ਦੀ ਬਨੇਰ ਤੇ ਇਹਦੀ ਸ਼ਰਟ ਆ ਜੋ ਜੈਪ ਮਾਰ ਕੇ ਟੱਪ ਗਈ ਕਹਿੰਦੀ ਤੂੰ ਮਟੂਸ ਬਹੁਤ ਆਉਂਦੀ ਹੈ ਬੇਟਾ ਜੀ ਫੰਬਲ ਹੋਈ ਯਾਰ ਕਹਿੰਦੀ ਸਾਰੀ ਸਮੈਲ ਬਹੁਤ ਆਉਂਦੀ ਸ਼ਰਟ ਦੀ ਲੈ ਅੱਛਾ ਉਹ ਮੈਂ ਤਾਂ ਦੱਸਦਾ ਸਾਡਾ ਜੋ ਹੋਇਆ ਕੀ ਹੈ ਸਾਡਾ ਚ ਬਹੁਤ ਬੁਰੀ ਹੋਈ ਸਾਡਾ ਹੋਇਆ ਆ ਅਸੀਂ ਸੁਬਾ ਗਏ ਆ 10 ਵਜੇ ਲਾਹੌਰ ਜਾਨੀ ਕੀ ਚਾਹ ਰਿਕਾਰਡ ਕਰਨ ਸਾਡੇ ਅੱਜ ਦੇ ਗੈਸਟ ਸੀ ਜਨਾਬ ਸੈਯਦ ਨੂਰ ਸਾਹਿਬ ਔਰ ਅਗਲੇ ਜਿਹੜੇ ਗੈਸਟ ਉਹ ਬਹੁਤ ਉਹ ਸਰਪ੍ਰਾਈਜ਼ਿੰਗ ਹੈ ਹਾਂ ਸਹੀ ਦੱਸਿਓ ਉਹ ਸਰਪ੍ਰਾਈਜ਼ ਆ ਉਹ ਤੁਸੀਂ ਕਿਹੜਾ ਉਹ ਤੁਹਾਡਾ ਪਲਾਵ ਜੇ
ਠੀਕ ਹੈ ਜੀ, ਹਿੰਟ ਦੇ ਦਿਓ ਕੋਈ ਮਾੜਾ ਮੋਟਾ। ਹਿੰਟ ਇਹ ਆ ਕਿ ਲਓ ਜੀ ਸ਼ਰਾਬ ਹਰਾਮ ਨਹੀਂ ਹੈਗੀ, ਇਹ ਹਿੰਟ ਆ। ਅੱਛਾ ਜੀ, ਉਹ ਅਸੀਂ ਨਾ 10 ਵਜੇ ਗਏ ਹਾਂ ਅਤੇ ਗੱਡੀ ਵੀ ਸਾਡੀ ਮਾੜੀ ਸੀ ਅਤੇ ਜਨਾਬ ਅਸੀਂ ਕੋਈ ਮੈਂ ਕਿਹਾ ਯਾਰ 2 ਵਜੇ ਪਹੁੰਚਣਾ ਵਾ, ਪਹਿਲੇ ਨਿਕਲਦੇ ਸਕੂਨ ਸਕੂਨ ਨਾਲ 70-80 ਦੀ ਸਪੀਡ 'ਤੇ ਜਾਵਾਂਗੇ। ਅਸੀਂ ਜਨਾਬ ਜੀ ਚਲੇ ਗਏ ਹਾਂ, ਪਹਿਲੇ ਤਾਂ ਤਕਰੀਬਨ ਸ਼ੇਖੂਪੁਰਾ ਤੋਂ ਕ੍ਰਾਸ ਕਰਕੇ ਅਤੇ ਕੋਟ ਅਬਦੁਲ ਓਨਰ ਦੇ ਥੋੜ੍ਹਾ ਪਿੱਛੇ ਅਬਦੁਲ ਮਾਲਕ ਹੈ ਅਬਦੁਲ ਓਨਰ ਕੀ ਹਾਂ ਮਾਲਕ ਪਿਛਲਾ ਟਾਇਰ ਤੇ ਅੱਲਾ ਖੈਰ, ਅਸੀਂ ਉਤਰ ਕੇ ਸਟੱਪਣੀ ਦੇਖੀ ਆ, ਉਹ ਹੈ ਨਹੀਂ ਸੀ। ਸਤਾਰ ਜੀ ਫੇਰ ਨਾ ਉਹ ਗੱਡੀ ਦੇ ਵਿੱਚ ਨਾ ਇੱਕ ਏਡਾ ਕੁ ਪੰਪ ਟਾਇਪ ਜੀ ਚੀਜ਼ ਪਈ ਸੀ, ਕੀ ਸਾਥ ਦਿੱਤਾ ਮਸ਼ੀਨ ਏਡੀ ਕੋ ਜਿਹੜੀ ਅੱਜ ਕੱਲ੍ਹ ਜਪਾਨੀ ਗੱਡੀਆਂ 'ਚ ਹਵਾ ਲਈ, ਉਹ ਕਦੀ ਅਸੀਂ ਯੂਜ਼ ਹੀ ਨਹੀਂ ਸੀ ਕੀਤੀ। ਮੈਂ ਦੇਖਿਆ ਤਾਂ ਉਹਦੀ ਇੱਕ ਸਾਈਡ 'ਤੇ ਉਹ ਅਸੀਂ ਟਾਇਰ ਵਾਲਾ ਅਤੇ ਦੂਜੀ ਸਾਈਡ 'ਤੇ ਉਹਦੇ ਉਹ 12 ਵੋਲਟ ਅੱਗੇ ਦੇਣ ਵਾਲਾ। ਹੁਣ ਪਤਾ ਨਹੀਂ ਚੱਲਦੀ ਵੀ ਸੀ ਕਿ ਨਹੀਂ, ਮੈਂ ਕਿਹਾ ਉੱਥੋਂ ਧੁੱਪ ਸਾ ਜੀ, ਉਦੋਂ ਇੱਕ 12:30 ਦਾ ਟਾਈਮ ਸਾ ਜੀ, ਅਸੀਂ ਨਾ ਉਹ ਇਹਨੇ ਲਾਇਆ ਲਾ ਕੇ ਅਤੇ ਮੈਂ ਉੱਧਰ ਲਾਇਆ ਗੱਡੀ ਸਟਾਰਟ ਕੀਤੀ, ਉਹਨੂੰ ਕਹਿੰਦਾ ਕਰ, ਅਸੀਂ ਦੇਖਿਆ ਤਾਂ ਭਾਜੀ ਟਾਇਰ ਤਾਂ ਹੋ ਰਿਹਾ ਓਏ। ਲਓ ਜੀ ਉੱਥੇ ਹਿਸਾਬ ਕਿਤਾਬ ਥੋੜ੍ਹਾ ਜਿਹਾ ਲਾਇਆ, ਫੋਨ ਕੀਤਾ 130 'ਤੇ, ਉਹਨਾਂ ਨੇ ਲੋਕੇਸ਼ਨ ਪੁੱਛੀ, ਮੈਂ ਕਿਹਾ ਲੋਕੇਸ਼ਨ ਛੱਡ ਦੇ, ਗੱਡੀ ਹੋ ਗਈ ਤਾਂ, ਅਤੇ ਟਾਇਰ ਨੂੰ ਫਲੂਏ ਨਿਕਲ ਆਏ, ਟਾਇਰ ਪਤਾ ਨਹੀਂ ਕਿੱਦਾਂ ਦਾ ਸੀ, ਉਹ ਐਂਜ ਐਂਜ ਕਰਕੇ ਨਾ ਜੀਪ ਜਿਹਾ ਹੋਇਆ ਸੀ। ਅਸੀਂ ਥੋੜ੍ਹੀ ਜਿਹੀ ਵਾਹ ਭਰੀ, ਭਜਾ ਤੀ ਗੱਡੀ 2 ਕਿਲੋਮੀਟਰ ਬਾਅਦ ਫਿਰ ਰੁਕ ਕੇ ਵਾਹ ਭਰੀਏ, ਫਿਰ ਭਜਾ ਦੇ। ਇਹ ਹੁਣ ਪਿਛਲੀ ਸੀਟ 'ਤੇ ਬੈਠਾ ਐਂਜ ਉਹਨੂੰ ਫੜ ਕੇ, ਜਿੱਥੇ ਮੈਂ ਗੱਡੀ ਰੋਕਾਂ ਇਹ ਥੱਲੇ ਉਤਰੇ ਉਹਨੂੰ ਲੱਗ ਕੇ ਅਤੇ ਉਹਨੂੰ ਨੱਪ ਦੇਵੇ। ਜਦੋਂ ਭਰੇ ਐਂਜ ਕਰਕੇ ਉਹਨੂੰ ਖੋਲ੍ਹੇ ਅਤੇ ਮੈਂ ਫਿਰ ਭਜਾ ਦਾ ਭਾਈ। 10 ਕਿਲੋਮੀਟਰ ਤੋਂ ਬਾਅਦ ਅਸੀਂ ਫਿਰ ਕੋਟ ਅਬਦੁਲ ਮਾਲਕ ਉਤਰੇ ਹਾਂ ਅਤੇ ਅਸੀਂ ਪੈਂਚਰ ਟਾਇਰ ਹੀ ਬਦਲਾਇਆ, ਨਵੇਂ ਸਾਥ ਜੀ, ਹਾਂ ਟਾਇਰ ਬਦਲਾਇਆ ਅਤੇ ਫਿਰ ਵਾਪਸ ਅਸੀਂ ਪਹਿਲੇ। ਅੱਛਾ ਔਰ ਸੁਣੋ ਤੁਸੀਂ ਨਾ, ਕਿੰਨੇ ਵਜੇ ਪਹੁੰਚੇ ਹੋਵੋਗੇ ਅਸੀਂ? 3 ਵਜੇ, 3-4 ਵਜੇ ਉੱਥੇ ਪਹੁੰਚੇ ਸੀ। 3-4 ਵਜੇ ਉੱਥੇ ਪਹੁੰਚ ਕੇ ਨਾ ਭਾਅ ਜੀ ਫਿਰ ਕੋਟ ਅਬਦੁਲ ਮਾਲਕ ਉਤਰੇ ਸੀ ਅਤੇ ਉੱਥੋਂ ਫਿਰ ਵਾਪਸ ਮੋਟਰ ਵਿੱਚ ਚੜੇ, ਫਿਰ ਅੱਗੋਂ ਠੋਕਰ ਪਤਾ ਨਹੀਂ ਕਿੱਥੇ ਕਿੱਥੇ, ਉਹ ਕੁਝ ਸਾਨੂੰ 5 ਘੰਟੇ ਲੱਗ ਗਏ ਉੱਥੇ ਗਏ ਹਾਂ। ਜਾਂਦਿਆਂ ਜਨਾਬ ਜੀ ਨੁਮਾਨ ਸਾਹਿਬ ਸਾਡੇ ਜਿਹੜੇ ਪ੍ਰੋਡਿਊਸਰ ਨੇ, ਡਾਇਰੈਕਟਰ ਪ੍ਰੋਡਿਊਸਰ, ਉਹਨਾਂ ਨੂੰ ਮੈਂ ਫੋਨ ਕੀਤਾ, ਉਹ ਕਹਿੰਦੇ ਕਿੱਧਰ? ਮੈਂ ਕਿਹਾ ਕਿੱਧਰ ਕੀ? ਮੈਸੇਜ ਨਹੀਂ ਪੜਿਆ ਮੇਰਾ? ਮੈਂ ਕਿਹਾ ਚੱਲ ਹੈ ਉਹ ਭਾਏ ਨਾ, ਮੈਂ ਤੁਹਾਨੂੰ ਮੈਸੇਜ ਕੀਤਾ ਵਾ, ਮੈਂ ਕੀ ਕੈਂਸਲ ਹੋ ਗਿਆ ਪ੍ਰੋਗਰਾਮ ਅਤੇ ਅਸੀਂ ਉੱਥੇ ਬੈਠੇ ਐ ਬੁਰਕੀਆਂ। ਲੈ ਵੀ ਉਹ ਨਹੀਂ ਮੰਨਿਆ ਉਹਨੇ ਜਦੋਂ ਮੈਸੇਜ, ਮੈਂ ਕਿਹਾ ਯਾਰ ਬਾਇਡੋ ਮੈਸੇਜ ਉਹਨਾਂ ਨੇ ਜਿਹੜਾ ਸੀ ਉਹਨਾਂ ਨੇ ਕਿਤੇ ਕੀਤਾ ਸੀ ਮੈਨੂੰ ਕਿ ਵੀ ਉਹ ਨਹੀਂ ਆ ਰਹੇ, ਉਹਨਾਂ ਹਫ਼ਤੇ ਦਾ ਪ੍ਰੋਗਰਾਮ ਆ ਅਤੇ, ਲੇਕਿਨ ਮੈਂ ਉੱਥੇ ਪਹੁੰਚ ਗਿਆ ਸੀ, ਮੈਂ ਨਹੀਂ ਸੁਣ ਸਕਿਆ। ਫਿਰ ਮੈਂ ਉਹਨੂੰ ਕਿਹਾ ਵੀ ਜਦੋਂ ਇੱਦਾਂ ਦਾ ਮਸਲਾ ਆਵੇ ਉਦੋਂ ਕਾਲ ਕਰੀਦੀ ਹੈ, ਜਦੋਂ ਇੱਦਾਂ ਦਾ ਮਸਲਾ ਆਵੇ ਉਦੋਂ ਤੂੰ ਇਹ ਕਿਉਂ ਨਹੀਂ ਦੇਖਿਆ ਕਿ ਵੀ ਮੈਸੇਜ 'ਤੇ ਉਹਨਾਂ ਦਾ ਰਿਪਲਾਈ ਨਹੀਂ ਆਇਆ ਜਾਂ ਉਹਨਾਂ ਨੇ ਓਕੇ ਵੀ ਨਹੀਂ ਕਿਹਾ, ਇਹਦਾ ਮਤਲਬ ਮੈਂ ਕਾਲ ਕਰ ਦਊਂ, ਠੀਕ ਹੈ ਨਾ? ਵੈਸੇ ਕੈਂਸਲੇਸ਼ਨ ਕਾਲ 'ਤੇ ਹੀ ਦੱਸਣੀ ਚਾਹੀਦੀ। ਚਲੋ ਨਾਮ ਹੀ ਦੱਸੋ ਤੁਸੀਂ ਇਹ ਕੀਤੀ ਆ, ਤੁਹਾਨੂੰ 1.5 ਘੰਟੇ ਬਾਅਦ ਮੈਸੇਜ ਦਾ ਰਿਪਲਾਈ ਨਹੀਂ ਆ, ਓਕੇ ਵੀ ਨਹੀਂ ਕਿਹਾ ਮੈਂ, ਮੈਂ ਓਕੇ ਤਾਂ ਕਹਿਣਾ ਸੀ ਨਾ ਸੁਣ ਕੇ ਕਿ ਵੀ ਮੈਂ ਉਹ ਵੀ ਨਹੀਂ ਕਿਹਾ, ਅਤੇ ਤੁਸੀਂ ਤਾਂ ਸਮਝ ਜਾ ਉਹ ਕਿਤੇ ਬਿਲੂ ਟਿੱਕ ਹੋ ਗਿਆ ਇਸ ਤੋਂ ਕਿ ਮੈਂ ਕਿਤੇ ਇੰਝ ਕੀਤਾ, ਉਸ ਤੋਂ ਬਾਅਦ ਮੈਂ ਕੁਝ ਸੁਣਿਆ ਨਹੀਂ ਗਿਆ, ਯਾਨੀ ਮੈਂ ਸੁਣਿਆ ਨਹੀਂ, ਮੈਂ ਇੰਝ ਕਰ ਲਿਆ, ਅਤੇ ਉਹਨੇ ਸਮਝਿਆ ਕਿ ਵੀ ਭਾਈ ਨੇ ਸੁਣ ਲਿਆ, ਅਤੇ ਉਹ ਇਹ ਮਿਸਟੇਕ ਉੱਥੋਂ ਭਾਈ। ਫਿਰ ਅਸੀਂ ਫੌਰਨ ਨਿਕਲੇ ਵਾਪਸ, ਠੀਕ ਹੈ ਜੀ, ਹਾਂਜੀ, ਫਿਰ ਵਾਪਸ ਆਏ ਹਾਂ। ਵਾਪਸ ਆ ਕੇ ਹੁਣ ਟੀ ਟਾਈਮ ਹੈ ਨਹੀਂ ਸੀ ਕਿਉਂਕਿ ਅਸੀਂ ਹਫ਼ਤੇ ਨੂੰ ਫਿਰ ਜਾਣਾ,
ਔਰ ਜਨਾਬ ਅੱਜ ਹਫ਼ਤਾ ਹੀ ਹੈ ਮੇਰੇ ਹਾਲ ਉਹ ਤੁਸੀਂ ਗੱਲ ਵਿੱਚ ਮੇਨ ਇੱਕ ਦੱਸੀ ਨਹੀਂ ਅੱਜ ਜਿੱਦਣ ਇਹ ਹੋਇਆ ਉਦਣ ਤਾਂ ਹਫ਼ਤਾ ਹੀ ਹੈ ਨਾ ਅੱਜ ਅੱਜ ਜੁਮੇਰਾ ਅਤੇ ਨਹੀਂ 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 ਅੱਜ ਜੁਮੇਰਾ ਰਿਕਾਰਡ ਹੋ ਰਿਹਾ ਜਿੱਦਣ ਨੂੰ ਦੇਖ ਰਹੇ ਨੇ ਉਹ ਹਫ਼ਤਾ ਤੇਲ ਪਵਾ ਲਾਂਗੇ ਨਾਲ ਕੁਛ ਖਾਣ ਪੀਣ ਨੂੰ ਉੱਥੇ ਏ ਟੀ ਐਮ ਤੇ ਕਾਰਡ ਪਾਇਆ ਤੇ ਇੱਕ ਭਾਈ ਪਹਿਲੇ ਨਿਕਲਿਆ ਬਾਹਰ ਉਹਨੂੰ ਚੰਗੀ ਭਲੀ ਉਹਦੀ ਗੱਡੀ ਕਈਆਂ ਬੰਦਿਆਂ ਦੀ ਨਾ ਗੱਡੀ ਹੁੰਦੀ ਉਹਦੇ 25 ਕਰੋੜ ਰੁਪਏ ਵਾਲੀ ਡਰੈਸ ਅੱਛਾ ਤੇ ਬੋਲਦੇ ਨੇ ਤੇ ਬੰਦਾ ਕਹਿੰਦਾ ਯਾਰ ਇਹਦੇ ਕੋਲ ਗੱਡੀ ਹੈ ਉਹਨੇ ਚੰਗੀ ਪੈਂਟ ਸ਼ਰਟ ਪਾਈ ਔਰ ਬੜਾ ਅੱਛਾ ਰੀਜ਼ਨੇਬਲ ਬੰਦਾ ਤੂੰ ਗੱਡੀ ਵੀ ਉਹਦੇ ਕੋਲ ਅੱਛੀ ਮਹਿੰਗੀ ਤੂੰ ਇੰਜ ਨਿਕਲ ਕੇ ਨਾ ਇੰਜ ਆਪਣੀ ਗੱਡੀ ਤੇ ਗਿਆ ਤੇ ਮੈਂ ਜਿਹੜਾ ਕਹਿੰਦਾ ਹੈਨੀ ਜੇ ਹੈਨੀ ਜੇ ਮੈਂ ਉਹਦੀ ਗੱਡੀ ਵੇਖਾਂ ਤੇ ਉਹਦੇ ਵੇਖਾਂ ਤੇ ਕਲੀਨ ਸ਼ੇਵ ਯਾਰ ਕਹਿੰਦਾ 1 ਰੁਪਈਆ ਨਹੀਂ ਹੈਗਾ ਮੈਂ ਮਾਰ ਲਿਆ 4-5 ਵਾਰੀ ਕਾਰਡ ਮਾਰਿਆ ਭਾਜੀ ਨਹੀਂ ਹੈਗੇ ਟਾਈਮ ਜ਼ਾਇਆ ਹੋਣਾ ਭਾਜੀ ਮੈਂ ਕਿਹਾ ਯਾਰ ਮੈਂ ਕਿਹਾ ਸਰ ਮੈਂ ਕਰਨਾ ਦੇਖ ਲਓ ਸੰਤ ਕੋਈ ਨਹੀਂ ਹੈ ਹੀ ਨਹੀਂ ਮੈਂ 5000 ਤੋਂ ਸ਼ੁਰੂ ਹੋਇਆ 1000 ਤੱਕ ਆਇਆ ਮੈਨੇ ਸੀ ਹੈਗੇ ਅੱਛਾ ਜਦੋਂ ਨੇ ਕਹਿੰਦਾ 1000 ਤੱਕ ਨਹੀਂ ਕਹਿੰਦਾ ਮੈਂ 25000 ਤੋਂ ਸ਼ੁਰੂ ਹੋਇਆ 5000 ਤੱਕ ਆਇਆ ਨਹੀਂ ਸੀ ਹੈਗੇ ਮੈਂ ਕਿਹਾ ਸਾਨੂੰ ਤਾਂ ਤੁਹਾਡਾ ਤਾਂ 2-3 ਨਾ ਸਰ ਜਾਣਾ ਮੈਂ ਭਾਜੀ ਪਹਿਲੇ 3 ਫਿਰ 2 ਫਿਰ 1 ਫਿਰ ਮੈਂ 500 ਜਦੋਂ ਮੈਂ 500 ਵਾਲਾ ਮਾਰਿਆ ਉਦੋਂ ਮਸ਼ੀਨ ਦੇ ਮੈਸੇਜ ਆ ਕਿ ਤੂੰ ਹਟਣਾ ਕਿ ਮੈਂ ਕਾਰਡ ਕੈਪਚਰ ਕਰ ਲਵਾਂ ਮਸ਼ੀਨ ਬੋਲੀ ਖੁਦ ਮਸ਼ੀਨ ਕਹਿੰਦੀ ਉਹ ਬਾਹਰ ਜਿਹੜਾ ਤੈਨੂੰ ਬਕਵਾਸ ਕਰਕੇ ਕਿਹਾ ਤੈਨੂੰ ਉੱਤੇ ਵੀ ਨਹੀਂ ਯਕੀਨ ਆਇਆ ਅੱਗੋਂ ਤੂੰ ਮੇਰੇ ਤੇ ਕੱਢ ਹੀ ਜਾ ਰਿਹਾ ਪਾਈ ਜਾ ਰਿਹਾ ਕਦੀ 1000 ਕਦੀ 500 ਕਦੀ 300 ਇਹ ਮੈਂ ਕਾਰਡ ਕੈਪਚਰ ਕਰ ਲੈਣਾ ਇੱਥੇ ਤਾਂ ਬਾਹਰ ਆਉਣਾ ਪੈਣਾ ਤੈਨੂੰ ਲੈ ਨਿਕਲ ਜਾ ਇੱਥੋਂ ਮੈਂ ਕਾਰਡ ਫੜਿਆ ਮੈਂ ਚੁੱਪ ਕਰਕੇ ਬਾਹਰ ਫਿਰ ਉੱਧਰੋਂ ਜਿਹੜੇ ਪੈਟਰੋਲ ਪੰਪ ਵਾਲਾ ਹੁੰਦਾ ਉਹਨੂੰ ਮੈਂ ਕਿਹਾ ਯਾਰ ਮਸ਼ੀਨ 'ਚ ਉਹਦੇ ਕੋਲ ਫਿਰ ਅਸੀਂ ਜਨਾਬ ਜੀ 2000 ਰੁਪਇਆ ਲਿਆ ਉਹਨੂੰ ਦੇ ਕੇ ਅਤੇ ਸਾਡੇ ਨਾਲ ਇੱਕ ਸਾਡਾ ਕੈਮਰਾਮੈਨ ਸੀ ਜਦੋਂ ਅਸੀਂ ਇਹ ਸਾਰਾ ਖੱਪ ਕੇ ਗੱਡੀ ਜਾ ਕੇ ਕਹਿੰਦਾ ਸਾਹ ਜੀ ਇਹ ਤੁਸੀਂ ਉਹਦੇ ਕੋਲ ਮੈਂ ਕਿਹਾ 2000 ਰੁਪਏ ਯਾਰ ਦਿੰਦੇ ਕਹਿੰਦਾ ਮੇਰੇ ਕੋਲ ਹੈਗੇ ਸੀ ਪੈਸੇ 2000 ਤਾਂ ਮੇਰੇ ਕੋਲ ਵੀ ਗਏ ਸੀ ਤਾਂ ਜੀ ਉਹ ਵੀ ਦੱਸੋ ਜਿਹੜਾ ਪਹਿਲਾ ਟਾਇਰ ਵਾਲਾ ਸੀ ਜਿਹੜਾ ਖੁਰਕੀ ਜਾਂਦਾ ਸੀਗਾ ਭਾਜੀ ਨਹੀਂ ਇਹ ਨਹੀਂ ਹੋਣਾ ਆਹੋ ਚਲੋ ਭਾਜੀ ਇੱਕ ਟਾਇਰ ਵਾਲੇ ਨੂੰ ਉਹ ਲਾਹੌਰ ਯਾਰ ਨਾਜ਼ਰੀਨ ਨਾ ਦੇਖਣਾ ਆਪਣੀ ਜ਼ਰਾ ਇਹ ਕੋਟ ਅਬਦੁਲ ਮਾਲਕ ਸੀਗਾ ਕੋਟ ਅਬਦੁਲ ਮਾਲਕ ਪਹਿਲਾ ਹੀ ਟਾਇਰਾਂ ਵਾਲਾ ਅਤੇ ਵੀ ਉਹ ਇੱਦਾਂ ਨਹੀਂ ਹੁੰਦਾ ਵੀ ਜਿਵੇਂ ਉਹ ਹੋ ਹੋ ਯਾਰ ਸ਼ਿਟ ਗਾਹਕ ਆ ਗਿਆ ਉਹ ਇਸ ਤਬੀਅਤ ਦੱਸ ਆਹੋ ਵੀ ਗਾਹਕ ਕਿਉਂ ਆ ਗਿਆ ਉਹ ਕਿਤੇ ਪਰੇ ਬੈਠਾ ਉੱਥੋਂ ਵਿਚਾਰਾ ਉੱਠ ਕੇ ਆ ਕਹਿੰਦਾ ਇਹਨੂੰ ਪੈਂਚਰ ਹੀ ਲਾਉਣਾ ਹੈ ਐਂ ਦੇਖੀ ਜਾਣਾ ਉਹਦਾ ਸਟਾਈਲ ਅਤੇ ਮੈਂ ਉਹਦੇ ਦੇਖਦਾ ਕਹਿੰਦਾ ਨਵਾਂ ਪੈਣਾ ਭਾਅ ਜੀ ਨਵਾਂ ਹੀ ਪੈਣਾ ਮੈਂ ਕਹਿੰਦਾ ਯਾਰ ਇਹਦਾ ਨਵਾਂ ਪਾ ਦੇ ਕਿਹੜਾ ਹੈ 14 ਨੰਬਰ 14 ਮੰਗਵਾਉਣਾ ਪੈਣਾ ਅਤੇ ਮੈਂ ਕਿਹਾ ਮੰਗਵਾਉਣਾ 1 ਨੰਬਰ ਟਾਇਰ ਹੋਏਗਾ ਟਾਈਮ ਲੱਗੇਗਾ ਮੰਗਵਾਉਣਾ ਪੈਣਾ ਟਾਇਰ 1 ਨੰਬਰ ਹੋਏਗਾ ਭਾਅ ਜੀ ਖੁਰਕੀ ਜਾ ਰਿਹਾ ਆਹੋ ਅਤੇ ਮੈਂ ਇਹਨੂੰ ਕਿਹਾ ਆ ਜਾਓ ਅਤੇ ਇਹਨੂੰ ਮੈਂ ਕਹਿ ਰਿਹਾ ਮੈਂ ਕਿਹਾ ਯਾਰ ਉਹਦੀ ਖੁਰਕ ਤਾਂ ਚੈੱਕ ਕਰ ਟਾਇਰ ਪਾ ਕੇ ਅਸੀਂ ਵੀ ਜਾਂਦੇ ਹਾਂ ਕਰਦੇ ਜੀ ਉਹ ਬਿੱਲੀ ਤਾਂ ਲੁਕੀ ਪੈ ਗਈ ਦੇਖਦੀ ਹੈ ਅਤੇ ਰੋਜ਼ ਨਹੀਂ ਹਟਦੀ ਯਕੀਨ ਕਰੋ ਰੋਜ਼ ਬਾਲਟੀ 'ਤੇ ਜੰਪ ਮਾਰਦੀ ਆ ਅਤੇ ਬਾਲਟੀ ਖਾਲੀ ਆ ਅਤੇ ਉਹ ਇੰਜ ਵਜ਼ਨ ਨਾਲ ਡਿੱਗਦੀ ਹੈ ਅਤੇ ਰੋਜ਼ ਉੱਥੋਂ ਡਿੱਗਦੀ ਅਸੀਂ ਰੋਜ਼ ਬਾਲਟੀ ਚੁੱਕੀ ਦੀ ਉਹ ਵੀ ਠੀਕ ਠਾਕ ਅਸੀਂ ਵੀ ਠੀਕ ਠਾਕ ਜੀ ਉਹ ਉਹਨੂੰ ਡਿੱਗਣ ਦਾ ਇੰਨਾ ਸ਼ੌਕ ਪੈ ਗਿਆ ਬਿੱਲੀ ਨੂੰ ਬਾਲਟੀ ਡਿੱਗੀ ਵੀ ਹੋਵੇ ਨਾ ਉੱਤੋਂ ਵੀ ਡਿੱਗਦੀ ਰਹਿੰਦੀ ਉੱਤੋਂ ਪਾਇਆ ਨੂੰ ਸਾਰੀ ਰਾਤ ਦਫ਼ਤਰ ਇੰਜ ਫਿਰਦੀ ਆ ਜਿਵੇਂ ਸਜਾਦ ਜਾਨੀ 2A ਆ ਗਈ ਮੇਰੇ ਤੋਂ ਬਾਅਦ ਮੇਨ ਇਹ ਆ ਡਰਦੀ ਨਹੀਂ ਕਿਸੇ ਕੋਲ ਲਾਜੀ ਯੂਨਸ ਬਣੀ ਭਾਈ ਜਾਨ ਸਵੇਰੇ ਸੋਫੇ ਦੇ ਉੱਤੇ ਜੋ ਪੂਰਾ ਨਿਸ਼ਾਨ ਹੁੰਦੇ ਆ ਹਾਏ ਲੱਭ ਕੇ ਮਤਲਬ ਉਹ ਪੂਰੇ ਭਾਰ ਨਾਲ ਫਿਰ ਰਹੀ ਹਰ ਚੀਜ਼ ਆਹੋ ਇਹਨੂੰ ਕਹਿ ਯਾਰ ਦੁੱਧ ਦੁੱਧ ਇਹਨੂੰ ਪਾਇਆ ਕਰੋ ਯਾਰ ਕੁਛ ਆਉਣ ਲੱਗਿਆ ਨਾ ਸਵੇਰੇ ਥੋੜ੍ਹਾ ਜਿਹਾ ਉਹਦੇ ਕੋਲ ਲਾਇਆ ਕਰੋ
ਦੋ 300 ਰੁਪਏ ਦਾ ਮੁਰਗਾ ਲੈਣ ਦਾ ਰੋਜ਼ ਦਾ ਇਹਦੇ ਕਿ ਕਿਹੜੀ ਗੱਲ ਹੈ ਸੀ? ਹਾਂ ਜੀ ਜਾਣ ਦਿਆ ਕਰੋ, 300 ਦਾ ਇਹਦਾ ਕਰ ਦੋ, ਮੈਂ ਘਰ 80 ਰੁਪਏ ਦਾ ਲੈ ਕੇ ਜਾਂਦਾ। ਬਿਮਾਰ ਬੁੜਾ ਪੰਜਿਆਂ ਤੇ ਲਾਇਆ, ਸਾਨੂੰ ਕਿੱਥੋਂ ਵਿਚਾਰਾ ਪਾਈ ਜਾਵੇ? ਵਿੱਚ ਅਸੀਂ ਆਲੂ ਪਾਈ ਦੇ, ਅਸੀਂ ਇੱਕ ਦੋ ਕਦਮ ਵੀ ਬਣਾ ਲਈ ਦੇ ਇਹਦੇ ਤੇ ਲਾਕੇ। ਜਿਹੜਾ ਐਮ ਐਨ ਏ ਐਮ ਪੀ ਉਹ ਜੁਮੇਰਾ ਤੋਂ ਜੁਮੇਰਾ ਪੋਟਾਂ ਕਲੇਜੀ ਪਕਾਉਣ ਡਿਆ ਹੁੰਦਾ ਵਿਚਾਰ, ਤੇ ਸਤਾਜ ਜੀ ਤੋਂ ਪਕੌੜੇ ਲਏ ਆ। ਪਕੌੜੇ ਲਏ ਯਾਰ, ਅਸੀਂ ਮੰਨ ਗਏ ਵੀ ਫੈਸਲਾਬਾਦ ਦੇ ਜਿਹੜੇ ਲੋਕ ਨੇ ਨਾ ਯਾਰ, ਵਾਕਈ ਵੀ ਨਾਜ਼ਰੀਨ ਕੋਈ ਨਾ ਲੈਦਾ ਹੀ ਕੌਮ ਹੈ, ਇਹਨੇ ਪਕੌੜੇ ਇੱਥੋਂ ਜਾਣ ਲੱਗਿਆ ਲਏ ਤੇ ਉਹ ਬੰਦਾ ਧੁੱਪੇ ਫੁੱਲ ਬੈਠਾ ਪਕੌੜੇ ਜੇ, 10-11 ਦਾ ਟਾਈਮ ਆ, ਚੰਗਾ ਭਲਾ ਅੱਜ ਦਿਨ ਵੀ ਮਤਲਬ ਲੱਗਾ ਗਰਮ ਸੀ, ਅਤੇ ਹੁਣ ਨਾ ਉਹਨੇ ਨਾ ਕੋਈ ਅੱਗ ਨਾ ਕੋਈ ਗੱਲ ਨਾ, ਅਤੇ ਹੁਣ ਪਕੌੜੇ ਨੇ ਲਏ ਤੇ ਦੱਸੀ ਤਰ੍ਹਾਂ ਕੀ? ਮੈਂ ਉਹਦੇ ਕੋਲ 100 ਰੁਪਏ ਦੇ ਪਕੌੜੇ ਲਏ, ਮੈਂ ਹੱਥ ਲਾਇਆ, ਮੈਂ ਕਿਹਾ ਭਾਅ ਜੀ ਗਰਮ ਨਹੀਂ ਕਰਨੇ? ਕਹਿੰਦਾ ਸੂਰਜ ਬਾਦਸ਼ਾਹ ਕਰਨਗੇ ਗਰਮ, ਧੁੱਪੇ ਰੱਖੇ। ਕਹਿੰਦਾ ਸੂਰਜ ਕਰ ਤੇ ਰਿਹਾ ਗਰਮ ਗਰਮ, ਅੱਗੇ ਅੱਗੇ ਸੁਣੀ ਅੱਗੇ, ਅਤੇ ਉਹਨੇ ਭਾਈ ਮੇਰੇ 100 ਦੇ ਪਕੌੜੇ ਪਾ ਤੇ, ਮੈਂ ਕਿਹਾ ਚਟਨੀ ਚੁਟਨੀ ਉਹ ਏਦਾਂ ਹੀ ਮਜ਼ੇਦਾਰ ਆ, ਸ਼ਰਬਤ ਵਾਲਾ ਖਲੋਤਾ ਜਿਹਨੂੰ ਗੱਲ ਯਾਰ। ਮੈਂ ਕਿਹਾ ਭਾਜੀ ਸ਼ਰਬਤ ਦਾ ਗਲਾਸ ਬਣਾਇਆ ਤੂੰ, ਪਰ ਮੈਂ ਕਿਹਾ ਥੋੜੀ ਜ਼ਿਆਦਾ ਪਾ ਦੇਣਾ। ਉਹ ਕਹਿੰਦਾ ਕੀ ਕਰਨੀ, ਗਲੇ ਖਰਾਬ ਹੁੰਦੇ ਆ, ਤੂੰ ਇੱਦਾਂ ਹੀ ਪੀ ਕਿੱਦਾਂ? ਮੈਂ ਕਿਹਾ ਯਾਰ ਥੋੜ੍ਹੀ ਜਿਹੀ ਨਾ, ਨਾਲ ਮੇਰੇ ਜ਼ੁਬੈਰ ਸੀ, ਜ਼ੁਬੈਰ ਕਹਿੰਦਾ ਭਾਈ ਥੋੜ੍ਹੀ ਜਿਹੀ ਤੁੱਕ ਮਲੰਗਾ ਪਾ ਦੇ। ਕਹਿੰਦਾ ਹੁਣ ਬੋਰੀ ਪਾ ਦਵਾਂ? ਮੈਂ ਕਿਹਾ ਲਓ ਜੀ ਬਸ ਠੀਕ ਆ, ਨਾਲ ਵੀ ਕਰ ਰਹੇ ਆ ਬੋਰੀ ਪਾ ਦਈਏ। ਪਹਿਲੇ ਦੱਸਣਾ ਸੀ, ਹੁਣ ਤਾਂ ਮੈਂ ਪੜ੍ਹਾ ਤਾ ਯਾਰ, ਫੈਸਲਾਬਾਦੀ ਨਹੀਂ ਹਟਦੇ ਕਿਸੇ। ਉਹ ਜਦੋਂ ਬਹੁਤੇ ਗਰਮ ਹੋ ਜਾਂਦੇ ਹੁਣ ਉੱਪਰ ਪਕੌੜੇ ਤਾਂ ਜੀ, ਉਹ ਫਿਰ ਸੂਰਜ ਠੰਡਾ ਕਰਦਾ ਹੁਣ। ਭਾਅ ਜੀ ਉਹਦੀ ਦੁਕਾਨ ਦੇ ਸਾਹਮਣੇ ਪਰਾਡੋ ਲੱਗੀ ਆ, ਅਤੇ ਉਹਨੂੰ ਕਹੀ ਨਾ ਭਾਅ ਜੀ ਅੱਗੇ ਗੱਲ, ਉਹ ਦੁਕਾਨਦਾਰੀ ਦਾ ਟਾਈਮ ਵੀ ਉਹ ਗਾਹਕ ਤੇਰੇ ਕੋਲ ਬਹੁਤ ਸ਼ਰਬਤ ਪੀਣ ਆਇਆ। ਸਾਡੇ ਮੱਕੋ ਨੇ ਵੀ ਇੱਕ ਹੈਗਾ ਬਾਬਾ ਤਫੈਲ ਆ, ਤੋਲਾ ਕਹਿੰਦੇ ਉਹਨੂੰ, ਬਾਬਾ ਤੋਲਾ, ਉਹ ਸਾਹ ਜੀ ਬੜੇ ਨਾ ਅੱਛੇ ਤਰੀਕੇ ਨਾਲ ਅੱਛੇ ਐਟੀਟਿਊਡ ਨਾਲ ਗੱਲ ਸੁਣੋ ਭੈਣ। ਹਾਂਜੀ ਆਪਾਂ ਪੜ੍ਹ ਲੈ ਲਾ ਯਾਰ 5 ਰੁਪਏ। ਅੱਛਾ ਫਿਰ ਆਵਾਜ਼ ਮਾਰ। ਹਾਂਜੀ ਆਵਾਜ਼ ਮਾਰੇਗਾ ਯਾਰ, 10 ਰੁਪਏ ਜੇਬ 'ਚ ਹੁੰਦੇ ਜਾਂ ਬੰਦੇ ਦੇ, ਉਹ ਹੁੰਦੇ ਜੀ ਨਾ 10 ਰੁਪਏ, ਲੈ ਲਾ ਯਾਰ ਪਾਪੜ ਤੂੰ ਨਾ ਖਾਈ ਥੋੜ੍ਹਾ। ਅੱਛਾ ਦੂਰ ਖੜੋ ਦਰਗੋਚ, ਹਾਂ 10 ਰੁਪਏ ਦੇ ਪਾਪੜ ਲੈ ਲਾ ਯਾਰ। ਉਸਤਾਦ ਜੀ ਮੇਰੇ ਨਾਲ ਇੱਕ ਦੋਸਤ ਦਾ ਸਲੋਨ ਆ ਫੈਸਲ ਦਾ, ਉਹਦੇ ਮੈਂ ਦੁਕਾਨ 'ਚ ਬੈਠਾ, ਉਹਦੇ ਸਾਹਮਣੇ ਨਾ ਇੱਕ ਮੁੰਡੇ ਨੇ ਇੰਨਾ ਕੁ ਫੱਟਾ ਲਾਇਆ ਹੋਇਆ ਪੈਟਰੋਲ ਦਾ, 4-5 ਬੋਤਲਾਂ ਉੱਪਰ ਰੱਖੀਆਂ, ਅਤੇ ਉਹ ਹਮਾਮ 'ਚ ਬੈਠਾ ਅਤੇ ਖੱਤ ਕਰਾਉਣ ਡਿਆ। ਇੱਕ ਫੱਟੀ ਨਵੀਂ ਅਪਲਾਈਡ ਫਾਰ ਪਰਾਡੋ ਇੰਜ ਕਰਕੇ ਉਹਦੇ ਫੱਟੇ ਸਾਹਮਣੇ ਰੁਕੀ, ਤੂੰ ਨਾਈ ਦੀ ਤੁਸੀਂ ਕੁਰਸੀ ਤੋਂ ਇੰਜ ਕਰਕੇ ਛਾਲ ਮਾਰ ਕੇ ਉੱਠਿਆ, ਕਹਿੰਦਾ ਉਹ ਮੇਰਾ ਗਾਹਕ ਆ ਗਿਆ। ਅਤੇ ਫਿਰ ਉਹੀ ਮੁੰਡਾ ਨਾ ਮੈਂ 2-3 ਦਿਨ ਬਾਅਦ ਗਿਆ, ਮੇਰੇ ਦੋਸਤ ਨੇ ਸ਼ਿਕੇਤ ਨੂੰ ਲਾਮਾ ਦੇ ਦਿਆ, ਕਹਿੰਦਾ ਉਹ ਸਮਝਾ ਯਾਰ ਮੇਰਾ ਪੈਟਰੋਲ ਦਾ ਕੰਮ ਆ, ਜ਼ਿਆਦਾ ਕੰਮ ਤੈਨੂੰ ਪਤਾ ਫੈਮਿਲੀ ਨਾਲ ਕਰਦਾ ਵਾ, ਇਹ ਆ ਕੇ ਬਦਤਮੀਜ਼ੀ ਕਰਦਾ। ਲੈ ਪੈਟਰੋਲ ਦਾ ਕੰਮ ਤਾਂ ਫੈਮਿਲੀ ਨਾਲ, ਪੈਟਰੋਲ ਦਾ ਕੰਮ ਤਾਂ ਕਹਿੰਦਾ ਮੇਰਾ ਜ਼ਿਆਦਾ ਕੰਮ ਫੈਮਿਲੀ ਦੇ ਨਾਲ ਆ, ਇਹਦੇ ਨਾਲ ਖੱਪ ਪਾਓ ਖੱਪ ਡੱਬਾ। ਓਏ ਯਾਰ ਸਾਜੀ ਤਾਂ ਤੁਸੀਂ ਉਹ ਗੱਲ ਦੱਸੀ ਹੈ ਕਿ ਉਹ ਚੰਗੀ ਗੱਡੀ 'ਤੇ ਬੋਲਣ ਦਾ ਨਹੀਂ ਜਾਣੀ ਕਿ ਪਤਾ, ਹਾਂ ਕਹਿੰਦਾ ਕਿ ਯਾਰ ਇਹਦੇ ਕੋਲ ਗੱਡੀ ਹੈ। ਆਹੋ ਸਾਜੀ ਸਾਡੇ ਨਾਲ ਟੀਚਰ ਆਇਆ ਇੰਗਲਿਸ਼ ਦਾ, ਵੈਲ ਡਰੈਸ ਹੋ ਕੇ ਪੈਂਟ ਸ਼ਰਟ ਪਾਈ ਸੀਗੇ ਯਾਰ, ਗੌਰਮੈਂਟ ਸਕੂਲ ਦੇ ਵਿੱਚ ਆਹ ਸੁਭਾਨ ਅੱਲਾ ਕਿਆ ਟੀਚਰ। ਤੂੰ ਆਪਣੇ ਉਹ ਟੀਚਰ ਦੀ ਗੱਲ ਸੁਣਾਉਣੀ ਤਾਂ ਜੀ ਉਹ ਆਇਆ ਵਾ, ਉਹ ਨਾ ਤਾਂ ਜੀ ਐਂ ਵੈਲ ਡਰੈਸ ਹੋ ਕੇ ਸਾਡੀ ਕਲਾਸ ਰੂਮ 'ਚ ਵੜਿਆ, ਅਸਲਾਮ ਵਾਲੇਕੁਮ ਲੈ ਗਿਆ, ਸਲਾਮ ਲੈ ਕੇ ਬਹਿ ਗਿਆ। ਉਹ ਇੰਗਲਿਸ਼ ਟੀਚਰ ਸੀ ਸਰ ਜੀ, ਹੁਣ ਉੱਠਿਆ ਵਾ ਸਾਨੂੰ ਪਤਾ ਲੱਗਾ, ਕਹਿੰਦਾ ਵਾਟ ਇਜ਼ ਦਿਸ, ਓ ਜੰਗਲੀ ਬੋਲੀ 'ਚ ਵਾਟ ਇਜ਼ ਦਿਸ, ਦਿਸ ਇਜ਼ ਕੈਟ, ਓ ਇਹ ਇੱਕ ਬਿੱਲੀ ਹੈ। ਮੈਂ ਕਿਹਾ ਸੀ ਹੋ ਗਿਆ ਸਰ ਜੀ, ਮੈਂ ਸਰ ਜੀ ਦਿਸ ਇਜ਼ ਕੈਟ, ਓ
ਦਿਸ ਇਜ਼ ਡੋਗ ਉਹ ਜੇ ਗੁੱਲਰ ਹੈ ਗੁੱਲਰ ਨੂੰ ਕੁੱਤੇ ਨੂੰ ਗੁੱਲਰ ਕਹਿੰਦੇ ਅੱਛਾ ਕੁੱਤਾ ਵੀ ਨਹੀਂ ਕਹਿ ਰਿਹਾ ਕੁੱਤਾ ਜੇ ਇੱਕ ਗੁੱਲਰ ਹੈ ਉਸਤਾਦ ਮੈਂ ਨਾ ਕਿ ਸਰਕਾਰੀ ਸਕੂਲ ਪੜ੍ਹਿਆ ਤੁਸੀਂ ਯਕੀਨ ਮੰਨੋ ਉਸਤਾਦ ਜੀ ਇੱਕ ਪਰਸਨ ਵਿੱਚ ਹੋਣੀ ਉੱਥੇ ਨਾ ਮਾਸਟਰ ਲੰਗੜਾ ਸਾਹਿਬ ਹੁੰਦੇ ਸੀਗੇ ਇਹ ਲੱਤ ਉਹਨਾਂ ਦੀ ਹੈ ਨਹੀਂ ਸੀ ਅੱਲਾ ਨੂੰ ਜਨਮ ਜਾਵੇ ਬਹੁਤ ਹੋ ਗਏ ਨੇ ਅਤੇ ਉਸਤਾਦ ਜੀ ਨਿਹਾਇਤ ਹੀ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਸਫਾਈ ਦਾ ਪੂਰਾ ਖਿਆਲ ਨਹੀਂ ਸੀ ਰੱਖਦੇ ਵੀ ਆਹ ਕਲਾਸ 'ਚ ਪੜ੍ਹਿਆ ਉੱਠੋਏ ਹੋਏ ਮੁੰਡਿਆ ਉੱਠ ਕੇ ਬਾਹਰ ਆਏ ਚਲੋ ਉਸਤਾਦ ਜੀ ਅਤੇ ਇਹ ਹੱਥ 'ਚ ਉਹਨਾਂ ਵਿਸਾਖੀ ਸੀਗੀ ਅਤੇ ਇਹ ਫੋਨ ਸੁਣਨਾ ਉਹਨੇ ਮਟੋਲਾ ਫੋਨ ਸੁਣਾਉਣਾ ਹਾਂ ਕੀ ਗੱਲ ਆ ਅੱਛਾ 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 ਹੈ ਉਹ ਰਿਹਾ ਮੇਰੇ ਘਰ ਪਰ ਫੜਾ ਗਿਆ ਅਤੇ ਜਿਹਨੂੰ ਸਬਕ ਨਹੀਂ ਲਾਉਣਾ ਇੰਜ ਕਰਕੇ ਉਹਨੂੰ ਵਿਸਾਖੀ ਚੁੱਕਣੀ ਹੱਥ ਕਰ ਹੱਥ ਕਰ ਯਕੀਨ ਬੋਲੋ ਵੀ ਸਰਕਾਰੀ ਟੀਚਰ ਵੀ ਜਿਹੜਾ ਸਿੱਧੇ ਸਾਹਮਣੇ ਕਿਸੇ ਦੌਰ 'ਚ ਸਕੂਲਾਂ 'ਚ ਟੀਚਰ ਪੜ੍ਹੇ ਸਾਡੇ ਬਸ਼ਾਰਤ ਸਾਹਿਬ ਦੂਸਰੀ ਕਲਾਸ 'ਚ ਪੜ੍ਹਦਾ ਸੀ ਉਹਨਾਂ ਨੇ ਸੁਬਾਹ ਕਲਾਸ 'ਚ ਆਉਣਾ ਅਤੇ ਇੰਜ ਕਰਕੇ ਬਹਿ ਜਾਣਾ ਕੁਰਸੀ ਦੇ ਉੱਤੇ ਸਿਗਰਟ ਲਾ ਕੇ ਕਹਿਣਾ ਹਾਂ ਵੀ ਕੱਢ ਲਓ ਕਹਿੰਦੇ ਸਿਗਰਟ ਲਾ ਲੈਣਾ ਹਾਂਜੀ ਕਲਾਸ ਰੂਮ ਦੇ ਵਿੱਚ ਜੈਨਮਨ ਸਾਹਿਬ ਯਾਰ ਇਹ ਕੈਸੀ ਗੱਲ ਆ ਵੀ ਟੀਚਰ ਨੇ ਸਿਗਰਟ ਲਾ ਪੜ੍ਹਾ ਰਿਹਾ ਦੇ ਬਿੱਲੀ ਲੈ ਸਾਡੇ ਸਾਹ ਜੀ ਟੀਚਰ ਹੁੰਦੇ ਜ਼ੁਲਫਕਾਰ ਸਾਹਿਬ ਅੱਲਾਬਾਦ ਜਨਤਾ ਜੀ ਘਰ ਕਰੇ ਉਹਨਾਂ ਦਾ ਉਹ ਸਾਹ ਜੀ ਇੰਨੀ ਤਾਦਾਦ ਹੁੰਦੀ ਸੀ ਬੱਚਿਆਂ ਦੀ ਹਾਜ਼ਰੀ ਲਾਉਣ ਬੈਠੇ ਤਫਰੀ ਹੋ ਗਈ ਯਾਰ ਅਤੇ ਹਾਜ਼ਰੀ ਲਾਈ ਜਾ ਰਹੇ ਆ ਹੁਣ ਇਕੱਲੇ ਨੂੰ ਵਿਚਾਰੇ ਨੂੰ ਦੇ ਦਿੱਤੀ ਅਤੇ ਉਹਦਾ ਡਾਇਲਾਗ ਇਹ ਹੁੰਦਾ ਇਹ ਮੇਰੀ ਸੋਟੀ ਅਤੇ ਇਹ ਮੇਰੀ ਚੰਡ ਇਹ ਮੇਰੀ ਸੋਟੀ ਅਤੇ ਇਹ ਮੇਰੀ ਚੰਡ ਮਾਰ ਮਾਰ ਉਸਤਾਦ ਜੀ ਉਹਦਾ ਹੱਥ ਸੁੱਜਾ ਹੁੰਦਾ ਸੀ ਅੱਛਾ ਹੱਥ ਮਾਰਦਾ ਸੀ ਹਾਂਜੀ ਡਾਇਲਾਗ ਸੀ ਇਹ ਮੇਰੀ ਸੋਟੀ ਅਤੇ ਇਹ ਮੇਰੀ ਚੰਡ ਇਹ ਮੇਰੀ ਸੋਟੀ ਅਤੇ ਇਹ ਮੇਰੀ ਚੰਡ ਇਹ ਮੇਰੀ ਚੰਡ ਹਾਂਜੀ ਇਹ ਮੇਰੀ ਸੋਟੀ ਅਤੇ ਇਹ ਮੇਰੀ ਚੰਡ ਅਤੇ ਉਹ ਫਾਤੀ ਗੁੱਜਰ ਮੇਰਾ ਦੋਸਤ ਆ ਉਹ ਇੱਦਾਂ ਕਹਿੰਦਾ ਉਹਦੇ ਤੋਂ ਪਿੱਛੋਂ ਇੰਜ ਕਰਦਾ ਇਹ ਮੇਰੀ ਸੋਟੀ ਮਾਸਟਰਾਂ ਦਾ ਚੇਤਾ ਕਰਦੇ ਹਾਂਜੀ ਕਿਆ ਬਾਤ ਮੇਰਾ ਇੱਕ ਦੋਸਤ ਸੀਗਾ ਉਸਤਾਦ ਜੀ ਨਾ ਰਮਜ਼ਾਨ ਸ਼ਰੀਫ 'ਚ ਆਇਆ ਅਤੇ ਰਮਜ਼ਾਨ ਸ਼ਰੀਫ 'ਚ ਬੜੀ ਸਰਦੀ ਸੀਗੀ ਅਤੇ ਉਹਨੂੰ ਪਤਾ ਸੀ ਕਿ ਮੈਂ ਟੈਸਟ ਦੀ ਤਿਆਰੀ ਨਹੀਂ ਕੀਤੀ ਅਤੇ ਉਹਨਾਂ ਨੇ ਥੱਲੋਂ ਉਸਤਾਦ ਜੀ ਤਿੰਨ ਚਾਰ ਪੈਂਟਾਂ ਥੱਲੋਂ ਕੱਛਾ ਚੋਦਰ ਪਾ ਕੇ ਸ਼ਲਵਾਰ ਪਾ ਕੇ ਉੱਤੋਂ ਸਕੂਲ ਵਾਲੀ ਪੈਂਟ ਪਾ ਕੇ ਇਹ ਮੋਟਾ ਹੋ ਗਿਆ ਹਾਂ ਸੱਟ ਨਾ ਮੇਰੇ ਲੱਗੇ ਅਤੇ ਮਾਸਟਰ ਸਾਹਿਬ ਨੇ ਇੰਝ ਕਰਕੇ ਬਾਂਹ ਮਰੋੜ ਕੇ ਟੇਪ ਵਾਲਾ ਸੋਟਾ ਕੱਢਿਆ ਇੰਝ ਪਹਿਲੀ ਸੋਟੀ ਮਾਰੀ ਨਾ ਅਤੇ ਆਵਾਜ਼ ਫਾ ਕਹਿੰਦਾ ਯਾਰ ਰਿਹਾ ਮਾਸਕ ਹੀ ਇਹ ਆਵਾਜ਼ ਨਹੀਂ ਹੋਈ ਬੱਚੇ ਜੂੜ ਨੀ ਬੋਲਤੇ ਉੱਤੇ ਮਾਰੂਗਾ ਨਹੀਂ ਮਾਸਟਰ ਜੀ ਥੱਲੋਂ ਟਰੋਜ਼ਰ ਪਾਇਆ ਵਾ ਉੱਤੋਂ ਪੈਂਟ ਪਾਈ ਆ ਫਿਰ ਸ਼ਲਵਾਰ ਪਾਈ ਆ ਉੱਤੋਂ ਫਿਰ ਪੈਂਟ ਪਾਈ ਆ ਫਿਰ ਉੱਤੋਂ ਸਕੂਲ ਵਾਲੀ ਪੈਂਟ ਪਾਈ ਆ ਕਹਿੰਦਾ ਵੈਰੀ ਗੁੱਡ ਅੱਛਾ ਕੀ ਆ ਤੂੰ ਜੂੜ ਨੀ ਬੋਲਿਆ ਮੇਰੇ ਸਾਹ ਸਾਈਡ ਪਿਆ ਉਹਦਾ ਤੇ ਸਾਈਡ ਤੇ ਲਗਾ ਦੂਸਰੇ ਕਮਰੇ 'ਚ ਨੰਗਾ ਕਰਕੇ ਆਵਾਜ਼ ਜੁਮਾ ਤੁਨ ਹਫਤਾ ਤੁਨ ਐਤਵਾਰ ਤੁਨ ਪੀਰ ਤੁਨ ਮੰਗਲ ਤੁਨ ਬੁੱਧ ਤੁਨ ਜੁਮਰਾਤ ਤੁਨ ਉਹਨੇ ਕਿਹਾ ਆਜੋ ਜੀ ਭੈਣ ਸੋਦੀ ਰੋ ਕਾਲ ਆ ਗਈ ਤਾਜੀ ਮੈਂ ਗਿਆ ਮੈਂ ਤੁਹਾਨੂੰ ਪਤਾ ਫਿਰ ਫਸਟ ਈਅਰ ਤੋਂ ਫਿਰ ਵਾਪਸ ਆ ਗਿਆ ਨਹੀਂ ਨਹੀਂ ਫਸਟ ਤੋਂ ਹੀ ਫਸਟ ਈਅਰ ਚ ਹਾਂਜੀ ਫਸਟ ਤਾਜੀ ਮੈਂ ਹਾਜ਼ਰੀ ਲੱਗਣ ਦੀ ਸਾਰੇ ਸਟੂਡੈਂਟਾਂ ਦੀ ਉਸਤਾਦ ਜੀ ਤਾਜੀ ਮੈਂ ਨਾ ਕਿਤੇ ਚੀਚੀ ਨਾ ਇੱਦਾਂ ਕਹਿ ਤਾ ਮੈਨੂੰ ਨਹੀਂ ਸੀ ਪਤਾ ਨਵਾਂ ਨਵਾਂ ਉਸਤਾਦ ਜੀ ਨੇ ਮੈਨੂੰ ਬਾਹਰ ਕਰ ਦਿੱਤਾ ਅੱਧਾ ਘੰਟਾ ਫੇਰ ਕੇ ਮੈਂ ਕਿਹਾ ਯਾਰ ਕਾਹਤੋਂ ਬਾਹਰ ਕੱਢਿਆ ਬਾਰੀ ਚੋਂ ਮੁੰਡੇ ਨੂੰ ਪੁੱਛਿਆ
ਕਹਿੰਦਾ ਤੂੰ ਵਾਸ਼ਰੂਮ ਨਹੀਂ ਜਾਣਾ, ਮੈਂ ਕਿਹਾ ਨਹੀਂ ਮੈਂ ਤੇ ਹਾਰ ਗਈ ਕਹਿੰਦਾ ਤੂੰ ਵਾਸ਼ਰੂਮ ਨਹੀਂ ਜਾਣਾ। ਤਾਂ ਜੀ ਸਾਡੇ ਨਾ ਮਾਸਟਰ ਅਲੀ ਸ਼ੇਰ ਸਾਹਿਬ ਹੁੰਦੇ ਸੀਗੇ, ਉਹਨਾਂ ਇਸ ਤਰ੍ਹਾਂ ਕਰਕੇ ਨਾ ਜੋ ਟੈਸਟ ਹੁੰਦਾ ਸੀ ਨਾ, ਟੈਸਟ ਦੇ ਉੱਤੇ ਸਾਰੀ ਰਿਪਿਊਟ ਲਿਖ ਕੇ ਭੇਜਦੇ ਸੀਗੇ ਕਿ ਆਪਣੇ ਅੱਬੂ ਨੂੰ ਦਿਖਾਉਣਾ ਵਾ ਵੀ ਤੇਰੀ ਕੀ ਕਾਰਗਰਦਗੀ ਆ। ਇੱਕ ਮੁੰਡਾ ਨਿਹਾਇਤ ਹੀ ਨਲਾਇਕ, ਅਤੇ ਉਹਨੇ ਇੰਝ ਕਰਕੇ ਨਾ ਉੱਤੇ ਲਿਖ ਕੇ ਪਤਾ ਕਹਿੰਦੇ ਇਹ ਤੂੰ ਆਪਣੇ ਅੱਬੂ ਨੂੰ ਜਾ ਕੇ ਦਿਖਾਉਣਾ ਵਾ ਮੈਂ ਕੀ ਲਿਖਿਆ ਵਾ। ਉਹਨੇ ਜਾ ਕੇ ਆਪਣੇ ਅੱਬੂ ਦਿਖਾਇਆ ਅਤੇ ਅੱਬੂ ਰੋਣ ਗੁੱਸੇ ਜਗ੍ਹਾ ਇੰਝ ਕਰਕੇ, ਕਹਿੰਦਾ ਅੱਬੂ ਕੀ ਲਿਖਿਆ? ਕਹਿੰਦਾ ਉਹ ਮਾਸਟਰ ਨੇ ਲਿਖਿਆ ਵਾ ਬੱਚਾ ਤੁਹਾਡਾ ਨਲਾਇਕ, ਇਹਦੇ ਵਾਸਤੇ ਕੋਈ ਖੋਤਾ ਖੂਤਾ ਦੇਖੋ, ਗਾਹ ਮਹਿੰਗੇ ਹੋ ਜਾਣੇ ਮੈਂ ਇੱਕ ਅੱਗੇ ਦੱਸਿਆ ਵੀ ਉਸਤਾਦ ਜੀ ਮੈਨੂੰ ਨਾ ਘਰਦਿਆਂ ਨੇ ਬੈਗ ਗ੍ਰੇ ਕਲਰ ਦਾ ਲੈ ਕੇ ਦਿੱਤਾ, ਅਤੇ ਉਸਤਾਦ ਜੀ ਉਹ ਜਦੋਂ ਅਸੀਂ ਫੁੱਟਣਾ ਹੁੰਦਾ ਸੀ ਨਾ ਬਸਤਾ ਕੋਈ ਰੱਖਦਾ ਹੀ ਨਹੀਂ, ਦੁਕਾਨ ਵਾਲਾ ਕਹਿੰਦਾ ਸੀ ਨਹੀਂ ਨਹੀਂ ਭਰਾ ਭਰਾਵਾ ਅਸੀਂ ਨਹੀਂ ਰੱਖਣਾ ਲੈ ਜਾ, ਤਾਂ ਜੀ ਅਸੀਂ ਨਾ ਰੇਤਾ ਦੇ ਵਿੱਚ ਲੁਕੋਤੇ। ਅੱਛਾ ਬਸਤਾ ਇਹਦੀ ਰੌਲਾ ਸੀ? ਹਾਂਜੀ, ਜਦੋਂ ਫੁੱਟਣਾ ਨਾ ਤਾਂ ਬਸਤਾ ਕਿਤੇ ਤਿੰਨ ਚਾਰ ਘੰਟੇ ਵਾਸਤੇ ਰੱਖ ਕੇ ਜਾਣਾ। ਹਾਂ ਤਾਂ ਜੀ ਅਸੀਂ ਉਹ ਰੇਤਾ 'ਚ ਗੰਦਾ ਨਹੀਂ ਹੁੰਦਾ, ਯਾਨੀ ਕਿ ਮੈਂ ਲੁਕੋ ਦਿੰਦਾ ਸੀ ਉੱਤੇ ਵਾਹਵਾ ਹੀ ਰੇਤਾ, ਉਹ ਮਿੱਟੀ ਨਹੀਂ ਉਹਨੂੰ ਲੱਗਦੀ, ਉਹ ਮੈਂ ਉਹਨੂੰ ਝਾੜ ਕੇ ਚਲੇ ਜਾ। ਤਾਂ ਜੀ ਇੱਕ ਦਿਨ ਲੁਕੋਇਆ ਉਹਨਾਂ ਨੇ ਕਿਤੇ ਰੇਤਾ ਦੇ ਫੇਰੇ ਭੇਜੇ ਵੇਚੀ ਬਸਤਾ ਬੋਤਲ ਰੇਤਾ ਦੇ ਵਿੱਚ ਐਵੇਂ ਕਹਿੰਦੇ ਸੀ ਠੰਡੀ ਹੋ ਜਾਂਦੀ ਤਾਜ਼ੀ, ਉੱਥੇ ਪੀ ਲੈਂਦੇ। ਆਹੋ ਆਹੋ ਉਹ ਐਵੇਂ ਕੁਲੀਏ ਹੁੰਦੇ ਸੀਗੇ। ਉਸਤਾਦ ਜੀ ਸਾਡੇ ਨਾਲ ਟੀਚਰ ਹੁੰਦੇ ਸੀ, ਉਹਨੂੰ ਡੇਲੀ ਸਾਨੂੰ ਕਹਿਣਾ ਓਏ ਕਾਲੂ, ਮੈਂ ਕਹਿਣਾ ਹਾਂਜੀ ਉਸਤਾਦ ਜੀ, ਆ ਉਬਲੇ ਆਂਡੇ ਤੇ ਲੈ ਕੇ ਆ, ਚਾਹ ਤੇ ਲੈ ਕੇ ਆ। ਮੈਂ ਉਸਤਾਦ ਜੀ ਅੱਗ ਗਿਆ ਘਰੋਂ ਵੀ ਛਿੱਤਰ ਪੈਣੇ ਕਿ ਤੂੰ ਕਿਹੜੇ ਕੰਮ ਲੱਗ ਗਿਆ ਵਾ, ਹੈਂ ਪੜ੍ਹਨਾ ਸਾਨੂੰ ਪਹਿਲਾਂ ਲਿਆ ਤੂੰ ਪੜ੍ਹਨਾ। ਉਸਤਾਦ ਜੀ ਇੱਕ ਦਿਨ ਨਾ ਮੈਂ ਉਹਦੇ ਘਰ ਚਲਾ ਗਿਆ ਕਾਲੇ ਸਾਹਿਬ ਦੇ, ਮੈਂ ਕਿਹਾ ਜੀ ਕਾਲੇ ਸਾਹਿਬ ਦੇ ਮਹਿਮਾਨ ਹੈ ਜਿਹੜਾ ਆਲੂ ਵਾਲੇ ਪਰੋਠੇ ਟਾਇਰ ਜਿਹੇ ਕਰਕੇ ਬਣਾ ਦਿਓ, ਉਹਨਾਂ ਨੇ ਜੀ 12-13 ਆਲੂ ਵਾਲੇ ਪਰੋਠੇ ਬਣਾ ਕੇ ਦੇ ਦਿੱਤੇ। ਮੈਂ ਲੈ ਗਿਆ ਉਹਨਾਂ ਦੇ ਕੋਲ, ਮੈਂ ਕਿਹਾ ਉਸਤਾਦ ਜੀ ਆਲੂ ਆਲੂ ਵਾਲੇ ਪਰੋਠੇ ਖਾਓ। ਕੋਈ ਨਾ ਯਾਰ ਆਪਣੇ ਘਰੋਂ ਲੈ ਕੇ ਆਏ, ਮੈਂ ਕਿਹਾ ਹਾਂਜੀ ਸਾਹਿਬ ਜੀ ਮੈਂ ਆਪਣੇ ਘਰੋਂ ਲੈ ਕੇ ਆ। ਉਹਨੇ ਸੱਦ ਲਏ ਭਾਈ ਨਾਲ ਜ਼ਰੂਰ ਰਸਮ ਸਾਹਿਬ ਆ ਜਾਓ, ਪੀਟੀ ਸਾਹਿਬ ਆ ਜਾਓ, ਲੰਗਰ ਪਾਣੀ ਕਰਕੇ ਜਦੋਂ ਘਰ ਗਿਆ ਉਹਨੇ ਕਿਹਾ ਕਾਲੀ ਸਾਹਿਬ ਕੈਸੇ ਲੱਗਣ ਪਰੋਠੇ? ਆ ਘਰੋਂ ਲੈ ਗਿਆ ਨੇ, ਉਹ ਮੈਨੂੰ ਗੇਮ ਪਾ ਗਿਆ ਨੇ ਸਰਕਾਰੀ ਦੇ ਘਰੋਂ ਲੈ ਕੇ। ਸਾਰੇ ਨਾ ਟੀਚਰ ਅਰਸ਼ਦ ਸਾਹਿਬ ਹੁੰਦੇ ਸੀ, ਉਸਤਾਦ ਜੀ ਹੁੰਦੇ ਨਾ ਐਡਾ ਆਲੂ ਜਿਹਾ ਇੱਥੇ ਬਣਿਆ ਸੀ, ਉਹਦਾ ਬਣਿਆ ਹੁੰਦਾ ਨਾ ਇੰਜ ਕਰਕੇ ਥੋੜ੍ਹੇ ਜਿਹੇ ਇੱਥੇ ਆਲੂ, ਅਸੀਂ ਸਾਰੇ ਸਬਕ ਸੁਣਾਉਂਦੇ ਕਿ ਸਾਡਾ ਮੁੰਡਾ ਸੀ ਪੱਤੋ ਬੜਾ ਪੱਤਵੀਰ, ਉਹ ਐਨ ਕਹਿੰਦੇ ਪਿੱਛੇ ਖਲੋਤਾ ਹੈ ਖਲੋਤਾ ਮਾਸਟਰ ਸਾਹਿਬ, ਕਹਿੰਦਾ ਉਸਤਾਦ ਜੀ ਅਗਰ ਧਾਰੀ ਜਾਇਜ਼ ਹੋਵੇ ਇੱਥੋਂ ਪੱਖਾ ਤੇਜ਼ ਕਰ ਲਓ। ਉਹਦੇ ਗਾਹਾਂ ਕੱਢੀ ਕਹਿੰਦਾ ਪੰਜ ਹੱਥ ਤੋਂ ਬਗੈਰ ਤੋਰ ਤੇ ਨਿਕਲਿਆ। ਮੈਂ ਉਸਤਾਦ ਜੀ ਵਾਕਿਆ ਤੇ ਸੁਣਾਉਣਾ ਸੀ ਮੈਂ, ਲੇਕਿਨ ਪੜ੍ਹਿਆ ਹੀ ਬਿਕਨ ਉਸ 'ਚ, ਉੱਥੇ ਇੱਦਾਂ ਦਾ ਕੋਈ ਬਦਤਮੀਜ਼ੀ ਵਾਲਾ ਸੀਨ ਨਹੀਂ। ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਮਾਸਟਰ ਕਿੱਥੇ ਪੜ੍ਹਿਆ? ਬਿਕਨ ਹਾਊਸ। ਕਿਉਂ ਜੀ? ਉੱਥੇ ਬੋਰੇ ਬੋਰਿਆਂ ਦੇ ਬਹਿੰਦੇ ਬਿਕਨ ਹਾਊਸ ਜਾਣਦੇ ਯਾਰ, ਬਿਕਨ ਹਾਊਸ 'ਚ ਪੜ੍ਹਿਆ। ਓਏ ਫੈਸਲਾਬਾਦ ਦਾ ਸਭ ਤੋਂ ਫੇਕਨ ਹਾਊਸ ਸਕੂਲ ਸੀ ਉਹ ਜਿੱਥੇ ਤੂੰ ਪੜ੍ਹਿਆ। ਮੈਂ ਉਸਤਾਦ ਜੀ ਉਹ ਲੈਵਲ ਕੀਤਾ ਵਾ। ਨਹੀਂ ਉਹ ਮਾਸਟਰ ਦਾ ਜਿਹੜਾ ਤੈਨੂੰ ਤਾਂ ਸਿੱਟਦਾ ਹੁੰਦਾ ਸੀ ਉਹ ਕੱਚੀ ਵਾਲਾ, ਇਹ ਸੁਣਦਾ ਤਰਾ। ਉਸਤਾਦ ਜੀ ਮੈਨੂੰ ਬੜੀ ਹੈਰਾਨਗੀ ਹੁੰਦੀ ਜਦੋਂ ਮੈਂ ਯਾਦ ਕਰਦਾ, ਉਸਤਾਦ ਜੀ ਉਹਨੇ ਮੇਰਾ ਚੇਜ਼ਾ ਫੜਿਆ ਸੀ, ਉਹਨੇ ਨਾ ਮੈਨੂੰ ਇੰਝ ਤਾਂ ਨੂੰ ਸੁੱਟ ਕੇ ਕੈਚ ਕਰਦਾ ਹੁੰਦਾ ਸੀ ਅਤੇ ਮੇਰਾ ਰਸਤੇ 'ਚ ਸੂਸੂ ਹੋ ਜਾਂਦਾ ਡੇਲੀ ਟੀਚਰ ਸੀ ਆਪ ਆਵਾਜ਼ ਲਿਕੁਡ ਦਿਖਾ ਰਿਹਾ। ਤਾਂ ਜੀ ਮੈਨੂੰ ਇੱਕ ਦਿਨ ਨਾ ਉਸਤਾਦ ਜੀ ਕਹਿੰਦੇ ਉਹ ਗੱਦੀ ਦੇ ਨਾਲ ਬਲੈਕ ਬੋਰਡ ਉਸਤਾਦ ਜੀ ਸਾਫ਼ ਕਰਦੇ, ਮੈਂ ਉਸਤਾਦ ਜੀ ਐਵੇਂ ਅੱਗੋਂ ਵੀ ਕਰਕੇ ਅਤੇ ਮੈਂ ਪਿੱਛੋਂ ਵੀ ਕਰ ਰਿਹਾ, ਉਹ ਕਹਿੰਦੇ ਇੱਧਰੋਂ ਨਹੀਂ ਇੱਧਰ ਆ ਜਾ। ਅੱਛਾ ਬੈਕ ਸਾਈਡ ਤੋਂ ਜਾ ਕੇ ਉਹ ਪਿੱਛੇ ਲਿਖਦੇ ਨਹੀਂ ਸਾਹਿਬ। ਉਸਤਾਦ ਜੀ ਟੀਚਰ ਮਹਿਮੂਦ ਸਾਹਿਬ ਸੀਗੇ ਸਾਇੰਸ ਦੇ ਟੀਚਰ,
ਉਹਨੇ ਸਾਰੇ ਸਟੂਡੈਂਟਾਂ ਨੂੰ ਕਿਹਾ ਗੋਲ ਜਿਹਾ ਟੇਬਲ ਬਣਾ ਕੇ ਨਾ ਵੀ ਸਾਰੇ ਇੱਥੇ ਆ ਜਾਓ, ਮੈਂ ਡੱਡੂ ਦਾ ਆਪਰੇਸ਼ਨ ਕਰਨਾ ਤੁਹਾਨੂੰ ਸਿਖਾਉਣਾ, ਅਤੇ ਕਮਜ਼ੋਰ ਦਿਲ ਸਟੂਡੈਂਟ ਜਿਹੜੇ ਆ ਨਾ ਉਹ ਹੁੰਦਾ ਉਸਤਾਦ ਜੀ, ਉਹਨੇ 6-7 ਕਿੱਲਾਂ ਲਾ ਕੇ ਨਾ ਡੱਡੂ ਇੰਜ ਕਰਕੇ ਆਪਰੇਸ਼ਨ ਕਰਨਾ ਸੀਗਾ। ਉਹਨੇ ਕਿਹਾ ਜਿੰਨੇ ਵੀ ਕਮਜ਼ੋਰ ਦਿਲ ਸਟੂਡੈਂਟ ਆ ਨਾ ਖੁਦਾਰਾ ਆ ਪਿੱਛੇ ਰਹੇ, ਆਪ ਨਾ ਆਈਏਗਾ ਆ ਕੇ ਮੈਂ ਆਪਕੋ ਵੀਡੀਓ ਕਾਲ ਪਈ ਜਾਂ ਇਸ ਤਰ੍ਹਾਂ ਸਿਖਾ ਦੂੰਗਾ। ਯਕੀਨ ਉਹਨਾਂ ਨੂੰ ਸਾਰੇ ਕਮਜ਼ੋਰ ਦਿਲ ਸਟੂਡੈਂਟ ਪਿੱਛੇ ਕਰਕੇ ਨਾ, ਅਤੇ ਇਹ ਦਾਇਰਾ ਬਣਿਆ ਡੱਡੂ ਦੇ ਇੰਜ ਕਰਕੇ। ਪਹਿਲਾਂ ਕੱਟ ਲਾਇਆ ਨਾ ਉਸਤਾਦ ਜੀ, ਅਤੇ ਬੱਚੇ ਵੀ ਵੇਖਣ ਰਹੇ ਆ, ਅਤੇ ਮਾਸਟਰ ਦੂਜਾ ਕੱਟ ਹੀ ਨਹੀਂ ਲਾ ਰਿਹਾ, ਬਾਈ ਦੇਖਿਆ ਮਾਸਟਰ ਪਿੱਛੇ ਡਿੱਗ ਰਿਹਾ। ਅੰਗਰੇਜ਼ੀ ਸਕੂਲਾਂ ਚ ਪਾਉਂਦੇ ਸੀ ਤੇ ਵੱਡਾ ਭਰਾ ਮੇਰਾ ਪੜ੍ਹਦਾ ਸੀ ਸਰਕਾਰੀ ਸਕੂਲ, ਦੇਖ ਕੇ ਕਹਿ ਰਿਹਾ ਕਮਜ਼ੋਰ ਦਿਲ ਬੱਚੇ ਮੁਝੇ ਉਠਾਏ। ਹਾਂਜੀ ਮੈਨੂੰ ਉਸਤਾਦ ਜੀ ਨਾ ਇੰਗਲਿਸ਼ ਸਕੂਲਾਂ ਚ ਮੰਮੀ ਡੈਡੀਆਂ ਚ ਭੇਜਣ, ਤੇ ਮੈਂ ਰੋਂਦਾ ਸੀ ਕਿ ਮੈਂ ਬਲਾਲ ਵਾਲੇ ਸਕੂਲ ਚ ਪੜ੍ਹਨਾ ਵੱਡੇ ਭਰਾ ਵਾਲੇ ਚ। ਉੱਥੇ ਹੁਣ ਮੈਂ ਪੈ ਗਿਆ ਉਸਤਾਦ ਜੀ, ਉੱਥੇ ਮੈਂ ਜ਼ਹੀਨ ਸੀ ਤੇ ਤਾਂ ਕਰਕੇ ਮੈਨੂੰ ਮੁੰਡੇ ਬੁਲਾਉਂਦੇ ਸੀ, ਉਂਝ ਮੈਨੂੰ ਕਾਲਾ ਕਹਿੰਦੇ ਸੀ। ਮੈਨੂੰ ਉਹਨਾਂ ਨੇ ਛੇੜਨਾ ਤੇ ਮੈਂ ਲੜਨਾ, ਉਹਨਾਂ ਨੇ ਉਸਤਾਦ ਜੀ ਮੈਨੂੰ ਕੁੱਟਣਾ, ਮੈਂ ਆਪਣੇ ਭਰਾ ਨੂੰ ਜਾ ਕੇ ਦੱਸਣਾ, ਉਹਨੇ ਆ ਕੇ ਉਹਨੂੰ ਕੁੱਟਣਾ, ਫਿਰ ਉਸਤਾਦਾਂ ਨੇ ਜਾ ਕੇ ਮੇਰੇ ਭਰਾ ਨੂੰ ਕੁੱਟਣਾ। ਤੀਸਰ ਲੱਗਦੀ ਹੁੰਦੀ ਸੀ, ਤੀਸਰ ਲੱਗਦੀ ਸੀ ਤਾਈ ਸਾਡੇ ਲਾਗੇ ਫੌਜੀ ਸਕੂਲ ਸੀ ਉਹਨਾਂ। ਹਾਂਜੀ ਸੁਬਾ ਸੁਬਾ ਤਾਜ਼ੀ ਕਰਾਉਂਦੇ ਹੁੰਦੇ ਆ ਉਹ ਸੰਮਲੀ ਜੀ, ਹਾਂਜੀ ਤੇ ਉਹਦੇ 'ਚ ਉਹ ਨਾ ਥੋੜ੍ਹਾ ਜਿਹਾ ਪਰੇਡ ਵੀ ਕਰਾਉਂਦੇ ਸੀ। ਤਾਜ਼ੀ ਇੱਕ ਮੁੰਡੇ ਦਾ ਨਾ ਬੈਲਟ ਟੁੱਟ ਗਿਆ, ਉਹ ਪਰੇਡ ਕਾਰਨ ਆ ਦੂਜੀ ਬਾਹ ਇੱਦਾਂ ਕਰ ਰਹੀ ਨਾ, ਤਾਜ਼ੀ ਇੱਦਾਂ ਇੱਦਾਂ ਇਕੱਲਾ ਹੀ। ਸਕੂਲ ਦਾ ਮਦਮੂਨ ਆ ਗਿਆ ਤਾਜ਼ੀ ਸਕੂਲ ਦਾ, ਮਾਈ ਸਕੂਲ, ਮਾਈ ਸਕੂਲ ਮੇਰਾ ਸਕੂਲ। ਉਹ ਉਹਨਾਂ ਦਾ ਇੱਕ ਕਰੈਕਟਰ ਨੇ ਜੀ, ਮੇਰੇ ਸਕੂਲ ਮੈਂ 4 ਕਮਰੇ ਸੀ, ਮੇਰੇ ਸਕੂਲ ਮੈਂ ਇਤਨੇ ਉਸਤਾਦ ਆਏ, ਸਾਡੇ ਇੱਥੇ ਇੱਕ ਨਿਯਮ ਤੇ ਕਹਿੰਦਾ ਮਾਖੀ ਲੱਗਾ ਕੋਈ ਚੋਣ ਹੀ ਨਹੀਂ ਦਿਆ, ਕਹਿੰਦਾ ਉਹ ਵੀ ਲਿਖਦਾ, ਉਹ ਵੀ ਲਿਖਦਾ ਬੱਚਾ। ਮੇਰਾ ਜ਼ਾਤੀ ਵਾਕਿਆ ਉਸਤਾਦ ਜੀ, ਮੈਂ 9ਵੀਂ ਦੇ ਨਾ ਬੋਰਡ ਦੇ ਪੇਪਰ ਦੇਣ ਗਿਆ ਅਤੇ ਮੈਨੂੰ ਪੇਪਰ ਨਹੀਂ ਆ ਰਿਹਾ, ਮੈਂ ਚੁੱਪ ਕਰਕੇ ਬੈਠਾ ਵਾਂ, ਅਤੇ ਮਾਸਟਰ ਨੂੰ ਹਾਂ ਕੀ ਗੱਲ ਆ, ਬਸ ਕੋਈ ਨਹੀਂ। ਮੈਂ ਕਿਹਾ ਸਰ, ਮੈਂ ਗੁਜ਼ਾਰਿਸ਼ ਕੀਤੀ, ਮੈਂ ਕਿਹਾ ਸਰ ਥੋੜ੍ਹਾ ਜਿਹਾ ਤੋਂ ਦੱਸ ਦਿਓ, ਨਹੀਂ ਆਉਂਦਾ। ਮੈਂ ਕਿਹਾ ਨਹੀਂ ਉਰੇ ਆ, ਮੇਰੇ ਕੋਲ ਪੇਪਰ ਫੜ ਕਹਿੰਦਾ ਚਲੋ ਅਗਲੇ ਸਾਲ ਸਹੀ। ਜ਼ਹੀਨ ਸਮਝਦੇ ਸੀ, ਉਹ ਕਹਿੰਦੇ ਸੀ ਇਹ ਕਾਬਲ ਵਾ, ਤੇ ਉਹਨਾਂ ਨੇ ਮੇਰੀ ਨਕਲ ਲਾਈ, ਉਹ ਜਿੱਦਣ ਰਿਜ਼ਲਟ ਆਇਆ ਨਾ ਤਾਜੀ, ਕਹਿੰਦੇ ਸੀ 3 ਪੇਪਰ ਤੇਰੀ ਨਕਲ ਲਾਈ, ਅਸੀਂ 3 ਹੋਇਆ ਤੂੰ ਫੇਲ ਹੋ ਜਾ। ਤਾਜੀ ਬੋਰਡ ਦੇ ਪੇਪਰ ਨਾ, ਤੇ ਮਾਸਟਰ ਜੀ ਸਾਨੂੰ ਰਾਤਾਂ ਨੂੰ ਤਿਆਰੀ ਕਰਾਉਂਦੇ ਸੀਗੇ। ਸਾਡਾ ਦੋਸਤ ਅਮਰ ਨਿਹਾਇਤ ਨਲਾਇਕ, ਉਹਨੂੰ ਕਿਸੇ ਸ਼ਾਇਦ ਰਾਤ ਨੂੰ ਤਿਆਰੀ ਕਰਾਂਗੇ ਘਰੋਂ ਚੌਲ ਚੂਲ ਪਕਾ ਕੇ ਲੈ ਕੇ ਵੀ ਮਾਸਟਰ ਸਾਹਿਬ ਤਿਆਰੀ ਕਰਨੀ, ਅਤੇ ਮਾਸਟਰ ਸਾਹਿਬ ਸਾਨੂੰ ਕੋਈ ਸ਼ਾਇਦ ਖਾਣ ਦਿੰਦੇ। ਸਤਾਈ ਰਾਤ 2 ਵਜੇ ਮਾਸਟਰ ਸਾਹਿਬ ਨੇ ਕਿਤੇ ਅਚਾਨਕ ਕਹਿਤਾ, ਠੰਡ ਵੀ ਸੀਗੀ, ਕਿ ਯਾਰ ਭਾਈ ਮੈਂ ਸੌਣ ਲੱਗਾ, ਮੇਰੇ ਘਰ ਗੈਸਟ ਆ ਜਾ, ਤਬੀਅਤ ਨਹੀਂ ਸਹੀ, ਅਤੇ ਸਵੇਰੇ ਆਏ ਰਾਤ 2 ਵਜੇ ਅਸੀਂ ਲਾਹੀਆਬਾਦ ਤੋਂ ਪੈਦਲ ਆਉਣ ਰਹੇ, ਅਤੇ ਮੇਰੇ ਦੋਸਤ ਨੂੰ ਅਮਰ ਮੋਟਰ ਇੰਨਾ ਗੁੱਸਾ ਚੜਿਆ, ਯਕੀਨ ਮੰਨੋ ਉਸਤਾਦ ਜੀ, ਅੱਗੇ ਕੁੱਤਾ ਸੁੱਤਾ ਪਿਆ, ਪਤਾ ਨਹੀਂ ਉਹ ਦਿਮਾਗ 'ਚ ਕੀ ਆਇਆ ਉਸਤਾਦ ਜੀ, ਯਕੀਨ ਉਹਨੇ ਛਾਪਰ ਹੱਥ ਚੜਾ ਕੇ ਇੰਜ ਕਰਕੇ ਪੂਲ 'ਚੋਂ ਪੜ ਕੇ ਕੁੱਤਾ ਘੁਮਾ ਕੇ ਇੰਜ ਕੰਧ 'ਚ ਮਾਰਿਆ, ਕਹਿੰਦਾ ਜਾਂ ਦੱਸਦੇ ਮਾਸਟਰ ਨੂੰ ਜਿੱਦਾਂ ਦੱਸਣੇ, ਜਾਂ ਦੱਸਦੇ ਥੋੜੀ ਦੇਰ ਬਾਅਦ ਬਲੈਕ ਬੋਰਡ ਤੇ ਜਵਾਬ ਲਿਖ ਕੇ ਦੇ ਦੇਵੇ ਸਾਨੂੰ, ਨਗਰਾਨਾ ਨੂੰ ਧੱਕੇ ਧੁੱਕੇ ਮਾਰ ਕੇ ਕਹਿੰਦਾ ਮੈਂ ਆਪਣੇ ਮੁੰਡਿਆਂ ਦੀ ਪੋਜੀਸ਼ਨ ਲਿਆਣੀ, ਜਵਾਬ ਦੱਸ ਰਿਹਾ, ਬੜਾ ਮਜ਼ਾ ਆਉਂਦਾ। 6ਵੀਂ 'ਚ ਗਿਆ ਸਾਹ ਜੀ, ਮੈਂ ਪਾਸ ਹੋ ਗਿਆ 5ਵੀਂ 'ਚ 6ਵੀਂ 'ਚ, ਨੂਰ ਹਸਨ ਸਾਹਿਬ ਇੰਗਲਿਸ਼ ਟੀਚਰ, ਉਹਨੇ ਕਿਹਾ ਜੀ ਇੰਜ ਚੂਜ਼ ਕਰਾਓ ਸਾਰੇ ਆਪਣਾ ਇੰਟਰੋ ਦਿਓ, ਉਹਨੇ ਕਿਹਾ ਹਾਂ ਵੀ ਉੱਠ, ਮੇਰਾ 2 ਨੰਬਰ ਰੋਲ ਨੰਬਰ ਹੁੰਦਾ ਸਾਹ ਜੀ। ਮੈਂ ਕਿਹਾ ਜੀ ਮਾਈ ਨੇਮ ਇਜ਼ ਕਾਦਰ ਹੁਸੈਨ, ਫਾਦਰ ਨੇਮ ਹਾਜੀ ਖਾਲਦ ਹੁਸੈਨ,
ਮੈਂ ਸਟਰੀਟ ਨੰਬਰ 9 ਮਾਈ ਹਾਊਸ ਨੰਬਰ 5400 ਜੇ ਉਹ ਉਹਨੇ ਕਿਹਾ ਯਾਰ ਕਿਆ ਬਾਤ ਆ ਗੌਰਮੈਂਟ ਦੇ ਸਕੂਲ ਦੇ ਵਿੱਚ ਹੈ ਪੂਰਾ ਸਾਲ ਸਾਹ ਜੀ ਨੇ ਮੈਨੂੰ ਸਵਾਲ ਨਹੀਂ ਪੁੱਛਿਆ ਕਿ ਬੋਲ ਲਏਗਾ ਚਨੇ ਕੀ ਸਾਖ ਸਾਹ ਜੀ ਉਹ ਇੰਨਾ ਕੁ ਸਵਾਲ ਆ ਉਹ ਪੁੱਛ ਲਿਆ ਮੈਂ ਉਹ ਹੀ ਨਹੀਂ ਆਇਆ ਮੈਨੂੰ ਕਿਹੜਾ ਸਵਾਲ ਚਨੇ ਕੀ ਸਾਖਤ ਚਨੇ ਕੀ ਸਾਖਤ ਉਹ ਇੰਨਾ ਕੁ ਜਵਾਬ ਆ ਜੀ ਹਾਂਜੀ ਉਹਦਾ ਇੰਨਾ ਕੁ ਜਵਾਬ ਆ ਉਹਨੇ ਉੱਧਰ ਲੰਮੇ ਪਾ ਲਿਆ ਕਹਿੰਦਾ ਤੂੰ ਮੈਨੂੰ ਬਹੁਤ ਕਹਿੰਦਾ ਭੁਲੇਖੇ 'ਚ ਰੱਖਿਆ ਮੈਂ ਸਮਝਦਾ ਰਿਹਾ ਇਹ ਬੰਦਾ ਸਪੋਰਟ ਜਾਏਗਾ ਇਹ ਬੰਦਾ ਅੱਗੇ ਜਾਏਗਾ ਕਹਿੰਦਾ ਤੂੰ ਤਾਂ ਕੱਖ ਵੀ ਨਹੀਂ ਮੈਂ ਲੰਮਿਆ ਪਾ ਕੇ ਜੂਤ ਫੇਰਿਆ ਮੈਨੂੰ ਬਾਈ ਸਰਕਾਰੀ ਸਕੂਲ ਉਹ ਆਪਣੇ ਸਕੇ ਕਜ਼ਨ ਦੀ ਆਪਣੇ ਮਾਮੂ ਦੇ ਮੁੰਡੇ ਦੀ ਛੁੱਟੀ ਲੈਣ ਗਿਆ ਮੇਰੇ ਮਾਮੂ ਨੂੰ ਕਿਹਾ ਉੱਥੇ ਜਾ ਕੇ ਦੱਸੀ ਕਿ ਮੈਂ ਤਾਂ ਭਰਾ ਵਾਂ ਫਿਰ ਛੁੱਟੀ ਮਿਲਣੀ ਮੈਂ ਸਾਜੀ ਕਲਾਸਿਕਲ ਮਾਸਟਰ ਸਾਹਿਬ ਨੇ ਬੋਲੋ ਹਾਂ ਕੌਣ ਆ ਮੈਂ ਕਿਹਾ ਜੀ ਮੈਂ ਤਾਂ ਭਰਾ ਵਾਂ ਅਤੇ ਛੁੱਟੀ ਚਾਹੀਦੀ ਹੈ ਕੀ ਕਰਨਾ ਵਾ ਮੈਂ ਕਿਹਾ ਜੀ ਜ਼ਰੂਰੀ ਕੰਮ ਜਾਣਾ ਵਾ ਅਤੇ ਨਾ ਇੱਦਾਂ ਕਰਕੇ ਫੌਤ ਵੀ ਹੋ ਗਈ ਉੱਥੇ ਜਾਣਾ ਚਲੋ ਠੀਕ ਹੈ ਛੁੱਟੀ ਮਿਲ ਜਾਏਗੀ ਅਤੇ ਇਹਦੇ ਅੱਬੂ ਨਹੀਂ ਆਏ ਅਤੇ ਹੁਣ ਮੈਨੂੰ ਕਹਿਣ ਦਾ ਉਹਨੇ ਮੈਨੂੰ ਕਿਹਾ ਅੱਬੂ ਨਹੀਂ ਆਏ ਮੈਂ ਕਿਹਾ ਜੀ ਇਹਦੇ ਅੱਬੂ ਕੰਮ 'ਤੇ ਗਏ ਆ ਕਹਿੰਦਾ ਇਹਦੇ ਅੱਬੂ ਮਾਸਟਰ ਦਾ ਇੰਤਕਾਲ ਹੋ ਗਿਆ ਉਹਨਾਂ ਨੇ ਪੂਰੇ ਸਕੂਲ ਨੂੰ ਤਾਜੀ ਛੁੱਟੀ ਦੇ ਦਿੱਤੀ ਮੈਂ ਉਹੀ ਟਾਈਮਿੰਗ ਤੇ ਮੈਂ ਫੁੱਟ ਕੇ ਤਾਜੀ 10 ਵਜੇ ਕਿਤੇ ਹੋਰ ਪੇਰੈਂਟ ਚਲਾ ਗਿਆ ਦੋ ਵਜੇ ਘਰ ਜਾ ਰਿਹਾ ਉਹ ਕਹਿੰਦੇ ਸਾਰੇ ਮਹੱਲੇ ਦੇ ਬੱਚੇ ਆ ਗਏ ਜਿਹੜੇ ਮੈਂ ਤੁਹਾਨੂੰ ਮਾਸਟਰ ਸਾਹਿਬ ਦੱਸਿਆ ਨਾ ਜਿਹਨਾਂ ਦੀ ਵਿਸਾਖੀ ਸੀਗੀ ਉਸਤਾਜੀ ਇੱਕ ਮੁੰਡੇ ਨਾ ਨਹੀਂ ਨਹੀਂ ਉਹ ਸੀਗੇ ਮੈਨੂੰ ਨਾਂ ਭੁੱਲ ਗਿਆ ਉਹ ਮੁੰਡੇ ਨੇ ਛੁੱਟੀ ਲਈ ਕਿ ਮਾਸਟਰ ਜੀ ਮੈਨੂੰ ਅੱਧੀ ਛੁੱਟੀ ਦੇ ਦਿਓ ਮੈਂ ਘਰ ਜਲਦੀ ਜਾਣਾ ਕੰਮ ਆ ਕਹਿੰਦੇ ਚੱਲ ਠੀਕ ਹੈ ਜਾ ਛੁੱਟੀ ਕਰ ਦਿਓ ਮੁੰਡਾ ਜਾਣ ਕੇ ਕਹਿੰਦੇ ਉਹ ਰਿਹਾ ਛੁੱਟੀ ਮਿਲ ਗਈ ਘਰ ਚੱਲਾਂ ਕਹਿੰਦੇ ਹਾਂਜੀ ਆ ਰੋਟੀ 'ਚ ਫੜਾ ਕੇ ਜਾ ਮੈਨੂੰ ਰੋਟੀ ਫੜ ਕੇ ਆਪ ਕਰਦੇ ਉੱਥੇ ਨਾਮ ਬੜੇ ਸਤਾਰ ਜੀ ਪਾਉਂਦੇ ਸੀ ਟੀਚਰਾਂ ਦੇ ਮੁੰਡੇ ਜਿਹੜੇ ਸ਼ਰਾਰਤੀ ਸਤਾਰ ਜੀ ਐਸਾ ਮਜ਼ੇਦਾਰ ਪਰਾਠਾ ਅਤੇ ਅਚਾਰ ਜਿਹੜਾ ਕਿ ਤੁਸੀਂ ਬਸਤੇ 'ਚ ਮਰੋੜ ਕੇ ਰੱਖਿਆ ਹੁੰਦਾ ਸੀ ਕਰੰਚੀ ਠੀਕ ਹੈ ਜੀ ਯਾਨੀ ਕਿ ਤੁਸੀਂ ਸਵੇਰੇ ਪਕਾਇਆ ਉਹ 'ਚ ਅਚਾਰ ਦੀ ਫਾੜੀ ਰੱਖੀ ਹੈ ਲਵੇਟ ਕੇ ਮਾਂ ਉਹਨਾਂ ਨੇ ਬਸਤੇ 'ਚ ਭਰਾ ਦਿੱਤਾ ਤੁਸੀਂ ਸਕੂਲ ਗਏ ਹੋ ਸਕੂਲ ਜਾ ਕੇ ਤੁਸੀਂ ਬੈਠੇ ਹੋ ਹੁਣ ਉਹ ਬਸਤਾ ਵੀ ਉੱਥੇ ਹੀ ਆ ਅਤੇ ਤੁਸੀਂ ਇੰਝ ਨਾਲ ਪੜ੍ਹ ਰਹੇ ਹੋ ਅਤੇ ਨਾਲ ਤੁਸੀਂ ਇੰਝ ਕਰਕੇ ਮੁਰਗੀ ਤੋੜੀ ਅਤੇ ਅਚਾਰ ਨਾਲ ਲਾ ਕੇ ਅਤੇ ਉਸਤਾਦ ਜੀ ਉਹਦਾ ਟੇਸਟ ਦੁਨੀਆ ਦੇ ਕਿਸੇ ਨਾ ਹੋਟਲ 'ਚ ਨਾ ਕਿਸੇ ਗੱਲਬਾਤ 'ਚ ਉਹ ਕਿਤੇ ਉਹ ਟੇਸਟ ਨਹੀਂ ਹੈ ਉਸਤਾਦ ਜੀ ਉਹ ਤਾਂ ਇੱਕ ਲਾਜ਼ਵਾਲ ਚੀਜ਼ ਆ ਉਹਦਾ ਕੋਈ ਬਦਲ ਨਹੀਂ ਵਾਹ 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 ਇੱਕ ਨਾ ਅਸਲਮ ਨਾਮ ਬੜਾ ਪੜ੍ਹਾਈ 'ਚ ਮਸ਼ਹੂਰ ਰਿਹਾ ਮੇਰੇ ਬਹੁਤ ਸੇ ਦੋਸਤ ਹੈ ਲੇਕਿਨ ਅਸਲਮ ਮੇਰਾ ਬਿਹਤਰੀਨ ਮਜ਼ਮੂਨਾਂ 'ਚ ਵੀ ਬੜਾ ਆਉਂਦਾ ਮਜ਼ਮੂਨਾਂ 'ਚ ਬਹੁਤ ਆਉਂਦਾ ਇਹਦੇ ਹਮ ਲੋਕ ਅਸਲਮ ਕੇ ਘਰ ਗਏ ਅਸਲਮ ਇਹ ਉਹ ਆਈਡੀਅਲ ਹੁੰਦਾ ਸੀ ਨਾ ਉਦੋਂ ਇਹ ਬਹੁਤ ਅੱਛਾ ਸਾਹ ਜੀ ਤੁਸੀਂ ਉਹ ਦੇਖਿਆ ਪੁਰਾਣੇ ਵਕਤਾਂ 'ਚ ਮਾਈਆਂ ਉਹ ਬਸਤਾ ਬਣਾ ਕੇ ਦਿੰਦੇ ਨੇ ਤਖਤੀ ਦੀ ਮੁੱਠ ਬਾਹਰ ਹੁੰਦੀ ਸੀ ਰਸੀਆਂ ਪਾ ਉਹ ਪਿੱਛੇ ਪਾਣੇ ਤੁਰਨਾ ਤੇ ਉਹ ਇੰਜ ਟੱਕ ਟੱਕ ਦੇ ਹੋਏ ਨੇ ਭੇਡੂ ਜਾਣ ਦੇ ਸਕੂਲ ਉਹ ਬੜੀ ਬੜੀ ਅੱਛੀ ਬਾਤ ਹੁੰਦੀ ਸੀ ਯਕੀਨ ਕਰ ਉਸ ਤਾਂ ਜੀ ਮਾਈਆਂ ਨੇ ਕਦੋਂ ਬਸਤਾ ਧਣੀਆਂ ਵਾਲਾ ਕੱਢ ਕੇ ਦਿੱਤਾ ਉਹ ਹੁਣ ਟ੍ਰੈਂਡ 'ਚ ਟੂਟ ਬਟੂਟ ਕੇ ਦੋ ਮੁਰਗੇ ਇੱਥੇ ਸਾਡੀ ਕਲਾਸ 'ਚ ਇੱਕ ਮੁੰਡਾ ਸੀ ਮੋਟਾ ਮਾਸਟਰ ਨੂੰ ਆਵਾਜ਼ ਓ ਟੂਟ ਬਟੂਟ ਰਿਹਾ ਟੂਟ ਬਟੂਟ ਰਿਹਾ ਉੱਪਰ ਚਾਦਰ ਲਈ ਇਧਰੋਂ ਸਾਜ ਮੈਂ ਠੀਕਰੀ ਮਾਰੀ ਉਹ ਵਾਜਦਾ ਉਸਤਾਦ ਹੋਣਾ ਦੇ ਆਪ ਯਾਰ ਕਿੱਡਾ ਮਜ਼ੇਦਾਰ ਕਿੱਡਾ ਮਜ਼ੇਦਾਰ ਤੇ ਕਿੱਡਾ ਹੈ ਓਏ ਹੋਏ 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 ਪੰਜਵੀਂ ਚ ਦੋ ਪੇਪਰ ਦਿੱਤੇ ਆਪਣੇ ਵੀ ਤੇ ਇੱਕ ਹੋਰ ਮੁੰਡੇ ਦੇ ਵੀ
ਤੂੰ ਦਿੱਤੇ? ਹਾਂਜੀ, ਇੰਨਾ ਮੈਂ ਜ਼ਹੀਨ ਸੀ, ਮੈਨੂੰ ਉਸਤਾਦ ਨੇ ਕਿਹਾ ਤੂੰ ਉਹ ਮੁੰਡੇ ਦੇ ਵੀ ਪੇਪਰ ਦੇਣੇ। ਆ ਦੇਖੋ ਨਾ ਇਨਸਾਫੀਆਂ ਕੀਤੀਆਂ ਦੇ ਰੂਪ ਵਿੱਚ ਪਾਸ ਹੋ ਗਏ ਤੇ ਉਹ ਅੱਗੇ ਨਿਕਲ ਗਿਆ ਉੱਥੇ ਹੀ ਆ ਉਹ ਬੈਂਕ ਚ ਲੱਗ ਗਿਆ ਮੈਨੇਜਰ। ਅੱਛਾ ਉਸਤਾਦ ਜੀ, ਵੈਸੇ ਇੱਕ ਗੱਲ ਆ ਕਿ ਬੱਚਿਆਂ ਨੂੰ ਸਵੇਰ ਤੋਂ ਰਾਤ ਤੱਕ, ਹੁਣ ਸਵੇਰ ਨੂੰ ਬੱਚਾ ਉੱਠਦਾ ਵਾ, ਤਿਆਰ ਹੋ ਕੇ ਉਹਨੇ ਸਕੂਲ ਜਾਣਾ, ਸਕੂਲ ਉਹਨੇ ਖੱਪ ਕੇ ਵਾਪਸ ਆਉਣਾ ਅਤੇ ਮਾਂ ਨੇ ਕਹਿਣਾ ਚਲੋ ਜਲਦੀ ਕਰੋ ਬੇਟਾ ਉਹ ਟਿਊਸ਼ਨ ਵਾਲੀ ਆ ਰਹੀ ਹੈ, ਉਹਨੇ ਵਿਚਾਰੇ ਨੇ ਟਿਊਸ਼ਨ ਵਾਲੀ ਨੇ ਆ ਜਾਣਾ ਜਾਂ ਉਹਨੇ ਟਿਊਸ਼ਨ ਛੱਡ ਜਾਣਾ, ਟਿਊਸ਼ਨ ਤੋਂ ਆਉਣਾ ਉਹਨੇ ਕਹਿਣਾ ਚਲੋ ਬੇਟਾ ਸਪਾਰਾ ਪੜ੍ਹਨੇ ਜਾਣਾ ਹੈ, ਸਪਾਰਾ ਪੜ੍ਹਨੇ ਜਾਣਾ, ਉਸ ਤੋਂ ਬਾਅਦ ਰਾਤ ਪੈ ਜਾਣੀ। ਅਤੇ ਜਿਸ ਹਿਸਾਬ ਨਾਲ ਉਹਦੀ ਐਨਰਜੀ, ਉਹਦਾ ਦਿਮਾਗ, ਉਹਦਾ ਯੂਜ਼ ਹੋ ਰਹੀ ਹੈ ਸਾਰਾ ਤਾਕਤ ਬੋਡੀ ਦੀ ਜਾਂ ਜੀ ਉਸ ਉਮਰ 'ਚ, ਉਸ ਹਿਸਾਬ ਨਾਲ ਉਹਨੂੰ ਖੁਰਾਕ ਦੇਣੀ ਨਹੀਂ। ਹਾਂਜੀ ਹਾਂਜੀ, ਉਹਨੂੰ ਖੁਰਾਕ ਨਹੀਂ ਮਿਲਦੀ। ਸਾਹ ਜੀ, ਸਾਹ ਜੀ, ਇਹ ਮਤਲਬ ਕਿ ਕਿਉਂ ਇੱਦਾਂ ਦਾ ਬਰਡਨ ਪਾਇਆ ਗਿਆ? ਜਿਸ ਜ਼ਰੂਰਤ ਹੈ ਨਾ, ਅੱਗੇ ਦੌਰ ਦੀ ਜ਼ਰੂਰਤ ਹੈ, ਜਿਸ ਦੌਰ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਦੌਰ 'ਚ ਬਾਹਰੋਂ ਹੀ ਤਖਤੀ ਅੰਦਰ ਮੈਂ ਸਿੱਟਦਾ ਹੁੰਦਾ ਸੀ ਐਂ ਕਰਕੇ ਘਰ 'ਚ, ਬਸਤਾ ਘੁਮਾ ਕੇ, ਬਸਤਾ ਜਿਹੜਾ ਨਾ, ਬਸਤਾ ਘਰ ਨਹੀਂ ਬਣਨਾ, ਬਸਤਾ ਇੰਝ ਰੇੜ ਦੇਣਾ ਮੈਂ ਰੇੜੀ ਜੋੜ ਅਤੇ ਆਪ ਹੋ ਗਿਆ ਜੀ। ਅਤੇ ਮਤਲਬ ਉਸ ਤੋਂ ਬਾਅਦ ਟਿਊਸ਼ਨ ਟਿਊਸ਼ਨ ਸਾਰਾ ਉੱਥੇ ਹੀ ਹੁੰਦਾ ਸੀ ਕੰਮ, ਟਿਊਸ਼ਨ ਵੀ ਅਤੇ ਯੇ ਵੀ। ਔਰ ਪੜ੍ਹਾਈਆਂ ਦੇਖੋ ਉਦੋਂ ਦਾ, ਮਤਲਬ ਜਿਹੜਾ ਜਿਹਨੇ ਅੱਜ ਤੋਂ 30-40 ਸਾਲ 50 ਸਾਲ ਪਹਿਲੇ 10 ਕੀਤੀਆਂ ਨੇ ਨਾ, ਹਾਂਜੀ ਉਸਤਾਦ ਜੀ, ਉਹ 2.9 ਦਾ ਵੀ ਉਂਗਲੀ ਦੇ ਪਹਾੜਾ ਗਿਣ ਲੈਂਦਾ ਸੀ। ਉਹਨਾਂ ਦੀ ਮੈਥ ਕੈਸੀ, ਉਹ ਜਿਹੜੇ ਤਰੀਕੇ ਟ੍ਰਿਕ ਉਸਤਾਦਾਂ ਦੇ ਜਿਹੜੇ ਉਸ ਦੌਰ ਦੇ ਉਹ ਸਿਖਾਉਂਦੇ ਸੀ। ਹੁਣ ਫਿਰ ਉਸ ਤੋਂ ਬਾਅਦ ਫੀਮੇਲ ਉਸਤਾਦ ਆ ਗਏ, ਮਤਲਬ ਆ ਗਈਆਂ ਟੀਚਰ ਬਰਗਰ ਜਿਹਾ ਕੰਮ ਤੇ ਉਹ ਹੋਰ ਹਿਸਾਬ ਦਾ ਕੰਮ ਹੋ ਗਿਆ ਜੀ। ਸਟਾਰਟ ਬੱਚਿਆਂ ਨੂੰ ਪ੍ਰੀ ਨਰਸਰੀ ਆ ਖੁਰਾਕ ਨੀ ਗੀ, ਸਵੇਰੇ ਪਰੌਠੇ ਖਾ ਕੇ ਤੁਸੀਂ ਜਾ ਰਹੇ ਸਕੂਲ, ਮਾਂ ਨੇ ਜਲਦੀ ਜਲਦੀ ਹੈਂ ਬੱਚੇ ਵੀ ਕਾਰਟੂਨ ਲੱਗੇ ਹੋਣੇ, ਉਹ ਜਿਹੜੇ ਬਿੱਲੀ ਚੂਹੇ ਵਾਲੇ ਜਾਂ ਦੂਜੇ ਪਿੰਕ ਪੈਂਥਰ ਵਾਲੇ, ਪਿੰਕ ਪੈਂਥਰ ਵਾਲੇ ਕਾਰਟੂਨ ਲੱਗੇ ਹੋਣੇ, ਡੋਨਲਡ ਡੈਕ, ਵੁੱਡ ਪੈਂਕਰ ਕਲਾਸਰੂਮ ਦੇ ਪਿੱਛੇ ਸੁੱਤੇ ਤੇ ਉਹ ਪਰੌਂਠੇ ਖਾ ਕੇ ਤੇ ਜਨਾਬ ਨਾਲ, ਫਿਰ ਪਰੌਂਠਾ ਉਹਨੇ ਦੇਸੀ ਘਿਓ ਦਾ ਵਿੱਚ ਵੀ ਦੇਣਾ ਨਾਲ ਅਚਾਰ ਨਾਲ, ਉਹ ਵੀ ਰਸਤੇ 'ਚੋਂ ਖਾਈ ਜਾਣਾ, ਫਿਰ ਵਾਪਸੀ 'ਤੇ ਆ ਕੇ ਉਹਨੇ ਰੋਟੀ ਪਕਾਈ ਹੋਣੀ ਖਾਲਸ ਜਿਹੜੀ ਘਿਓ ਦੀ, ਫਿਰ ਉਸ ਤੋਂ ਬਾਅਦ ਉਹਨੇ ਰਾਤ ਨੂੰ ਦੁੱਧ ਦੇਣਾ। ਹਾਂਜੀ, ਅਤੇ ਉਹ ਹੁਣ ਨਹੀਂ ਸਰ। ਅੱਛਾ ਹੁਣ ਮਾਵਾਂ ਵੀ ਉਹ ਮਤਲਬ ਜਿਉਂ ਜਿਉਂ ਆ ਰਿਹਾ ਨਾ, ਮਾਵਾਂ ਦਾ ਵੀ ਉਹ ਸਿਸਟਮ ਚੇਂਜ ਹੋਈ ਜਾ ਰਿਹਾ, ਰੀਅਲਿਸਟਿਕ ਹੋ ਗਈ ਹੈ ਨਾ ਜਿਵੇਂ। ਯੈਸ ਯੈਸ, ਅਤੇ ਸਰ ਜੀ ਉਹ ਇਸ ਤਰ੍ਹਾਂ ਹੁੰਦਾ ਨਾ ਕਿ ਤੁਹਾਡਾ ਜਨਾਬ ਜੀ, ਅੱਛਾ ਫਿਰ ਹੁਣ ਬੱਚਿਆਂ ਨੂੰ ਵੀ ਨਹੀਂ ਲੱਗਾ, ਬੱਚਿਆਂ ਦੇ ਮੂੰਹ ਨੂੰ ਟੇਸਟ ਨਹੀਂ ਲੱਗਾ। ਹਾਂਜੀ, ਮਾਂ ਅਗਰ ਦੁੱਧ ਦਵੇ ਤੂੰ ਕਹਿੰਦਾ ਮੈਂ ਨਹੀਂ, ਉਹਨੂੰ ਲੜ ਲੜ ਕੇ ਵਿਚਾਰਾ ਇੰਨਾ ਕੁ ਪੀ ਕੇ ਕਿਤੇ ਕਰਕੇ ਅਤੇ ਉਹਨੇ ਦੁੱਧ ਪੀਣਾ, ਫਿਰ ਦੁੱਧ ਖਾਲਕ ਕਿੱਥੋਂ ਲੱਭਣਾ? ਹਾਂਜੀ, ਪਹਿਲੇ ਇਹ ਵੀ ਰੌਲਾ, ਬੱਚੇ ਬਰਗਰ ਸ਼ਵਾਰਮੇ ਤੋਂ ਲਾ ਲੈਣਾ ਜੀ, ਪਹਿਲੇ ਦੁੱਧ ਗਲੀ 'ਚ ਆਪ ਹੀ, ਮੈਨੂੰ ਕਹਿਣਾ ਜਾਵੇ ਦੁੱਧ ਫੜ ਲਿਆ, ਡੋਲ ਲੈ ਕੇ 18 ਨੰਬਰ ਗਲੀ ਦੀ ਨੁੱਕਰ 'ਤੇ ਮੱਝ ਹੋਣੀ ਉੱਥੇ ਜਾਣਾ, ਉਹਨੇ ਚੋ ਕੇ ਝੱਕ ਉੱਤੇ ਆਈ ਹੋਣੀ ਬਾਲਟੀ, ਉਹਨੇ ਸਾਜੀ ਅੱਜ ਪਾ ਕੇ ਦੇਣਾ, ਉਹ ਲਿਆਉਣਾ। ਹੁਣ ਤੁਹਾਨੂੰ ਇਹ ਨਹੀਂ ਪਤਾ ਦੁੱਧ ਆ ਕੇ ਤੁਰਿਆ। ਸਤਾਰ ਜੀ, ਮੈਂ ਸੁਬਹ ਸੁਬਹ ਜਾਂਦਾ ਹੁੰਦਾ ਸੀ ਪਾਈਨਐਪਲ ਜੂਸ ਪੀਣਾ ਪਹਿਲੇ, ਫਿਰ ਸਟ੍ਰਾਬਰੀ ਪੀਣਾ ਜਾ ਕੇ ਜੂਸ ਸਕੂਲੇ। ਉਹ ਤੁਹਾਡੇ ਘਰ ਪਰਾਉਣਾ ਵੀ ਆਉਂਦਾ ਸੀ ਨਾ, ਜਿਹੜਾ ਪੈਪ ਵਾਲਾ ਜੂਸ ਨਹੀਂ ਮਿਲਦਾ ਸਕੂਲਾਂ ਦੇ ਸਾਹਮਣੇ, ਤੁਸੀਂ ਉਹ ਲਿਆ ਕੇ ਲਿਆਓ। ਉਹ ਜੂਸ ਵਾਲਾ ਤਾਂ ਚੱਕਰ ਹੀ ਨਹੀਂ ਸੀ ਹੁੰਦਾ, ਉੱਥੇ ਹੁਣ ਨਹੀਂ ਹੈਗਾ ਭਾਜੀ, ਉਹ ਕੱਚੀ ਸ਼ਿਕੰਜਵੀ ਕਰਦੇ ਸੀ। ਉਹ ਯਾਰ ਉੱਥੇ ਹੁਣ ਨਹੀਂ ਜੂਸ ਹੈਗਾ, ਇਹਨਾਂ ਦੇ ਪੂਰੇ ਲੱਗ 'ਚ ਫਰੈਸ਼ ਜੂਸ ਨਹੀਂ ਲੱਭਦਾ। ਉੱਥੇ ਮੁੰਡੇ ਸ਼ਾਹੀ ਨਾਲ ਰੋਟੀ ਖਾ ਲੈਂਦੇ, ਸਿਆਹੀ ਨਾ ਜਿਹੜੀ ਲਕਸ ਦੀ ਨਿੱਕੀ ਗਾਚੀ ਨਹੀਂ ਸੀ ਨਿਕਲੀ, ਉਹਦੇ ਨਾਲ ਰੋਟੀਆਂ ਚੋਪੜ ਚੋਪੜ ਕੇ ਖਾਂਦੇ ਰਹੇ ਬੜੀ ਦੇਰ। ਸ਼ੁਕਰ ਲੱਗਣ ਦਿਆ ਸਾਹ ਜੀ, ਬਟਰ ਦਾ ਐਡਾ ਡਿਫਰੈਂਟ ਹੁੰਦਾ ਸੀ, ਬਟਰ ਦਾ ਸਿਰਫ ਉਹ 'ਚ ਬਟਰ ਹੀ ਹੁੰਦਾ ਸੀ, ਉਹ ਡਫਰ। ਜੂਸ ਤੇ ਬਹੁਤ ਦੂਰ ਦੀ ਗੱਲ ਆ, ਤੇਰੇ ਇਲਾਕੇ 'ਚ ਖਲੂਸ ਨਹੀਂ ਹੈਗਾ ਵੀ ਇਕੱਠੇ ਬਹਿ ਜਾਣਗੇ ਕਿਤੇ। ਚਾਰ ਬੰਦੇ ਆਏ ਮੇਰੇ ਅੱਗੇ, ਮਖਮਲ ਦੇ ਸਾਡੇ ਸਾਹ ਜੀ ਸੈਂਟਰ ਬਣਵਾਇਆ ਸੀ ਮੇਰੇ ਪਾਪਾ ਨੇ,
ਚਾਰ ਬੰਦੇ ਹੁੰਦੇ ਸੀ। ਨਹੀਂ ਤੂੰ ਅਕਬਰ ਪਾਤਸ਼ਾਹ ਦੀ ਤੀਸਰੀ ਬੀਵੀ ਚੋਂ ਸਾ, ਮਤਲਬ ਕੀ ਤੇਰਾ ਤਰਾ ਚਾਇਜ ਥੱਲੇ ਤੇਰੇ ਕਰ ਰਹੇ, ਮਤਲਬ ਤੂੰ ਕੋਈ ਕੋਈ ਮਤਲਬ ਕੀ ਸਾ ਤੂੰ ਐਸਾ ਉੱਥੇ ਆਪਣੇ ਇਲਾਕੇ ਦਾ, ਜਾਂ ਕਿਹਦੇ ਘਰ ਤੋਂ ਪੈਦਾ ਹੋ ਗਿਆ? ਸਕੂਲੇ ਬੱਗੀ ਜਾਂਦੀ ਹੁੰਦੀ ਸੀ, ਬੱਗੀ ਪਿੱਛੇ ਪਿੱਛੇ ਗਾਰਡ ਭੱਜਦੇ ਹੁੰਦੇ ਸਾਹਰ ਵਾਲੀ ਬੱਗੀ। ਜਰਾਬਾਂ ਚੋ ਭੁੱਜੇ ਚਨੇ ਕੱਢ ਕੇ ਖਾਣਾ ਹੁੰਦਾ ਸੀ ਉਦੋਂ, ਇਹ ਦੌਰ ਹੁੰਦਾ ਸੀਗਾ। ਉਹ ਮੈਂ ਤੁਹਾਡੀ ਗੱਲ ਬਾਤ ਬਹੁਤ ਰਸਤੇ ਚ ਸ਼ਿਕਾਰ ਕਰਨੇ ਤਿਲਰ ਜੰਗਲ ਚ ਵਾਲ ਸਾਹਿਬ ਦਾ ਟਾਰਜਨ ਆਈ ਸੀ। ਤੁਸੀਂ ਇੰਨੀ ਪਤਲੀ ਦਾਲ ਪਕਾਉਂਦੇ ਸੀਗੇ, ਦਾਲ ਨਾਲ ਭਾਵੇਂ ਗੋਲ ਗੱਪਾ ਭਰ ਕੇ ਖਾ ਲੈਣੀ ਬਾਰੇ ਜਦੋਂ ਫੋਨ ਆਉਂਦਾ ਸੀ ਨਾ ਉੱਥੇ ਅੱਗ ਲੱਗ ਗਈ, ਲੋਕ ਪਾਣੀ ਘੱਟ ਫੋਨ ਕਰਦੇ ਜੀ, ਖਾਲੀ ਦਾਲ ਥੋੜੀ ਪਈ ਇੱਕ ਜਗ੍ਹਾ ਤੇ ਅੱਗ ਲੱਗੀ ਹੈ। ਹਾਂਜੀ ਜੀ, ਇਹਨਾਂ ਦੇ ਘਰ ਇੰਨੀ ਪਤਲੀ ਦਾਲ, ਉਹ ਡੋਈ ਨਾਲ ਨੀ ਪਾਉਂਦੇ, ਉਹ ਪੈਟਰੋਲ ਵਾਲਾ ਨੀ ਜਿਹੜਾ ਉਹਦੇ ਨਾਲ ਕੋਲੀ ਚ ਪਾਉਂਦੇ, ਪਿੱਛੇ ਨੰਬਰ ਚੱਲ ਰਹੇ ਹੁੰਦੇ, ਥੱਲੇ ਪੀਂਕ ਵੀ ਰੱਖੀ ਹੁੰਦੀ। ਤੁਸੀਂ ਇੰਨੀ ਪਤਲੀ ਦਾਲ ਪਕਾਉਣੀ ਸੀ, ਰੋਟੀ ਨਾਲ ਸੀ ਖਾਂਦੇ ਹੁੰਦੇ, ਸਟਰੋਅ ਰੱਖਿਆ ਹੁੰਦਾ ਸੀ ਉਹ। ਅੱਛਾ, ਸਾਦੀ ਬੁਰਕੀ ਮੂੰਹ ਚ ਪਾ ਕੇ ਉੱਪਰ ਪੈਰ ਰੱਖ। ਇੱਕ ਦਿਨ ਇੱਕ ਭਰਾ ਦੀ ਕੋਲੀ ਚ ਤਿੰਨ ਚਾਰ ਦਾਲ ਦੇ ਦਾਣੇ ਆ ਗਏ ਤੇ ਕਹਿੰਦਾ ਅੱਜ ਬੜੀ ਸੰਘਣੀ ਕੀਤੀ। ਸਾਡੀ ਇੰਨੀ ਇੰਨੀ ਪਤਲੀ ਹਾਂਡੀ ਬਣਾਉਂਦੇ ਆ, ਇਹਨਾਂ ਨੇ ਉਹ ਤੇਲ ਵਾਲੀ ਪੀਕ ਰੱਖੀ ਹੁੰਦੀ ਸੀ ਹਾਂਡੀ ਦੇ ਨਾਲ, ਇੱਕ ਚਮਚਾ ਦੀ ਤਾਜ਼ੀ ਉਹਦੇ ਨਾਲ ਹੀ ਪਲੀਆਂ ਪਾਪਾ ਦੇ ਦੇਣੀਆਂ। ਯਾਰ ਇਹਨਾਂ ਦੇ ਘਰ ਮਾਸ਼ਾਅੱਲਾ ਖਾਣਾ, ਸਾਡੀ ਦਾਲ ਨਾ ਕੌਲੀਆਂ ਦੇ ਵਿੱਚ ਇੰਜ ਪਾਉਂਦੀ ਹੁੰਦੀ ਸੀ, ਉਹ ਪੌਣੀ ਫੜ ਕੇ ਹਾਂਡੀ ਪੱਕਦੀ ਆ, ਹਾਂਡੀ ਚ ਪੋਲ ਬਣੇ। ਇੰਨੀ ਪਤਲੀ ਦਾਲ ਖਾਂਦੇ ਸੀਗੇ, ਇੱਕ ਦਿਨ ਵਿਹੜੇ ਡਿੱਗਿਆ ਤੇ ਮਾਂ ਨੇ ਰੌਲਾ ਪਾਤਾ, ਹਾਏ ਮੁੰਡੇ ਦਾਲ ਨਿਕਲ ਗਈ, ਮੁੰਡੇ ਦਾਲ ਨਿਕਲ ਗਈ, ਦਾਲ ਲੀਕ ਹੋ ਗਈ। ਇੰਨੀ ਪਤਲੀ ਦਾਲ ਸਾਹ ਜੀ ਬਣਾਉਂਦੇ ਹੁੰਦੇ ਸੀ, ਆਕਸੀਜਨ ਵਾਲਾ ਸਿਲੰਡਰ ਪਾ ਕੇ ਨਾ ਮੂੰਹ ਅੰਦਰ ਡੁੱਬੀ ਮਾਰ ਕੇ ਫੇਰ ਪਾ ਕੇ ਦਿੰਦੇ ਸਾਲ ਅੰਦਰ ਸਾਹ ਨਾ ਪੁੱਟਿਆ ਜਾਵੇ। ਗੱਲ ਪਤਾ ਕਿ ਗੋਤਾਖੋਰ ਦਾਲ ਪਕਾਉਂਦੇ ਤੁਸੀਂ? ਕਾਲੂ ਨੇ ਸ਼ਿਕਾਰ ਕੀਤਾ, ਇੱਕ ਇਹਨੇ ਗੋਲੀ ਮਾਰੀ, ਫੁੱਲ ਸ਼ਿਕਾਰ ਨੂੰ ਵੱਜ ਗਈ, ਉਹ ਥੱਲੇ ਡਿੱਗ ਗਿਆ, ਇਹਨੂੰ ਕੁੱਤੇ ਨੇ ਵੱਢ ਲਿਆ। ਬਾਅਦ ਚੋਂ ਆਪਣੇ ਕਜ਼ਨ ਨੂੰ ਕਹਿੰਦਾ, ਓਏ ਉਹ ਚੁੱਕ ਲਈ ਮੈਨੂੰ, ਮੇਰੇ ਕੋਲ ਤੁਰਿਆ ਨਹੀਂ, ਚੁੱਕ ਲਈ ਮੇਰੇ ਕੋਲ ਤੁਰਿਆ ਨਹੀਂ ਜਾਂਦੇ। ਰਾਜੀ ਸਕੂਲੇ ਦਾਖਲ ਹੋਣ ਤੋਂ ਪਹਿਲੇ ਨਾ ਉਹ ਬਾਦਸ਼ਾਹ ਵਾਲੀ ਪੂੰ ਉਹ ਵਜਾਉਂਦੇ ਹੁੰਦੇ। ਇਹੀ ਮੈਂ ਪੁੱਛ ਰਿਹਾ, ਕਿਉਂ ਤੂੰ ਕਿਹਦੀ ਔਲਾਦ ਸਾਂ, ਤੇਰੇ ਵਾਸਤੇ ਇੰਨਾ ਇਹਤਮਾਮ ਕਿਉਂ ਕਰਦੇ ਸੀ? ਮਤਲਬ ਤੂੰ ਕਿਤੇ ਉਹ ਜਿਹੜਾ ਕਿਹੜਾ ਸੀ ਸੂਰਿਆ ਕੀ ਨਾਮ, ਨਹੀਂ ਉਹ ਜਿਹੜਾ ਇੱਕ ਯਾਰ ਜੰਗ ਦਾਲਾ ਯਾਰ, ਟੀਪੂ ਸੁਲਤਾਨ ਦਾ ਬੱਚਾ ਸਾ ਤੂੰ। ਵੈਰੀ ਸਿੰਪਲ ਉਸਤਾਦ ਜੀ, ਅੱਜ ਫਰੀਦ ਸਾਹਿਬ ਤੇ ਰਾਮੇ ਸਾਹਿਬ ਨਹੀਂ ਹੈਗੇ, ਇਹ ਉਹਨੇ ਜਗ੍ਹਾ ਟਰੈਕ ਦੇਣ ਡਿਆ ਸਾ। ਇਹਨੇ ਸਕੂਲ ਤੋਂ ਬਾਹਰ ਟਿੱਕੀਆਂ ਲਾਈਆਂ ਇਹਨੂੰ ਮਾਸਟਰਾਂ ਦੇ ਛਿੱਤਰ ਮਾਰੇ, ਉਹ ਚਮਚਾ ਇੱਦਾਂ ਖੜਕਾਇਆ ਉਹਨਾਂ ਨੂੰ, ਉਹਨਾਂ ਨੇ ਸਮਝਿਆ ਤਫਰੀਹ ਹੋ ਗਈ। ਬੱਚੇ ਸਾਰੇ ਦੌੜ ਗਏ ਬਾਹਰ, ਗਾਣੇ 'ਚ ਡਿੱਗ ਗਿਆ, ਮਸ਼ਹੂਰ ਦਾ ਫੋਨ ਆ ਗਿਆ, ਉਹਨੇ ਕਿੱਥੇ ਆ, ਕਹਿੰਦਾ ਸਾਹਲ 'ਤੇ ਬੈਠਾ ਵਾ, ਗਾੜੇ ਸਾਹਲ 'ਚ। ਦੌਰ ਬੜੇ ਚੰਗੇ ਸੀ, ਮੈਂ ਵੇਖੇ ਆ, ਮੇਰੇ 'ਤੇ ਬੜਾ ਅੱਛਾ ਦੌਰ ਰਿਹਾ ਉਹ। ਨਹੀਂ ਨਹੀਂ, ਜਦੋਂ ਵਾਲਦ ਸਾਹਿਬ ਦੇ ਕਾਲੂ ਜ਼ਿੰਦਾ ਸੀ ਨਾ, ਕਾਲੂ ਦੇ ਜਦੋਂ ਵਾਲਦ ਸਾਹਿਬ ਜ਼ਿੰਦਾ ਸੀ, ਹਾਂਜੀ, ਉਦੋਂ ਕਾਲੂ ਦਾ ਹਾਲਾਤ ਠੀਕ ਹੁੰਦੇ ਸੀ ਸਾਹਿਬ ਜੀ? ਹਾਂਜੀ, ਪੂਰਾ ਭਾਰਤ ਸੀਗਾ ਸਾਹਿਬ ਜੀ ਹੋ ਗਿਆ। ਲੇਕਿਨ ਇਹ ਨਹੀਂ ਗੱਲ ਵੀ ਤੂੰ ਸਕੂਲ ਜਾਣਾ ਅਤੇ ਉਹਨਾਂ ਨੇ ਉਹ ਵਜਾਉਣਾ, ਵਜਾਉਂਦੇ ਤੈਨੂੰ ਹੁੰਦੇ ਸੀ ਉਹ ਉਸਤਾਦ ਜੀ? ਗਾਰੇ 'ਚ ਨਾ ਇੰਨੀਆਂ ਲੱਤਾਂ ਕਰਕੇ ਬੈਠਾ,
ਇੰਜ ਕਰਕੇ ਡੱਡੂਆ ਝੁੱਟ ਪਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਮਾਲਕ ਆ ਗਏ ਭਾਈ ਘਰ ਦੇ ਮਾਲਕ, ਜਿਹਨਾਂ ਦੀ ਮੇਨ ਜਗ੍ਹਾ ਮਾਲਕ ਆ ਗਏ ਭਾਜੀ। ਬੂਟੀ ਪੀ ਕੇ ਤਾਂ ਇੱਕ ਗੁਸਰੇ ਦੇ ਮਗਰ ਕਹੀ ਜਾ ਰਿਹਾ, ਉਰਵਸ਼ੀ ਮੇਰੀ ਬਾਤ ਤੋਂ ਸੁਣ ਲੈ, ਉਰਵਸ਼ੀ ਉਰਵਸ਼ੀ ਉਰਵਸ਼ੀ। ਇੱਕ ਗੁਸਰੇ ਨੂੰ ਕਹਿੰਦੇ ਠੀਕ ਆ ਤੂੰ ਮੈਨੂੰ ਆਪਣੇ ਹੱਥ ਵੱਢ ਕੇ ਦਿੱਤੇ, ਲੇਕਿਨ ਇੰਨਾ ਜ਼ੁਲਮ ਯਾਰ ਇਹ ਕੀ ਗੱਲ ਹੋਈ। ਅੱਛਾ ਯਾਰ ਮੇਰੀ ਗੱਲ ਸੁਣੋ ਯਾਰ, ਪੜ੍ਹਾਈ ਤੇ ਗੱਲ ਹੋ ਰਹੀ ਸੀ ਉਸਤਾਦ ਜੀ, ਯਾਰ ਮੇਰਾ ਬੜਾ ਦਿਲ ਕਰਦਾ ਹੁਣ ਪੜ੍ਹਨ ਨੂੰ ਉਸਤਾਦ ਜੀ, ਕਸਮ ਹੈ ਵੀ ਉਸਤਾਦ ਜੀ ਹੁਣ ਵੈਸੇ ਤੁਹਾਨੂੰ ਪੜ੍ਹਾਈ ਕਰਨੀ ਚਾਹੀਦੀ ਹੈ। ਨਹੀਂ ਯਾਰ ਮੈਨੂੰ ਕੋਈ ਮਾਸਟਰ ਨਹੀਂ ਲੱਭ ਰਿਹਾ, ਕੋਈ ਮਾਸਟਰ ਜਿਹੜਾ ਮੈਨੂੰ ਦਫ਼ਤਰ ਆ ਕੇ ਡੇਲੀ ਇੱਕ ਘੰਟਾ ਪੜ੍ਹਾਵੇ ਮੇਰੀ ਇੰਗਲਿਸ਼ ਤਿੰਨਾਂ ਚੋਂ ਮਹੀਨਿਆਂ 'ਚ। ਤੁਸੀਂ ਮੈਨੂੰ ਅੱਗੇ ਮੈਂ ਕਿਹਾ ਸੀ ਨਾ, ਮੈਨੂੰ ਬਹੁਤ ਸਾਰੀਆਂ ਮੇਲਸ ਆਈਆਂ, ਬਹੁਤ ਸਾਰੇ ਲੋਕਾਂ ਨੇ ਕਿਹਾ, ਲੇਕਿਨ ਉਹ ਦੂਰ ਮਤਲਬ ਉਹ ਨਹੀਂ ਬਣਦਾ ਕਿ ਇੱਕ ਬੰਦੇ ਨੇ ਕਿਹਾ ਕਿ ਯਾਰ ਮੈਂ ਆਪ ਕੋ ਟਾਈਮ ਥੋੜ੍ਹਾ ਨਿਕਾਲ ਦੀ ਕਰਿਆ, ਮੈਂ ਆਪ ਕੋ ਔਨਲਾਈਨ, ਮੈਂ ਉੱਦਾਂ ਨਹੀਂ ਸਿੱਖ ਸਕਦਾ, ਮੈਂ ਕੋਈ ਟਾਈਮ ਨਹੀਂ ਹੁੰਦਾ ਤੁਹਾਡੇ ਕੋਲ, ਮੈਨੂੰ ਕੋਈ ਇੱਥੇ ਪਤਾ ਹੋਵੇ ਕਿ ਯਾਰ ਮੈਨੂੰ ਕੰਨ ਫੜਾਇਆ ਨੇ ਆ ਗਿਆ ਭਾਅ ਜੀ ਚਲੋ ਅੰਦਰ। ਤੁਹਾਡੇ ਕੋਲ ਮਾਸਟਰ ਆਇਆ ਵੀ ਨਾ, ਮੈਨੂੰ ਇੰਨਾ ਪਤਾ ਹੋਵੇ, 2 ਮਹੀਨੇ ਬਾਅਦ ਤੁਹਾਨੂੰ ਨਿਕਲ ਕੇ ਨਾ ਕਹਿੰਦਾ ਲਓ ਜੀ ਮੇਰਾ ਆਪਣਾ ਯੂਟਿਊਬ ਚੈਨਲ ਬਣ ਗਿਆ ਵਾ, ਹੁਣ ਮੈਂ ਚੱਲਣਾ ਹੈ ਜਾ ਰਿਹਾ ਹੁਣ ਮੈਂ ਜਾ, ਮੈਂ ਵੀ ਰੋਕ ਲੈ ਮੈਨੂੰ, ਉਹਨੇ ਡੀਟਿੰਗ ਵੀ ਸਿੱਖ ਲੈਣੀ, ਉਹਨੇ ਕੈਮਰਾ ਮੈਨ ਵੀ ਸਾਰਾ ਕੁਝ ਸਿੱਖ ਲਿਆ। ਮਾਸਟਰ ਨੇ ਭਲਾ ਕਿੱਦਾਂ ਜਾਇਆ ਕਰਨਾ, ਠੀਕ ਹੈ ਫਿਰ। ਨਹੀਂ ਨਹੀਂ ਯਾਰ ਉਸਤਾਦ ਉਸਤਾਦ ਹੀ ਨੇ, ਮੈਂ ਉਸਤਾਦ ਦੀ ਤੁਹਾਨੂੰ ਗੱਲ ਸੁਣਾਈ ਸੀ ਆਪਣੇ ਦੀ, ਮੇਰੇ ਉਸਤਾਦ ਨੀ ਜਿਹਨਾਂ ਕੋਲ ਮੈਂ ਗਾਣਾ ਸਿੱਖਦਾ ਹੁੰਦਾ ਸੀ, ਉਸਤਾਦ ਮਸਕੀਨ ਅਲੀ ਖਾਨ ਸਾਹਿਬ, ਬਹੁਤ ਅੱਛੀ ਤਬੀਅਤ ਯਾਰ, ਬਹੁਤ ਕੋਈ ਉਹਨਾਂ ਨੂੰ ਨਹੀਂ ਸੀ ਹੁੰਦਾ ਵੀ ਜਿੱਦਾਂ ਬਾਕੀ ਕਈ ਖਾਨ ਸਾਹਿਬ ਹੁੰਦੇ ਨੇ ਜਾਂਦਿਆਂ ਪੁੱਛ ਲੈਣਾ ਬੇਟਾ ਕਿਆ ਕੰਮ ਕਰਦੇ ਹੋ, ਪਿਓ ਕੀ ਕਰਦਾ ਤੇਰਾ, ਉਸ ਹਿਸਾਬ ਨਾਲ ਫਿਰ ਉਹਨੂੰ ਸ਼ੁਰੂ ਹੋ ਜਾਣਾ। ਉਹ ਨਹੀਂ ਸੀ ਇੱਦਾਂ, ਉਹ ਨਹੀਂ ਸੀ ਇੱਦਾਂ ਦੇ ਸਾਡੇ ਉਸਤਾਦ ਨੇ, ਜਿੱਦਾਂ ਦਾ ਕੋਈ ਚੱਕਰ ਨਹੀਂ ਸੀ ਉਸਤਾਦ ਜੀ। ਲੇਕਿਨ ਉਸਤਾਦ 300 ਰੁਪਇਆ ਮਹੀਨਾ ਮੈਂ ਫੀਸ ਦਿੰਦਾ ਸੀ ਅਤੇ ਕਿਸੇ ਕਿਸੇ ਮਹੀਨੇ ਦਿੰਦਾ ਸੀ, ਠੀਕ ਹੈ ਜੀ, ਅਤੇ ਮੇਰੇ ਨਾਲ ਬਹੁਤ ਹੀ ਉਹ ਪਿਆਰ ਕਰਦੇ ਸੀ। ਮੈਂ ਛੋਟੀਆਂ ਛੋਟੀਆਂ ਸ਼ਰਾਰਤਾਂ ਉਹਦੇ ਕਰਨੀਆਂ, ਮਤਲਬ ਇੱਕ ਦਿਨ ਉਹਨਾਂ ਨੇ ਚਾਹ ਮੰਗਾਈ ਨਾ ਅਤੇ ਮੈਂ ਅੱਗੇ ਵੀ ਦੱਸੀ ਗੱਲ ਕਿ ਉਹ 2 ਕੱਪ ਸੀ ਅਤੇ ਉਹ ਨਾ ਦਰਾਜ ਥੋੜ੍ਹੇ ਜ਼ਈਫ ਸੀ ਅਤੇ ਨਾ 1 ਕੱਪ ਮੈਂ ਲੁਕੋ ਲਿਆ, ਨਹੀਂ 1 ਕੱਪ ਨਾ ਸਾਈਡ 'ਤੇ ਪਿਆ ਸੀ ਅਤੇ ਉਹ ਮੈਨੂੰ ਕਹਿਣਾ ਵੀ ਦੂਸਰਾ ਕੱਪ ਕਿੱਧਰ ਹੈ, ਅਤੇ ਮੈਂ ਉਹ ਜਿਹੜਾ ਪਿਆ ਸੀ ਨਾ ਮੈਂ ਕਹਾਂ ਜੀ ਆਹ ਦੇਖੋ, ਨਹੀਂ ਦੂਸਰਾ ਕਿੱਧਰ ਹੈ, ਮੈਂ ਕਹਿੰਦਾ ਸਾਹ ਜੀ ਇਹ ਦੂਸਰਾ ਹੀ ਆ, ਆਹੀ ਪਿਆ ਦੂਸਰਾ, ਅਤੇ ਉਹ ਵੀ ਜਿਹੜਾ ਦੂਸਰਾ ਸੀ ਉਹ ਕਿੱਧਰ ਹੈ, ਇੱਕ ਹੋਰ ਸੀ ਨਾ ਦੂਸਰਾ, ਮੈਂ ਕਿਹਾ ਉਹ ਇਹੀ ਆ, ਦੂਸਰਾ ਹੀ ਆ, ਮੈਂ ਕਿਹਾ ਦੂਸਰਾ ਵਾ, ਕਹਿੰਦੇ ਉਹ ਇੱਕ ਔਰ ਸੀ ਇਹਦੇ ਨਾਲ, ਮੈਂ ਕਿਹਾ ਪਹਿਲਾ ਪਹਿਲਾ ਕਹੋ ਨਾ, ਅਤੇ ਉਸਤਾਦ ਉਹਨਾਂ ਦੇ ਨੱਕ 'ਚੋਂ ਪਾਣੀ, ਅੱਖਾਂ 'ਚੋਂ ਪਾਣੀ, ਉਸਤਾਦ ਹੋਣੀ ਹੱਸ ਹੱਸ ਦੂਰੇ ਇੰਝ ਕਰਕੇ, ਅਤੇ ਮੈਂ ਕਿਹਾ ਉਹ ਦਿਹਾ ਪਿਆ ਲਓ, ਉਹ ਇੱਧਰ ਪਿਆ ਸੀ ਥੱਲੇ, ਅਤੇ ਜਦੋਂ ਮੈਂ ਕਹਿਣਾ ਮੈਂ ਕਿਹਾ ਪਹਿਲਾਂ ਕਹੋ ਨਾ ਪਹਿਲਾਂ ਕਿੱਥੇ, ਆਹ ਲਓ ਆਹ ਪਹਿਲਾਂ, ਉਹ ਦੂਸਰਾ ਹੀ ਆ, ਓਏ ਹੋਏ ਇੱਦਾਂ ਦੀਆਂ ਮੈਂ ਸ਼ਰਾਰਤਾਂ ਕਰਨੀਆਂ। ਸਾਹ ਜੀ ਉਹ 300 ਰੁਪਇਆ ਮਹੀਨਾ ਟੁੱਟੀ ਜੀ ਮੇਰੇ ਕੋਲ ਸਾਈਕਲ ਹੀ, ਅਤੇ ਮੈਂ ਸੁਬਹਾ 6 ਵਜੇ ਰਿਆਜ਼ ਕਰਨ ਜਾ ਰਿਹਾ, 5 ਵਜੇ ਮੈਂ ਇੱਥੋਂ ਰਜ਼ਾਬਾਦੋਂ ਕੁਆਟਰ ਮੰਡੀ ਜਾਣਾ ਸਾਈਕਲ ਹੀ 'ਤੇ, ਉਸਤਾਦ ਉਹਨਾਂ ਨੂੰ ਪਿੱਛੇ ਬਿਠਾਉਣਾ ਜਾਂ ਕਦੀ ਕਦੀ ਉਸਤਾਦ ਉਹਨਾਂ ਨੇ ਆਪ ਵੀ ਆ ਜਾਣਾ, ਅਤੇ ਗਊਸ਼ਾਲਾ ਮੋੜ ਅਕੈਡਮੀ ਸੀ ਅਤੇ ਰਜ਼ਾਬਾਦੋਂ ਮੈਂ ਜਾਣਾ ਸਾਈਕਲ 'ਤੇ, ਉਸਤਾਦ ਉਹਨਾਂ ਨੇ ਰਿਆਜ਼ ਕਰਾਉਣਾ, ਉਸ ਤੋਂ ਬਾਅਦ ਮੈਂ ਅਕਸਰ ਉਸਤਾਦ ਉਹਨਾਂ ਨੂੰ ਜਾਂ ਤਾਂ ਛੱਡ ਕੇ ਆਉਣਾ ਅਤੇ ਜਾਂ ਫਿਰ ਉਹਨਾਂ ਨੂੰ ਮੈਂ ਵੈਗਨ 'ਚ ਬਿਠਾਉਣਾ। ਉਸਤਾਦ ਜੀ ਬੜਾ ਸਫ਼ਰ ਆ ਰਜ਼ਾਬਾਦੋਂ ਮੰਡੀ, ਰਜ਼ਾਬਾਦੋਂ ਮੰਡੀ ਬਹੁਤ ਸਫ਼ਰ, ਓਏ ਮੈਂ ਬਹੁਤ ਜਨੂੰਨ ਹੁੰਦਾ ਸੀ ਗਾਣੇ ਦਾ ਮੇਰਾ। ਉਸਤਾਦ ਜੀ ਉਹਨਾਂ ਨੇ ਤੁਹਾਡੇ ਨਾਲ ਮੁਹੱਬਤ ਭਲਾ ਕਿਉਂ ਕੀਤੀ? ਹਾਂ ਉਹਨਾਂ ਨੇ, ਉਹਨਾਂ ਦੀ ਇੱਕ ਗੱਲ ਮੈਂ ਅੱਗੇ ਵੀ ਕਈ ਵਾਰੀ ਦੱਸੀ ਹੈ ਔਰ ਇਸ ਗੱਲ ਦੇ ਬਹੁਤ ਸਾਰੇ ਗਵਾਹ ਨੇ, ਪਹਿਲੇ ਵੀ ਬੜੀ ਵਾਰੀ ਦੱਸੀ ਹੈ, ਅੱਜ ਫਿਰ ਉਹ ਲਾਲ ਉਹਨਾਂ ਨੂੰ ਰੀਕੇ ਰਹਿਮਤ ਕਰੇ, ਅੱਲਾ ਪਾਕ ਉਹਨਾਂ 'ਤੇ ਆਪਣੀ ਰਹਿਮਤ ਕਰੇ,
ਮੈਨੂੰ ਕਹਿੰਦੇ ਸਾਰੇ ਜਣੇ ਬੈਠੇ ਨੇ, ਕੋਈ 8-10 ਜਣੇ ਨੇ ਉਸ ਅਕੈਡਮੀ 'ਚ ਬੈਠੇ ਸੀ, ਅਤੇ ਮੈਂ ਉੱਥੇ ਬੈਠਾ ਚੁੱਪ ਕਰਕੇ, ਅਤੇ ਮੈਨੂੰ ਕਹਿੰਦੇ ਤੇਰੇ ਨਾ ਮੱਥੇ 'ਤੇ ਇੱਕ ਸਿਤਾਰਾ ਚਮਕ ਰਿਹਾ, ਮੈਂ ਦੇਖ ਰਿਹਾ, ਵਾਹ ਵਾਹ, ਅਤੇ ਇੱਕ ਟਾਈਮ ਆਏਗਾ ਦੁਨੀਆਂ ਨੂੰ ਵੀ ਨਜ਼ਰ ਆਏਗਾ। ਵਾਕਿਆ ਜਿਹੜਾ ਸ਼ੁਰੂ ਹੋਇਆ ਸੀ, ਇੱਥੋਂ ਕੁਛ ਸਿੱਖਣਾ ਵੀ ਆ, ਗੱਲਾਂ ਨੀ ਸੁਣੀ ਜਾਣੀਆਂ, ਸਿੱਖਣਾ ਵੀ ਕੁਛ, ਕਿ ਉਸਤਾਦ ਉਹਨਾਂ ਦੇ ਮੂੰਹ ਚ ਜਦੋਂ ਗੱਲ ਨਿਕਲ ਗਈ ਨਾ ਉਸਤਾਦ ਜੀ, ਉਹ ਫਿਰ ਇਹ ਨਹੀਂ ਪੁੱਛਣਾ ਕਿਉਂ ਕਿੱਦਾਂ ਕਿੱਥੋਂ ਲਿਆਊਂਗਾ, ਸਵੇਰੇ ਲੈ ਆਵਾਂ ਸਾਹ ਜੀ, ਜੇ ਤੁਸੀਂ ਕਹੋ ਤਾਂ ਇੱਦਾਂ, ਇਹ ਨਹੀਂ ਹੁੰਦਾ ਸੀ ਮੇਰੇ 'ਚ, ਨਾ ਨਾ ਨਾ, ਫਾਈਨਲ ਅੱਗੋਂ ਅੱਖ ਨਹੀਂ ਚੁੱਕਣੀ। ਅਤੇ ਹੁਣ ਹੁੰਦਾ ਕੀ ਸੀ, ਸਾਡਾ ਜਿਹੜਾ ਚਾਹ ਦਾ ਸੀ ਨਾ ਉਸਤਾਦ ਨੇ ਵੀ ਵਿਚਾਰੇ ਮਾੜੇ, ਅਸੀਂ ਵੀ ਮਾੜੇ, ਜਿਹੜਾ 600 ਰੁਪਈਆ ਮਹੀਨੇ 'ਤੇ ਦੁਕਾਨ ਸੀ, ਉਹ ਜਿਹੜੀ ਦੁਕਾਨ ਅਕੈਡਮੀ ਕਿਰਾਏ 'ਤੇ ਲਈ, ਉਹ ਨਾਲ ਮਾਲਕ ਜਿਹੜੇ ਸੀ ਉਸਤਾਦ ਉਹਨਾਂ ਦਾ ਸ਼ਾਗਿਰਦ ਵੀ ਸੀ ਜੀ, ਉਹ ਗਾਣੇ ਗੁਣੇ ਵੀ ਆ ਕੇ ਭਾਅ ਜੀ ਹੁਣੀ ਗਾ ਜਾਂਦੇ ਸੀ, ਪੈਸਾ ਵੀ ਕੋਈ ਨਹੀਂ ਸੀ ਦਿੰਦੇ, ਅਤੇ ਮਹੀਨੇ ਬਾਅਦ ਸਾਧ ਉਹਨਾਂ ਨਾਲ ਅੱਖਾਂ ਵੀ ਧਰਾ ਲੈਂਦੇ ਸੀ। ਮਲਕ ਅਸਕਰ ਨਹੀਂ ਮੇਰਾ ਯਾਰ, ਇਹਦੇ ਨਾਲ ਇੱਕ ਦੋ ਵਾਰੀ ਝੜਪ ਵੀ ਹੋਈ ਉਹਨਾਂ ਦੀ, ਕਿ ਯਾਰ ਤੂੰ ਇੱਥੇ ਆਉਂਦਾ ਵੀ ਆ, ਵਾਜਾ ਵੀ ਤੂੰ ਵਜਾਈ ਜਾਂਦਾ, ਗਾਣੇ ਵੀ ਗਾਈ ਜਾਂਦਾ, ਮਹੀਨੇ ਬਾਅਦ ਆ ਕਹਿੰਦਾ ਪੈਸੇ ਦਿਓ ਮੇਰੇ, ਅਤੇ ਉਹ ਅਕੈਡਮੀ ਦਾ ਆਲਮ ਹੀ ਹੁੰਦਾ ਸੀ ਕਿ ਉਸਤਾਦ ਜੀ, ਉਹ ਫਿਰ ਹੁਣ ਅਸੀਂ 5-6 ਮੁੰਡੇ ਸਾਂ, 300-300 ਰੁਪਈਆ ਦੇਣਾ, ਉਹ ਵਿਚਾਰੇ ਉਸਤਾਦ ਉਹਨਾਂ ਨੇ ਘਰ ਕਰ ਲੈਣਾ, ਉਹ ਕਿਰਾਇਆ 4-4 ਮਹੀਨੇ ਦਾ ਚੜ੍ਹ ਜਾਣਾ ਸਿਰ 'ਤੇ, ਫਿਰ ਮਲਕ ਨੇ ਕਰਨਾ, ਮੈਂ ਤਾਂ ਬਿਲਕੁਲ ਫਾਰਗ ਸੀ, ਮਲਕ ਨੇ ਵਿਚਾਰੇ ਨੇ ਕਰਨਾ, ਅੱਲਾ ਨੂੰ ਸਿਹਤ ਤੰਦਰੁਸਤੀ ਦੇਵੇ। ਉਹ ਖੈਰ 5-6 ਮੁੰਡੇ ਬੈਠੇ ਨੇ ਤੇ ਚਾਹ ਵਾਲੇ ਨੇ ਧਾਰ ਬੰਦ ਕੀਤਾ, ਬਤੀਤ ਹੋਇਆ। ਅੱਛਾ ਹੁਣ ਮੇਰੇ ਲਈ ਉਸਤਾਦ ਨੇ ਤੇ ਬਾਹਰ ਰਿਹਾ ਸੀ ਸਾਰਿਆਂ ਦੇ ਵਾਸਤੇ, ਉਹੀ ਸਾਡਾ ਕਲਚਰ ਮਰਾਸੀ ਅਕੈਡਮੀ ਗਾਣੇ, ਉਹ ਅਕਸਰ ਇੱਕ ਦੋ ਵਾਰੀ ਝੜਪਾਂ ਵੀ ਹੋਈਆਂ ਕਿ ਕਿਸੇ ਨੇ ਬਦਤਮੀਜ਼ੀ ਨਾਲ ਕਹਿ ਦੇਣਾ, ਉਹ ਕਾਹ ਆਪਣਾ ਉਸਤਾਦ ਨੂੰ ਸੀ ਕਿਹੜਾ, ਤੂੰ ਗੱਲ ਕਿੱਦਾਂ ਕਰਨ ਨੇ ਉਸਤਾਦ ਨੂੰ, ਇੱਕ ਮਿਸਾਲ ਇੰਜ ਦਾ ਵੀ ਸਿਲਸਿਲਾ ਸੀ। ਉਹ ਬਦਤਮੀਜ਼ ਵੀ ਹੁੰਦੇ ਅਕਸਰ ਅਕਸਰ ਜਿਹੜੇ ਹੁੰਦੇ ਨੇ ਉਹ ਖਪੇ ਖਿੱਚ ਖਪੇ ਹੁੰਦੇ ਸਾਰੀ ਦਿਹਾੜੀ ਦੇ। ਉਹ ਨਾਦਰੀਨ ਮੈਂ ਨਾ ਉਸਤਾਦ ਨੂੰ ਕਹਿੰਦੇ, ਹੁਣ ਉਸਤਾਦ ਨੂੰ ਪਤਾ ਵਾ ਕਿ ਚਾਹ ਵਾਲੇ ਦਾ ਕੋਈ 800-900 ਰੁਪਈਆ ਹੋਏ, 600-650 ਰੁਪਈਆ 650 ਰੁਪਈਆ ਚਾਹ ਵਾਲੇ ਦਾ ਹੋਇਆ, ਉਹਨੇ ਚਾਹ ਨਹੀਂ ਦੇਣੀ ਅਤੇ ਇਹਦੇ ਕੋਲ ਵੀ ਕੋਈ ਨਹੀਂ। ਅਤੇ ਉਸਤਾਦ ਨੇ ਕਹਿੰਦੇ ਬੇਟਾ ਚਾਹ ਲੈ ਕੇ ਆਓ। ਮੈਂ ਕਿਹਾ ਜੀ ਉਸਤਾਦ ਜੀ। ਉਸਤਾਦ ਜੀ ਕਿੱਥੋਂ ਕਿੱਦਾਂ ਕਿਉਂ, ਇਹ ਨਹੀਂ ਪੁੱਛਿਆ ਉਸਤਾਦ ਜੀ, ਕੋਈ ਨਹੀਂ, ਨਾ ਨਾ ਵਾਹ। ਉਹਨਾਂ ਨੇ ਕਿਹਾ ਚਾਹ ਲੈ ਕੇ ਆਓ। ਮੈਂ ਕਿਹਾ ਅੱਛਾ ਜੀ, ਬਾਹਰ ਹੈ ਚਾਹ ਲੈ ਕੇ ਗਿਆ। ਮੈਂ ਹਲਕੀ ਜੀ ਮੈਂ ਜਸਾਰਤ ਕੀਤੀ, ਮੈਂ ਕਿਹਾ ਯਾਰ ਮੈਂ ਓਏ ਚੱਲ ਨਿਕਲ ਜਾ ਨਿਕਲ ਜਾ, ਗੱਲ ਵੀ ਨਹੀਂ ਸੁਣੀ, ਨਾ ਦੂਰ ਹੋਈ ਦੇਖ ਕੇ। ਸਤਾਦ ਜੀ ਗਊਸ਼ਾਲਾ ਮੋੜ ਚੌਂਕ, ਹਾਂਜੀ, ਤੇ ਰਜ਼ਾਬਾਦ ਰਜਕੋਟ ਰੋਡ ਤੋਂ ਰਜ਼ਾਬਾਦ ਸਾਈਕਲ ਹੀ ਮੈਂ ਫੜੀ ਤੇ ਮੈਂ ਭਜਾਈ ਹੈ ਸਾਈਕਲ ਹੀ, ਕਿਸ ਸਪੀਡ ਨਾਲ ਮੈਂ ਭਜਾਈ ਹੈ, ਸਾਹ ਸੂ ਨਹੀਂ ਸੀ ਮੈਨੂੰ ਉਦੋਂ ਚੜ੍ਹਦਾ ਹੁੰਦਾ, ਵੀ ਸਵੇਰੇ ਮੈਂ ਜੂਡੋ ਕਰਾਟੇ ਦੀ ਗੇਮ ਵੀ ਕਰਨੀ ਆ, ਵੇਟ ਲਿਫਟਿੰਗ ਵੀ ਕਰ ਰਿਹਾ, ਜਿਮਨਾਸਟਿਕ ਵੀ ਕਰ ਰਿਹਾ, ਸਾਹ ਚੜ੍ਹਨ ਵਾਲਾ ਕੰਮ ਹੀ ਨਹੀਂ ਸੀ ਹੁੰਦਾ ਉਦੋਂ, ਮਤਲਬ ਇਸ ਤਰ੍ਹਾਂ ਦਾ ਫਿੱਟ ਸੀ ਨਾ, ਹਾਂ। ਅਤੇ ਉਸਤਾਦ ਜੀ ਉਹ ਖਲੋ ਕੇ ਨਹੀਂ ਚਲਾਈ ਦੀ, ਉੱਤੇ ਥੋੜ੍ਹਾ ਖਲੋ ਕੇ ਡੰਡਾ ਚਲਾਉਣਾ, ਨਹੀਂ ਨਹੀਂ ਡੰਡਾ, ਹਾਂ ਡੰਡਾ 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 ਕਹਿੰਦੇ ਸੀ ਨਾ, ਉਹ ਵਿੱਚ ਸਪੀਡੀ ਵਿੱਚ ਅੱਗੇ ਉਸਤਾਦ ਜੀ ਉਦੋਂ ਕੱਟਾਂ ਛੱਟਾਂ ਮਾਰਦਾ ਕਿ ਮੈਂ 7-8 ਮਿੰਟ 'ਚ ਰਜ਼ਾਬਾਦ ਪਹੁੰਚਿਆ। ਉੱਥੋਂ ਮੈਂ ਮੇਰੇ ਫੁੱਫਾ ਦੀ ਦੁਕਾਨ ਹੁੰਦੀ ਸੀ 2 ਨੰਬਰ ਬਾਜ਼ਾਰ ਦੇ ਵਿੱਚ, ਹਾਂ ਪੋਮੀ ਦੇ ਅੱਬੂ ਦੀ, ਹਾਂਜੀ ਹਾਂਜੀ, ਆ ਪੋਮੀ ਦੇ ਅੱਬੂ ਦੀ, ਉਹਨਾਂ ਕੋਲੋਂ ਮੈਂ ਉੱਥੋਂ ਮੈਂ ਪੈਸੇ ਲਏ ਨੇ,
ਡੇਢ 200-300 ਰੁਪਈਆ ਅਤੇ 5-7 ਮਿੰਟਾਂ 'ਚ ਹੀ ਵਾਪਸ ਫਿਰ ਉੱਥੇ ਹਾਂ ਉੱਥੇ ਮੈਂ ਸਿਰਫ 20-25 ਸਕਿੰਟ ਖਲੋਤਾ ਹੋਊਂਗਾ ਕਿ ਚਾਚੂ ਇੰਨੇ ਪੈਸੇ ਦੇਣਾ ਮੈਨੂੰ ਅਜੇ ਵਾਪਸ ਚਾਹ ਲੈਣ ਮੈਂ ਕਿਹਾ ਮੈਨੂੰ ਹੁਣ ਡਰ ਇਹ ਕਿ ਯਾਰ ਇਹਨੂੰ ਮੈਂ ਪੈਸੇ ਫੜਾਵਾਂ ਕਵੇ ਚੱਲ ਵੀ 450 ਰਹਿ ਗਿਆ ਬਾਕੀ ਰਹਿ ਗਿਆ ਮੈਂ ਉਹਨੂੰ ਕਿਹਾ ਯਾਰ ਇਸ ਤਰ੍ਹਾਂ ਨਾ ਉਹਨੇ ਕਿਹਾ ਠੀਕ ਮੈਂ ਕਿਹਾ ਯਾਰ ਉਹ ਮੇ ਇਹ ਮੇਰੀਆਂ ਨੇ ਲੈ ਦਾ ਉਸਤਾਦ ਜੀ ਮੈਂ ਹੁਣ ਉਸਤਾਦ ਮੇਰੇ ਦਾ ਤੂੰ ਦਿਲ ਚੈੱਕ ਕਰ ਵਾਹ 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 ਜਿੰਨੀ ਦੇਰ ਮੈਂ ਨਹੀਂ ਆਇਆ ਮੇਰਾ ਉਸਤਾਦ ਮੇਰੇ ਬਾਰੇ 'ਚ ਅੰਦਰੋਂ ਕਹਿੰਦਾ ਮੈਂ ਅੰਦਰੋਂ ਰੋਂਦਾ ਪਿਆ ਸੀ ਕਿ ਯਾਰ ਮੇਰਾ ਪੁੱਤਰ ਪਤਾ ਨਹੀਂ ਕਿੱਥੇ ਖੱਪਦਾ ਹੋਣਾ ਇਹ ਮੇਰੇ ਉਸਤਾਦ ਦੇ ਅਲਫਾਜ਼ ਸੀ ਯਾਨੀ ਉਹ ਵੀ ਉਸਤਾਦ ਸੀ ਉਹਨੂੰ ਪਤਾ ਸੀ ਕਿ ਨਾ ਇਹਦੇ ਕੋਲ ਪੈਸੇ ਨੇ ਨਾ ਚਾਹ ਲੈਣੇ ਦੇਣੇ ਅਤੇ ਉਹ ਕਹਿੰਦੇ ਮੈਨੂੰ ਉਹ ਗੱਲਾਂ ਕਰਦੇ ਸੀ ਅਤੇ ਮੈਂ ਮੇਰੇ ਪਾਸ ਜਵਾਬ ਨਹੀਂ ਤਾ ਮੈਂ ਮੇਰਾ ਧਿਆਨ ਨਹੀਂ ਤਾ ਉਹਨਾਂ ਦੀ ਤਰਫ ਉਸਤਾਦ ਜੀ ਤੁਹਾਡਾ ਭਰਾ ਕੋ ਅੱਧੇ ਘੰਟੇ ਦੇ ਵਿੱਚ ਇੰਜ ਕਰਕੇ ਚਾਹ ਫੜੀ ਅੰਦਰ ਵੜਿਆ ਵਾ ਅਤੇ ਮੇਰੇ ਉਸਤਾਦ ਉਹਨਾਂ ਨੇ ਮੈਂ ਅੱਖਾਂ 'ਚ ਪਾਣੀ ਦੇਖਿਆ ਹਲਕਾ ਹਲਕਾ ਉਹਨਾਂ ਨੇ ਮੇਰਾ ਦੇਖਿਆ ਮੇਰੇ ਪਸੀਨੇ ਅਤੇ ਯੇ ਵੋ ਸਾਰਾ ਅਤੇ ਬਾਜਾ ਨੂੰ ਮੈਂ ਦੇਖਿਆ ਕਿ ਉਹਨਾਂ ਦੀ ਮੁਹੱਬਤ ਅਤੇ ਇੰਜ ਸੀ ਜਿਵੇਂ ਮੈਨੂੰ ਕਰੋੜਾਂ ਦੁਆਵਾਂ ਬਗੈਰ ਬੋਲਿਓ ਦੇ ਰਹੇ ਯਕੀਨ ਕਰ ਅਤੇ ਮੈਂ ਚਾਹ ਪਿਆਈ ਤੋਂ ਮੈਨੂੰ ਵਿੱਚੋਂ ਨੇ ਕਿਹਾ ਇੰਨੀ ਦੇਰ ਲੱਗ ਗਈ ਜੇ ਵੋ ਮੈਂ ਕਿਹਾ ਜੀ ਉਹ ਰਸ਼ ਬਹੁਤ ਸੀ ਜੇ ਫਲਾਂ ਦੀ ਅਤੇ ਉਸਤਾਦ ਨੇ ਚੁੱਪ ਉਸਤਾਦ ਰੋਣ ਰਹੀ ਸੀ ਕਿ ਹੁਣ ਜਲਦੀ ਜਲਦੀ ਜਾਣ ਅਤੇ ਮੈਂ ਉਹਨੂੰ ਪੁੱਛਾਂ ਵੀ ਤੂੰ ਕੀਤਾ ਕੀ ਅਤੇ ਉਸਤਾਦ ਨੇ ਮੇਰੇ ਯਾਰ ਮਤਲਬ ਜਿਵੇਂ ਤਾਰ ਹੀ ਨਹੀਂ ਆਏ ਦੇ ਅੱਖਾਂ 'ਚ ਪਾਏ ਕਿਹਾ ਮੈਂ ਉਹਨਾਂ ਨੂੰ ਪਿਆ ਅਤੇ ਮੈਂ ਜੁੱਤੀਆਂ 'ਤੇ ਮੈਂ ਬਹਿ ਜਾਂਦਾ ਹੁੰਦਾ ਯਾਨੀ ਅਕੈਡਮੀ ਛੋਟੀ ਜਿਹੀ ਸੀ ਅਤੇ ਉਹ ਜਿੱਥੇ ਜੁੱਤੀਆਂ ਸਾਰੇ ਲਾਉਂਦੇ ਸੀ ਨਾ ਅੰਦਰ ਵੜ ਕੇ ਅਤੇ ਉੱਥੇ ਉੱਤੇ ਹੀ ਮੈਂ ਜੁੱਤੀਆਂ ਦੇ ਉੱਤੇ ਹੀ ਮੈਂ ਬੈਠਾ ਰਹਿੰਦਾ ਹੁੰਦਾ ਸੀ ਉਹ ਮੈਂ ਉੱਥੇ ਬਹਿ ਗਿਆ ਅਤੇ ਉਸਤਾਦ ਨੂੰ ਥੋੜ੍ਹੀ ਦੇਰ ਬਾਅਦ ਮੇਰੇ ਵੱਲ ਦੇਖ ਰਹੇ ਨੇ ਅਤੇ ਉਸਤਾਦ ਨੂੰ ਇੱਦਾਂ ਮੈਂ ਅਤੇ ਮੈਂ ਵੀ ਚੁੱਪ ਕਰ ਗਏ ਖੈਰ ਉਹਨਾਂ ਨੇ ਮੇਰੇ ਕੋਲ ਵੀ ਇੱਕ ਦੋ ਗਾਣੇ ਸੁਣੇ ਜੇ ਉਹ ਸਾਰਾ ਹਿਸਾਬ ਤਾਂ ਉਹਨਾਂ ਦੇ ਸਾਥ ਚਲੇ ਗਏ ਉਸਤਾਦ ਨੂੰ ਚਲੇ ਗਏ ਉਸਤਾਦ ਨੇ ਮੈਨੂੰ ਫੜਿਆ ਮੈਨੂੰ ਕਹਿੰਦੇ ਉਰੇ ਆ ਮੈਨੂੰ ਜੱਫੀ ਪਾਈ ਚੱਲ ਕਹਿੰਦੇ ਮੈਨੂੰ ਦੱਸ ਕਿੱਦਾਂ ਚਾਹ ਲੈ ਗਏ ਆ ਮੈਂ ਕਿਹਾ ਉਸਤਾਦ ਹੀ ਬਸ ਉਹ ਤਾਂ ਨਹੀਂ ਨਹੀਂ ਸਹੀ ਦੱਸ ਮੈਂ ਕਿਹਾ ਮੈਂ ਘਰੋਂ ਕਹਿੰਦੇ ਕਿੱਥੋਂ ਕਰੋ ਮੈਂ ਕਿਹਾ ਮੈਂ ਉਹ ਰਜ਼ਾਬਾਦ ਤੋਂ ਦੂਰੋਂ ਫਿਰ ਉਸਤਾਦ ਅਤੇ ਮੈਂ ਇਕੱਲੇ ਹੀ ਸੀ ਅਕੈਡਮੀ ਦੇ ਵਿੱਚ ਫਿਰ ਉਹਨਾਂ ਨੇ ਮੈਨੂੰ ਬੜੀਆਂ ਦੁਆਵਾਂ ਦਿੱਤੀਆਂ ਕਹਿੰਦੇ ਤੂੰ ਬਹੁਤ ਤਰੱਕੀ ਕਰੇ ਮੈਂ ਤੈਨੂੰ ਬਹੁਤ ਉਸਤਾਦ ਜੀ ਗੱਲ ਇਹ ਹੈ ਉਸਤਾਦ ਪਤਾ ਹੀ ਨਹੀਂ ਕਿਸੇ ਨੂੰ ਉਸਤਾਦ ਦਾ ਨਹੀਂ ਕਿਸੇ ਨੂੰ ਅੱਛਾ ਫਿਰ ਮਿਲਦਾ ਵੀ ਉੱਦਾਂ ਹੀ ਹੈ ਨਾ ਹਾਂਜੀ ਮਿਲਦਾ ਵੀ ਉੱਦਾਂ ਹੀ ਯਾਨੀ ਮੈਂ ਤੁਹਾਨੂੰ ਦੱਸ ਰਿਹਾ ਮੇਰੀ ਆਦਤ ਇਹ ਸੀ ਕਿ ਮੈਂ ਉਸਤਾਦ ਨੇ ਕਹਿਤਾ ਨਾ ਉਹ ਡਨ ਅਤੇ ਫਿਰ ਇਹ ਨਹੀਂ ਇੱਦਾਂ ਤੋਂ ਉੱਦਾਂ ਅਤੇ ਆ ਅਤੇ ਆ ਅਤੇ ਉਸਤਾਦ ਜੀ ਤਾਂ ਉਸਤਾਦ ਲਾਡ ਪਿਆਰ ਮੁਹੱਬਤ ਆਪਣੀ ਜਗ੍ਹਾ 'ਤੇ ਆਪਣੀ ਜਗ੍ਹਾ ਉਹਦੇ ਮੂੰਹ ਨਿਕਲੀ ਗੱਲ ਆਪਣੀ ਜਗ੍ਹਾ 'ਤੇ ਲਾਡ ਉਸਤਾਦ ਦੀ ਗੱਲ ਕਈ ਨੂੰ ਲਾਡ ਦੇ ਨਾਲ ਫਾਰਕ ਕਰਾ ਦੇਣਾ ਇਹ ਨਹੀਂ ਨਾਫਰਮਾਨੀ ਇਹ ਨਾਫਰਮਾਨੀ ਹੈ ਹਾਂ ਲਾਡ ਅਸੀਂ ਇਹ ਕਰਦੇ ਉਸਤਾਦ ਨਾਲ ਕਹਿਣਾ ਉਹ ਯਾਰ ਮੇਰੇ ਕੋਲੋਂ ਕਲਾਸੀਕਲ ਸਿੱਖੋ ਤੁਸੀਂ ਮੈਨੂੰ ਆ ਕਹਿੰਦੇ ਮੈਨੂੰ ਰਫੀ ਸਾਹਿਬ ਦਾ ਬਹਾਰੋ ਬੁਲਬਰ ਸਾਹਿਬ ਸਿਖਾ ਦਿਓ ਬੇਟਾ ਇਹ ਤੁਸੀਂ ਬਾਅਦ 'ਚ ਵੀ ਸਿੱਖ ਸਕਦੇ ਮੇਰੇ ਕੋਲ ਆ ਉਸਤਾਦ ਜੀ ਵੇਖ ਲਓ ਫਿਰ ਯਾਨੀ ਇਹ ਲਾਡ ਹੁੰਦਾ ਸੀ ਉਸਤਾਦ ਜੀ ਆ ਵੇਖ ਲਓ ਇੱਕ ਸਿਰਫ 27 ਅੱਛਾ ਚੱਲ ਕਹਿ ਇਹ ਲਾਡ ਹੁੰਦਾ ਸੀ ਇਹ ਲਾਡ ਨਹੀਂ ਸੀ ਹੁੰਦਾ ਕਿ ਜਦੋਂ ਉਹਨਾਂ ਨੇ ਕਿਹਾ ਬੇਟਾ ਸਵੇਰੇ 9 ਵਜੇ ਜਾਂ ਮੇਰਾ ਇਹ ਕੰਮ ਜਾਂ ਘਰੋਂ ਆਹ ਚੀਜ਼ ਅਤੇ ਉਹ ਚੁੱਕਣਾ ਉਸਤਾਦ ਜੀ ਵੇਖ ਲਓ ਮੈਂ ਸ਼ਾਮ ਨੂੰ ਲੈ ਆਊਂਗਾ ਉਹਦੇ 'ਚ ਨਹੀਂ ਸੀ ਹੁੰਦਾ ਵਾਹ ਵਾਹ ਸਾਡੇ ਇਲਾਕੇ 'ਚ ਨਾ ਆਈਸਕ੍ਰੀਮ ਚੌਂਕ ਨਾ ਉੱਪਰ ਮੁੰਡਿਆਂ ਨੇ ਡਾਂਸ ਅਕੈਡਮੀ ਪਾਈ ਅਤੇ ਡਾਂਸ ਅਕੈਡਮੀ ਪਾਈ ਨੂੰ ਹਫ਼ਤਾ ਆਇਆ ਜਿਹੜਾ ਉਸਤਾਦ ਡਾਂਸ ਸਿਖਾਉਣ ਉਹ ਜੀ ਨਾ ਉਹਨਾਂ ਨੇ ਕਿਤੇ ਮਾਰਨ ਦਾ ਸਿਗਰਟ ਪੀਂਦੇ ਸੀਗੇ ਮਾਰਨ ਦਾ ਸਿਗਰਟ ਪੀ ਉਹਨਾਂ ਟੋਟੇ ਉੱਥੇ ਸੁੱਟੇ ਨਵਾਂ ਸਿਗਰਟ ਅਗਲੇ ਦਿਨ ਆਇਆ ਕਹਿੰਦਾ ਉਹ ਯਾਰ ਸਿਗਰਟ ਕਿਹਨੇ ਪੀਤੇ ਕਹਿੰਦਾ ਉਸਤਾਦ ਜੀ ਪੀਂਦੇ ਆ ਕੈ ਮਾਰਨ ਸਾਰੇ ਟੋਟੇ ਉਹਨਾਂ ਨੇ ਖਿਲਾਰੇ ਕਹਿੰਦਾ ਅੱਛਾ ਕੱਲ੍ਹ ਤੋਂ ਉਸਤਾਦ ਨਾ ਪੌੜੀ ਨਾ ਚੜੇ ਕਹਿੰਦਾ ਨਹੀਂ ਗੰਦ ਪਾਉਂਦੇ ਕਹਿੰਦਾ ਉਸਤਾਦ ਜੀ ਪੌੜੀ ਬੰਦ ਕਰ ਦਿਓ ਕਹਿੰਦਾ ਕੱਲ੍ਹ ਗੇਟ ਬੰਦ ਉਸਤਾਦ ਜੀ ਅਸੀਂ ਅਕੈਡਮੀ ਬੈਠੇ ਇੱਕ ਬੰਦਾ ਆਇਆ ਗਲੂਕਾਰ ਕਹਿੰਦਾ ਉਸਤਾਦ ਜੀ ਬੜਾ ਅਜੀਬ ਵਾਕਿਆ ਹੋਇਆ ਪਰਸੋਂ ਕੀ ਹੋਇਆ ਜੀ ਮੈਂ ਗਾਣਾ ਗਾ ਰਿਹਾ
ਚੂਹੇ ਉਤਰੇ ਨੇ ਪੌੜੀਆਂ 'ਚ, ਚੂਹੇ ਚੂਹੇ ਅੱਛਾ 6-7 ਚੂਹੇ, ਅਤੇ ਗਾਣਾ ਉਹ ਪਤਾ ਕਿੱਦਾਂ ਗਾਉਂਦਾ ਸੀ, ਤੇਰੀ ਸੋਚ ਹੋਣੀ ਓਏ ਚੂਹੇ ਉਤਰੇ ਨੇ, ਮੈਂ ਵਾਜੇ ਨਾਲ ਗਾ ਰਿਹਾ, ਮੇਰੇ ਸਾਹਮਣੇ ਲੈਨ ਬੁਲਾ ਕੇ ਇਹ ਕਰ ਚੂਹੇ ਚੂਹੇ ਇਹ ਕਰਕੇ ਖੜੇ ਹੋ ਗਏ ਅਦਬ ਦੇ ਨਾਲ ਲੈਨ ਬਣਾ ਕੇ, ਮੈਂ ਗਾਣਾ ਮੁਕਾਇਆ, ਸਾਰਿਆਂ ਨੇ ਇੰਝ ਕੀਤਾ ਵਾਰੀ ਵਾਰੀ ਇੰਚ, ਅਤੇ ਵਾਰੀ ਵਾਰੀ ਸਾਰੇ ਲੈਨ 'ਚ ਉੱਥੇ ਚੜ ਗਏ ਨੇ, ਅਤੇ ਅਸੀਂ ਉਹਦੇ ਮੂੰਹ ਵੱਲ ਵੇਖ ਰਹੇ, ਅਤੇ ਅਸੀਂ ਕਿਹਾ ਜੀ ਸਾਨੂੰ ਵੀ ਸੁਣਾਓ, ਅਤੇ ਉਹਨੇ ਗਾਣਾ ਸੁਣਾਇਆ ਉਹ ਮੇਰੇ ਮੌਲਾ, ਉਹ ਮੈਂ ਕਿਹਾ ਉਹ ਚੂਹੇ ਕਿਸੇ ਹੋਰ ਕੰਮ ਆਏ ਆ, ਉਹਨਾਂ ਨੇ ਕਿਹਾ ਤੂੰ ਨਿਕਲ ਅਸੀਂ ਵਾਜਾ ਟੁੱਕਣਾ, ਗਲਾ ਟੁੱਕ ਦੇਣਾ, ਅਤੇ ਉਸਤਾਦ ਜੀ ਮੇਰੇ ਉਸਤਾਦ ਮੈਨੂੰ ਯਾਦ ਆ ਗਏ ਯਾਰ, ਅੱਲਾਹ ਜਨਤਾ ਜੀ ਘਰ ਦੇਵੇ ਜੀ, ਬਹੁਤ ਮੇਰੇ ਉਸਤਾਦ ਅਦਬ ਨਾਲ ਮਿਲਦਾ ਉਸਤਾਦ ਜੀ, ਜੋ ਵੀ ਮਿਲਦਾ ਅੱਜ ਅਗਰ ਬਾਸ ਨੂੰ ਸਾਫਾ ਮਿਲਿਆ ਹੈ ਨਾ, ਉਹਨਾਂ ਦਾ ਬੇਟਾ ਸ਼ਾਹਦ ਤਬਲਾ ਪਲੇ ਕਰਦਾ, ਉਹਨੂੰ ਮੈਂ ਲਿਆਵਾਂਗਾ ਕਿਸੇ ਦਿਨ, ਮਹਿਮਾਨਾਂ ਸਾਹਮਣੇ ਦੋਨੇ ਖੀਸੇ ਬਾਹਰ ਕੱਢਤੇ, ਕਹਿੰਦਾ ਭਾਈ ਕੋਈ ਨੀ ਇਹਨੂੰ ਤਾਂ ਨੇ ਪੈਸੇ ਵੀ ਦਿੱਤੇ ਸੀ, ਕਹਿੰਦੇ ਚਾਹ ਲਿਆ ਇਹ ਆਇਆ ਨੀ ਤਾਜੀ, ਫਿਰ ਉਸੇ ਦੌਰ ਦੇ ਵਿੱਚ ਮੇਰਾ ਯਾਰ ਆ ਬਹੁਤ, ਮੈਂ ਮੈਨੂੰ ਉਹਦੇ ਨਾਲ ਉਹਨੂੰ ਮੇਰੇ ਨਾਲ ਗਿਲੇ ਨੇ ਸਫਦਰ, ਸਫਦਰ ਫਰੂਕੀ ਨਾਥ ਖਾਂ, ਸੁਣਿਆ ਨਾ ਨਾਮ, ਨਾਈਸ ਮੈਨ ਸਫਦਰ ਜੀ ਜੀ ਸਾਹਿਬ ਜੀ, ਸੁਣਿਆ ਸਾਹਿਬ ਜੀ ਯਾਰ, ਬਸ ਉਹਦੇ ਕੋਲ ਮੈਂ ਮਾਫ਼ੀ ਮੰਗ ਸਕਦਾ, ਮੈਂ ਉਹਨੂੰ ਕੀ ਹੋਵਾਂ, ਮੇਰਾ ਬਹੁਤ ਪਿਆਰਾ ਯਾਰ, ਔਖੇ ਵੇਲੇ ਕੰਮ 20,000 ਵਾਰੀ ਮੇਰੇ ਆਇਆ, ਇੱਦਾਂ ਦਾ ਮੇਰਾ ਯਾਰ ਆ ਕਿ ਸਾਹਿਬ ਜੀ ਉਹਨੇ ਮੈਨੂੰ ਮਿਲਣ ਆਉਣਾ, ਉਹ ਵੀ ਗਾਉਂਦਾ ਹੁੰਦਾ ਸੀ ਰਫੀ ਸਾਹਿਬ ਦੇ ਵਜ੍ਹਾ ਤੋਂ ਨਾ, ਮੇਰੀ ਉਹਦੇ ਨਾਲ ਪਿਆਰ ਪਿਆ ਸੀ, ਉਹਨੇ ਘਰ ਆਉਣਾ ਮੇਰੇ ਕੋਲ ਰਜ਼ਾਬਾਦ, ਅਤੇ ਆਪ ਉਹਨੇ ਰਹਿਣਾ ਉਹ ਸਮਨਾਬਾਦ ਤੋਂ ਸਿੱਧਾ ਜਾ ਕੇ ਸੇਲਾਬਾਦ, ਨਹੀਂ 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 ਇੱਧਰ ਨੂੰ ਨਹੀਂ ਨਜਾਬ ਨੂੰ, ਨਹੀਂ 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 ਯਾਰ ਤੁਸੀਂ ਅਲ ਅਜ਼ੀਜ਼ ਲੰਘੇ ਨਾ ਅੱਗੇ ਰਾਊਂਡ ਬੋਰਡ ਤੋਂ ਖੱਬੇ ਹੱਥ ਹੋ ਜਾਣਾ, ਸੱਜੇ ਹੱਥ ਸਮਨਾਬਾਦ ਆ ਖੱਬੇ ਹੱਥ ਹੋ ਜਾਣਾ ਆਇਰਨ ਮਾਰਕੀਟ, ਉਹ ਯਾਰ ਨਹੀਂ ਅਲ ਅਜ਼ੀਜ਼ ਲੰਘ ਜਾਣਾ ਸਿੱਧਾ ਅੱਗੇ ਜਾ ਕੇ ਰਾਊਂਡ ਬੋਰਡ ਆ ਗਿਆ ਸਮਨਾਬਾਦ ਵਾਲਾ, ਜੇ ਤੋਂ ਸੱਜੇ ਹੱਥ ਜਾ ਕੇ ਅਕਬਰ ਮਦਨੀ ਚੌਂਕ ਨੂੰ ਜਾਣਾ, ਉੱਧਰ ਨਹੀਂ ਜਾਣਾ ਖੱਬੇ ਹੱਥ ਜਾਣਾ, ਖੱਬੇ ਹੱਥ ਤੋਂ ਅੱਗੇ ਜਾ ਕੇ ਕਿਹੜਾ ਚੌਂਕ ਆ ਜਾਂਦਾ ਯਾਰ, ਫੌਜੀ ਚੌਂਕ ਆਹੋ ਉੱਥੇ ਉੱਥੇ ਕਰਕੇ ਰਹਿੰਦਾ, ਡੀ ਟੈਪ ਗੋਲ ਆਉਂਦਾ ਅੱਗੇ, ਡੀ ਟੈਪ ਡੀ ਟੈਪ ਗੋਲ ਤੋਂ ਪਿੱਛੇ ਕਰਕੇ ਉੱਥੇ ਸੇਲਾਬਾਦ, ਉੱਥੇ ਆਰਮ ਮਾਰ ਉੱਥੇ ਸਤਾਜੀ ਹੁਣ ਰਜ਼ਾਬਾਦ, ਬਹੁਤ ਸਫਰ ਠੀਕ ਆ ਜੀ, ਗਰਮੀਆਂ 'ਚ ਬੈਠੇ ਗਾਣੇ ਗਾਈ ਜਾ ਰਹੇ ਹੈ, ਅਤੇ ਉਹਨੇ ਮੈਨੂੰ ਕਹਿਣਾ ਕਿ ਮੈਂ ਉਹਨੂੰ ਕਹਿਣਾ ਕਿ ਚਲਾ, ਬਣੈਣਾ ਪਾਈਆਂ ਨੇ ਅਤੇ ਮੈਂ ਉਹਨੂੰ ਕਹਿਣਾ ਚਲਾ ਵੀ, ਉਹਨੇ ਕਹਿਣਾ ਓਕੇ ਫਿਰ, ਅਤੇ ਮੈਂ ਕਹਿਣਾ ਆ ਮੈਂ ਤੈਨੂੰ ਉੱਥੇ ਤੱਕ, ਯਾਨੀ ਪਿਆਰ ਮੁਹੱਬਤ ਤਲਕ ਇੱਦਾਂ ਦਾ ਕਿ ਵੀ ਉਹਨੂੰ ਕਹਿਣਾ ਵੀ ਚਲਾ ਚੱਲੀਓ, ਚੱਲਦੇ 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 ਸਾਈਕਲ 'ਤੇ ਬੈਠੇ ਤੂੰ ਤਾਂ ਘਰ ਆ ਗਏ, ਯਾਨੀ ਮੈਂ ਉੱਥੇ ਰਹਿਣਾ ਰਜ਼ਾਬਾਦ, ਉਹਨੇ ਇਕੱਲੇ ਨੇ ਜਾਣਾ ਅਤੇ ਮੈਂ ਉਹਦੇ ਨਾਲ ਉਹਦੇ ਘਰ ਆ ਗਿਆ, ਹੁਣ ਜਦੋਂ ਮੈਂ ਘਰ ਆ ਗਿਆ ਅਤੇ ਉਹਨੇ ਕਹਿਣਾ ਹੁਣ ਮੈਂ ਕਹਿਣਾ ਯਾਰ, ਉਹਨੇ ਕਹਿਣਾ ਚਲਾ ਮੈਂ ਤੈਨੂੰ ਛੱਡ ਗਿਆ, ਉਹਨੇ ਉੱਥੋਂ ਆਪਣੇ ਘਰ ਦੇ ਅੱਗੋਂ ਫਿਰ ਅਸੀਂ ਵਾਪਸ ਆਉਣਾ, ਇੱਦਾਂ ਕਈ ਵਾਰੀ ਹੋਇਆ, ਸਫਦਰ ਫਾਰੂਕੀ ਆ ਚਿਸ਼ਤੀ ਤੇ ਨਹੀਂ ਮੈਂ ਸੁਣਿਆ ਕਦੇ, ਸਫਦਰ ਫਾਰੂਕ ਚਿਸ਼ਤੀ ਉਹ ਵਾਪਟਾ ਵੀ ਲੱਗੇ ਆ, ਯੈਸ 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 ਹਾਂਜੀ ਹਾਂਜੀ ਯੈਸ, ਤੇ ਰੰਗ ਪੱਕਾ ਕਾਲਾ ਜੀ, ਯੈਸ ਯੈਸ, ਤੇ ਬਸ ਕੀ ਯਾਦਾਂ ਕਰਾਤੀਆਂ ਯਾਰ ਨਾਦਰੀਨ ਤੁਹਾਡੇ ਨਾਲ, ਮੈਂ ਵੀ ਸ਼ੇਅਰ ਕਰ ਲਿਆ, ਹੁਣ ਟਾਈਮ ਖਤਮ ਹੋ ਗਿਆ, ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਤਾਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ, ਅੱਜ ਥਕਾਵਟ ਬਹੁਤ ਜ਼ਿਆਦਾ ਹੋਈ ਹੈ ਕਿਉਂਕਿ ਤੁਹਾਨੂੰ ਦੱਸਿਆ ਕਿ ਜਾਣ ਆਉਣ ਚੱਕਰ ਪਿਆ, ਫਿਰ ਟਾਇਰ ਪੈਂਚਰ ਹੋ ਗਿਆ, ਫਿਰ ਆ ਕੇ ਟੀ ਟਾਈਮ
ਅਤੇ ਇਸ ਤੋਂ ਮਾਦਰਤ ਦਾ ਥੋੜ੍ਹਾ ਢਿੱਲਾ ਮੱਠਾ ਜਿਹਾ ਕੰਮ ਆ। ਅਤੇ ਲਵ ਯੂ, ਆਪਣਾ ਬਹੁਤ ਖਿਆਲ ਰੱਖੋ, ਇਨਸ਼ਾਅੱਲਾ ਕੱਲ੍ਹ ਫਿਰ ਮੁਲਾਕਾਤ ਆਏਗੀ। ਅੱਲਾ ਹਾਫਿਜ਼।